ਉੱਪਰ ਨਵੇਂ ਆਰਡਰ ਆ ਗਏ, ਪੁਲਿਸ ਨੂੰ ਫਿੱਟ ਰਹਿਣਾ ਪਿਆ ਕਰਨਾ। ਪੁਲਿਸ ਹੁਣ ਕੈਟਰੀਨਾ ਕੈਬ ਬਣ ਜਾਏ, ਪੁਲਿਸ ਦੀ ਟੌਰ ਤਾਂ ਢਿੱਡ ਨਾਲ ਹੀ ਹੁੰਦੀ ਹੈ। ਹਾਂ ਜਨਾਬ ਆ ਗਏ। ਓ ਸਰ, ਸਰ ਜੈਨ ਸਰ ਜੈ ਹਿੰਦ। ਵਾਹ, ਈਸਟ ਔਰ ਵੈਸਟ, ਦਿਸ ਪਲੇਸ ਇਜ਼ ਦ ਬੈਸਟ। ਸੱਚ ਕਿਹਾ ਸਿਆਣਿਆਂ ਨੇ ਕਿ ਜੋ ਸੁੱਖ ਛੱਜੂ ਦੇ ਚਵਾਰੇ, ਉਹ ਨਾ ਬਲਖ ਨਾ ਬੁਖਾਰੇ। ਅਖੀਰ ਨੂੰ ਸਵਾਦ ਆਉਂਦਾ ਤਾਂ ਇੱਥੇ ਆ ਕੇ ਆਉਂਦਾ। ਜੇ ਸਾਹਿਬ, ਤੁਹਾਡਾ ਬੜਾ ਗੂੜਾ ਪਿਆਰ ਲੱਗਦਾ ਇਸ ਜੇਲ੍ਹ ਨਾਲ। ਮਾਸੜ ਤੇ ਫੁੱਫੜ 'ਚ ਸਿਰਫ ਇੰਨਾ ਕੁ ਫਰਕ ਹੁੰਦਾ ਕਿ ਦੋਹਾਂ ਦੀ ਸੋਚਣੀ ਅੱਡ ਅੱਡ ਹੁੰਦੀ ਹੈ ਜੀ। ਮਾਸੜ ਮਾਂ ਦਾ ਜੀਜਾ ਹੁੰਦਾ ਤੇ ਫੁੱਫੜ ਪਿਓ ਦਾ। ਇਹੀ ਫਰਕ ਤੁਹਾਡੀ ਤੇ ਮੇਰੀ ਸੋਚਣੀ 'ਚ ਕਿ ਤੁਹਾਨੂੰ ਇਹ ਜੇਲ੍ਹ ਲੱਗਦੀ ਆ ਤੇ ਜੇਲਰ ਜਲੌਰ ਸਿੰਘ ਜੌਲ ਨੂੰ ਇਹ ਆਪਣਾ ਘਰ ਲੱਗਦਾ। ਉਹ ਜ਼ਰਾ ਸੋਚੋ ਵੀ ਜੇ ਇੰਨੀਆਂ ਤਨਖਾਹਾਂ ਲੈ ਕੇ ਵੀ ਤੁਹਾਨੂੰ ਇਹ ਜੇਲ੍ਹ ਲੱਗਦੀ ਆ, ਉਹਨਾਂ ਮਸੂਮਾਂ ਨੂੰ ਕੀ ਲੱਗਦੀ ਹੋਊ ਜਿਹੜੇ ਵਿਚਾਰੇ ਮੁੱਧ ਤਾਂ ਤੋਂ ਅੰਦਰ ਡੱਕੇ ਪਏ। ਇੱਕ ਜੇਲਰ ਹੋ ਕੇ ਤੁਸੀਂ ਆਪਣੇ ਕੈਦੀਆਂ ਨੂੰ ਇੰਨਾ ਪਿਆਰ ਕਰਦੇ ਹੋ, ਮੈਂ ਤਾਂ ਹੁਣ ਤੱਕ ਪੁਲਿਸ ਨੂੰ ਵਾਰ ਕਰਦੇ ਦੇਖਿਆ, ਪਿਆਰ ਕਰਦੇ ਤਾਂ ਪਹਿਲੀ ਵਾਰ ਦੇਖ ਰਿਹਾ। ਬਹਾਦਰ ਸਿੰਘ ਜੀ, ਸਰ ਮਾਂ ਆਪਣੇ ਜਵਾਕ ਨੂੰ ਸਿਰਫ 9 ਮਹੀਨੇ ਲਈ ਆਪਣੇ ਢਿੱਡ 'ਚ ਰੱਖਦੀ ਆ। ਦੇਖ ਲੈ ਮਾਂ ਦਾ ਬੱਚੇ ਨਾਲ ਕਿੰਨਾ ਪਿਆਰ ਪੈ ਜਾਂਦਾ, ਤੇ ਮੈਂ ਇਹਨਾਂ ਨੂੰ 19 ਸਾਲ ਅੰਦਰ ਰੱਖਿਆ। ਮੇਰਾ ਪਿਆਰ ਨਹੀਂ ਪਊ ਤੇ ਹੋਰ ਕੀ ਦਾ ਪਊ? ਸੌਰ ਦੇ ਅੰਦਰ ਪੈ ਪੈ ਰੜ ਗਏ, ਬਾਹਰ ਆਉਣ ਦਾ ਨਾਂ ਹੀ ਨਹੀਂ ਲੈ ਰਹੇ। ਹੋ ਸਕਦਾ ਮੇਰੇ ਵਾਂਗੂ ਹੋਰ ਵੀ ਬਹੁਤ ਸਾਰੇ ਆਫੀਸਰ ਹੋਣ ਜੋ ਕੈਦੀਆਂ ਨੂੰ ਪਿਆਰ ਕਰਦੇ ਹੋਣਗੇ, ਪਰ ਸ਼ੋਅ ਨਹੀਂ ਕਰ ਪਾਉਂਦੇ, ਕਿਉਂਕਿ ਸਾਨੂੰ ਟ੍ਰੇਨਿੰਗ ਦੌਰਾਨ ਇਹੀ ਤਾਂ ਸਿਖਾਇਆ ਜਾਂਦਾ ਕਿ ਆਪਣੀ ਸਕੀ ਘਰ ਵਾਲੀ ਨੂੰ ਵੀ ਪਹਿਲਾਂ ਸ਼ੱਕ ਦੀ ਨਜ਼ਰ ਨਾਲ ਵੇਖਣਾ, ਫਿਰ ਭਾਵੇਂ ਮਾੜੀ ਨੀਤ ਨਾਲ ਵੇਖੀ ਜਾਇਓ। ਖੈਰ, ਆਪਣੀ ਕਿਹੜਾ ਕੋਈ ਘਰ ਵਾਲੀ ਆ, ਇਸ ਕਰਕੇ ਮੈਂ ਆਪਣੀ ਵਾਈਫ ਦੇ ਹਿੱਸੇ ਦਾ ਪਿਆਰ ਵੀ ਇਹਨਾਂ ਕੈਦੀਆਂ 'ਚ ਵੰਡਦਾ ਰਹਿਣਾ। ਹਾਂਜੀ ਹਾਂਜੀ, ਤੁਸੀਂ ਵੀ ਇਹਨਾਂ ਸੋ ਕਾਲਡ ਕੈਦੀਆਂ ਨੂੰ ਆਪਣੇ ਮਾਮੇ ਭੂਆ ਫੁੱਫੜ ਦੇ ਮੁੰਡੇ ਸਮਝ ਕੇ ਪਿਆਰ ਕਰਨਾ। ਜੀ ਸਰ। ਸਰ, ਇਹਨਾਂ ਵਿੱਚੋਂ ਇੱਕ ਤਾਂ ਸੱਚੀ ਮੇਰੀ ਮਾਸੀ ਦਾ ਮੁੰਡਾ ਹੈ। ਸਰ, ਮੈਂ ਤੁਹਾਨੂੰ ਦੱਸਿਆ ਤਾਂ ਸੀ। ਓ ਵੈਰੀ ਗੁੱਡ, ਤੇ ਤੁਸੀਂ ਵੀ ਜਿਹੜੇ ਤੁਹਾਡੇ ਰਿਸ਼ਤੇਦਾਰ ਮਾਸੀ ਮਾਮੀ ਫੁੱਫੜ ਭੂਆ ਦੇ ਮੁੰਡੇ ਜੀ ਬਾਹਰਲੀਆਂ ਜੇਲ੍ਹਾਂ ਵਿੱਚ ਤੁਰੇ ਫਿਰਦੇ ਨੇ ਜੀ, ਉਹਨਾਂ ਦੀ ਟ੍ਰਾਂਸਫਰ ਇੱਥੇ ਕਰਾਓ, ਸੋ ਦੈਟ ਵੀ ਕੈਨ ਮੇਕ ਦਮ ਫੀਲ ਐਟ ਹੋਮ। ਯੈਸ ਸਰ। ਵਾਹ ਸਰ ਵਾਹ। ਸਰ, ਜੇ ਆਬਾਦੀ ਦੇ ਮੁੱਦੇ ਦੇ ਹਿਸਾਬ ਨਾਲ ਸੋਚਿਆ ਜਾਏ, ਅੱਬਲ ਤਾਂ ਮਾਮਾ ਨੂੰ ਹੁਣ ਪੁੱਤ ਜੰਮਣੇ ਨਹੀਂ ਚਾਹੀਦੇ, ਪਰ ਜੇ ਮਾਮਾ ਪੁੱਤ ਜੰਮਣ ਤਾਂ ਸਰਦਾਰ ਬਹਾਦਰ ਸਰਦਾਰ ਜਲੌਰ ਸਿੰਘ ਜੌਹਲ ਵਰਗੇ ਜੰਮਣ। ਆਏ ਜਲੌਰ ਸਿੰਘ ਜੌਹਲ ਵਰਗੇ ਪੁੱਤ ਜੰਮਣੇ ਕਿਤੇ ਵਾਰ ਵਾਰ ਮਾਮਾ ਲਈ ਸੌਖੇ ਪਏ ਆ। ਮੈਨੂੰ ਪਤਾ ਮੈਨੂੰ ਇਸ ਦੁਨੀਆਂ ਤੇ ਲਿਆਉਣ ਲਈ ਮੇਰੀ ਮਾਂ ਨੇ ਕਿੰਨੀਆਂ ਘਾਲਣਾ ਘਾਲੀਆਂ। ਕੋਈ ਮੰਦਰ, ਕੋਈ ਗੁਰਦੁਆਰਾ, ਕੋਈ ਮਸੀਤ, ਕੋਈ ਡੇਰਾ ਨਹੀਂ ਛੱਡਿਆ ਕਿੱਥੇ ਮੇਰੀ ਮਾਂ ਨੇ ਨੱਕ ਨਾ ਰਗੜਿਆ ਹੋਵੇ। 21 ਸਾਲ ਮੇਰੀ ਮਾਂ ਔਲਾਦ ਨੂੰ ਤਰਸਦੀ ਰਹੀ, ਪੂਰੇ 21 ਸਾਲ। ਸਰ ਜੀ, ਫੇਰ? ਫੇਰ ਜਦੋਂ 22 ਸਾਲਾਂ ਦੀ ਹੋਈ, ਫੇਰ ਉਹਦਾ ਵਿਆਹ ਮੇਰੇ ਪਾਪੇ ਨਾਲ ਹੋਇਆ, ਤਾਂ ਜਾ ਕੇ ਕਿਤੇ ਜੇਲ੍ਹ ਜਲੌਰ ਸਿੰਘ ਜੌਹਲ ਇਸ ਦੁਨੀਆਂ ਤੇ ਆਇਆ। ਸ਼ਟ ਅਪ। ਕੰਮ ਵੇਲੇ ਕੰਮ ਤੇ ਮਖੌਲ ਵੇਲੇ ਮਖੌਲ, ਤਿੰਨ ਜੱਜੇ ਕਦੇ ਨਾ ਭੁੱਲਿਓ। ਜੇਲਰ ਜਲੌਰ ਸਿੰਘ ਜੌਹਲ। ਸਰ ਜੀ, ਤੁਸੀਂ ਰੋਪ ਤੇ ਪਿਆਰ ਚ ਇੰਨਾ ਬੈਲੈਂਸ ਬਣਾ ਕੇ ਰੱਖਦੇ ਹੋ, ਮੈਨੂੰ ਨਹੀਂ ਲੱਗਦਾ ਕਿ ਤੁਹਾਡੀ ਜੇਲ੍ਹ ਚੋਂ ਕਦੇ ਕਦੀ ਭੱਜਿਆ ਹੋਊ। ਤੁਲਸੀਦਾਸ, ਤੇਰੇ ਦੋਹੇ ਮੈਨੂੰ ਕਦੇ ਕਦੇ ਚੰਗੇ ਲੱਗਦੇ ਆ ਓਏ। ਓਏ, ਤੂੰ ਭੱਜਣ ਦੀ ਗੱਲ ਕਰ ਦੂੰ, ਭੱਜਣਾ ਤੇ ਦੂਰ ਦੀ ਗੱਲ ਆ, ਇਹ ਤਾਂ ਸਜ਼ਾ ਕੱਟਣ ਤੋਂ ਬਾਅਦ ਵੀ ਸੌਰਦਿਆਂ ਨੂੰ ਮਿਹਨਤਾਂ ਕਰ ਕਰ ਬਾਹਰ ਕੱਢਣਾ ਪੈਂਦਾ ਕਿ ਭਰਾਵੋ ਜਾਓ। ਜੇ ਇੱਥੇ ਅਸੀਂ ਐਕਸ ਕੈਦੀ ਵੀ ਰੱਖਣੇ ਸ਼ੁਰੂ ਕਰਤੇ, ਇਸ ਜਗ੍ਹਾ ਦਾ ਸਾਈਜ਼ ਇੰਨਾ ਵੱਧ ਜਾਣਾ ਕਿ ਸਾਨੂੰ ਜੇਲ੍ਹ 'ਚ ਸੈਕਟਰ ਕੱਟਣੇ ਪੈ ਜਾਣੇ ਆ, ਉਹ ਵੀ ਪੂਡਾ ਅਪਰੂਵਡ। ਹਾਂ, ਕੁਝ ਸਮਾਂ ਪਹਿਲਾਂ ਕੈਦੀ ਨੰਬਰ 107 ਨੇ 2-3 ਵਾਰੀ ਭੱਜਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ, ਪਰ ਜਿੰਨੀ ਪੈਰੀ ਗਿਆ ਸੀ ਓਨੀ ਪੈਰੀ ਮੁੜ ਕੇ ਇਹਨਾਂ ਪੈਰਾਂ ਤੇ ਗਿਰ ਕੇ ਕਹਿੰਦਾ ਜੀ ਪੈਰੀ ਪੈਣਾ। ਇੱਕ ਵਾਰੀ ਮਾਫ਼ ਕਰ ਦਿਓ ਬਸ, ਮੈਂ ਤੁਹਾਡੇ ਮੂਹਰੇ ਗੋਡੇ ਟੇਕ ਕੇ, ਹੁਣ ਤੇ ਇਹੀ ਮੇਰੇ ਸਹੁਰੇ ਤੇ ਇਹੀ ਮੇਰੇ ਪੇਕੇ, ਬਸ ਇਹ ਸਮਝ ਲਓ ਇਹ ਜਨਮ ਤੁਮਾਰੇ ਲਈ। Thank you.
वैसे तरसेम जी इन्नी कड़कती धुप च केड़िया अंबरसरी बड़िया उत्थे सका रहे सी? रोटी खाने तो बाद मैं सैर करता हूं जी। वाह, मैनू यकीन नहीं हो रहा कि मैं उस इंसान नाल गल कर रहा जो सवा साल पहला इतों दो तीन बारी भजन की कोशिश कर चुकया ते हुण अपनियां सारियां बैड हैबिट्स त्याग के इन्ना हैल्थ कॉन्शियस हो गया कि इस जगह नू तनो मनो अपना चुकया। जेलर जलौर सिंह जौल दा तैनू अनअफिशियली सलूट करन जी कर रहा। ए की कर रहे जी? ना इते कुछ भी नहीं बेटे, मेरा ते हाथ जोड़न जी कर रहा। ना इदा ना करो जी। मैं मानदा कि पिछले 14 महीनों च तू कोई ऐसी पुट्ठी सीधी हरकत नहीं की, पर इस गल नू भी अखों परोखे नहीं किया जा सकता कि जिस बंदे च एक बारी भजन वाला वायरस बढ़ जाए और दोबारा किसे वेले भी जाग सकता। वो तो है जी। है जी? मतलब तुसी सही कह रहे हो। एक गल होर, अपने मन दे विच कदे भी ये फिल्मी फीलिंग नहीं लेके आउणी कि बरखुरदार दुनिया में ऐसी कोई जेल नहीं बनी जो तरसेम लाल को कैद रख सके। सो वड्डे वीर, ये कैद नहीं है, ये ओ अपाकी जगह जिथे तुसी चरण पाके इस नू भागण वाला बनाया। हाथ जोड़ के तुसी मैनू शर्मिंदा कर रहे हो जी। यही तो मैं चाहुंदा कि तुसी शर्मिंदा होवो तां जो तुसी मैनू शर्मिंदा ना कर जाओ। इस वर्दी ते अज तक कदे कोई दाग नहीं लग्या ते मैं चाहुंदा अगों भी अल्ट्रा क्लीन ही रहे। हाँ, जिथों तक फैसिलिटीज का सवाल है, जो तुहानू इत्थे चाहिए उहदे लई मैं हाजिर हाँ। 9 नंबर दे फ्लीट बूट लै दिओ जी। हाँ जी, सैर सुर करन। तू 9 दी गल कर दूं, तैनू 10 नंबर दे लै देंगे। जे कहे उत्थे रनिंग ट्रैक बना दिए भावें दिन रात भजी जाई। हुण तुसी ट्रैक बनाओ चाहे ना बनाओ जी, पर तुहाडा क्या सिर मत्थे, हुण कह दिओ उत्थे ही भजणगे। जरनैल, ओ जरनैल, ओ तैनू कुड़ी मिलन आई है। है? मैनू? ओ तैनू बंदा मिलन आए, दूजे जरनैल नू मिलन आई है। ले ले जरनैल, ओ जरनैल, ओ तैनू कुड़ी मिलन आई है। अमन? जरनैल, सब ठीक तो है? मेरा व्याह तरता। मैं डैडी नूं मनाउण दी बहुत कोशिश कीती पर नहीं मन्ने। ते तू मन गी? जदों दा तू अंदर होया मैं घरदिआं दे नाल लड़दी रही हां। रिश्तेदार डैडी नूं अड मीणे मारदे कि तैनूं फेम दी तस्करी वाले मुंडा मिलिआ सी। ते तू वी लोकां नाल रल गई है? तू चंगी तरह जाणदी मैं अजा कुछ नहीं कर सकदा, मैनूं फसाया गया है। ते तू इह वी जाणदी है फसाया कीने? तू कदों तक मेरे भरा ते शक करदा रहेगा? लोकी तेरा नाम लैंदे ने, मैं किदा किदा मुंह बंद करा? तू मेरी हालत नहीं जाणदा। ते मेरा की है? जरनैल, मैं एक एक दिन इस जेल च यही सोच के कट रहे कि कदों मैं बाहर निकला ते कदों मैं तेरे नाल एक नवी जिंदगी की शुरुआत करा। मेरी एक सजा च मुक्की नहीं है, तू एक होर दे चली। मैनू माफ कर दे। नहीं, मैं नहीं माफ करता। तू जा एक बारी होर अपने डैडी नाल गल कर। बहुत देर हो चुकी है जरनैल, कल मेरा ब्याह है। ते तू मैनू अज दसना ही है? मैं मीना पहला भी दस देनी ते की कर लेना, भजा के ले जाता। नहीं ना, सगो दी जेल च बैठे रहे मेरे वांग तू रोज मरना सी। अज केड़ा तू मैनू जिंदा छड़ चली है? समझ ले तू वाले आई ठीक है। धोखा दे रही है तू मैनू, जिन्हें बाणी नहीं सी तो लाई क्यों सी मेरे नाल? जवाब दे मेरी गलता, तू किसे होर नाल ब्याह नहीं करा सकती, तू मेरा जीना औखा करके नहीं जा सकती। जीना तो तू वाला ही औखा है जरनैल, तेरा मेरे बगैर, मेरा तेरे बगैर, किसी होर नाल। जोड़े सी जो ख्वाब चूर चूर होने लगे, तू दूर गई सा दूर होने लगे, जोड़े सी जो ख्वाब चूर
चूर होने लगे कदी ना मुकण वाला कदी ना मुकण वाला गम दे गई ये अखियां नू रोण दा कम दे गई ये अखियां नू रोण दा कम दे गई जिलर साहब की मजरा आशिक है इश्क दी बली चढ़ गया बड़ी दुख वाली कहानी है इसकी आज भी छेती आज ना क्यों काल मचा रखी है कितने जंज चढ़ना है जंजे चढ़ना है ब्याली कुड़ी वेखण चले हैं लेट हो रहे हैं ना ए दस मुंदरी केड़े विचोले नू पाउन लग गया बचन चाची नू मैनू कह दंदा कुड़ी लब्बण नू मैं ता दूध दी पवांदी रह गई मुंदरी ता बचनो लै गई ओ चाची ने कुड़ी ओ इन्नी सोहणी लब्बी है ओनू मुंदरी की मैं पूरा सेट पवा दवा चल गुरपते चंगा जिउंदे रहो वीर जी मुंडे ने ता कुड़ी दी फोटो वेख के ही हां करती सी बस हुण ता तुहाडे वल्लों हां दी उडीक है वैसे काका जी तुसी किन्ना क कमा लैंदे हो बाजी 30,000 रुपया बन जाता महीने का पांच मज्जां ने 50 किलो दुध देंदियां ने 2 किलो मैं पी जाना ते बाकी 50 किलो बिक जांदा जी पर काका जी 2 किलो दुध पी के तो फिर 48 बचना चाहिए तुसी 50 किवें बेच लेंदे हो ओ जी ओ एडजस्टमेंट हो जाती जी ਭਾਈ ਦੋਜੀਏ ਭਾਵੇਂ ਜਿਹੋ ਜਿਹਾ ਮਰਜ਼ੀ ਹੋਵੇ ਪਰ ਮੁੰਡਾ ਸੱਚਾ ਸੋਚਾ ਹੈ ਮੁੰਡਾ ਤਾਂ ਹੀਰਾ ਹੈ ਜੀ ਭਾਵੇਂ ਮਾਂ ਬਾਪ ਤੋਂ ਬਿਨਾਂ ਪਲਿਆ ਪਰ ਇੱਕ ਵੀ ਐਬ ਨਹੀਂ ਹੈ ਮੁੰਡੇ 'ਚ ਬਾਕੀ ਅਸੀਂ ਬੈਠੇ ਹਾਂ ਨਾ ਕਾਕਾ ਜੀ ਤੁਹਾਡੀ ਕੋਈ ਮੰਗ ਤਾਂ ਨਹੀਂ ਕਿਉਂ ਸ਼ਰਮਿੰਦਾ ਕਰਦੇ ਹੋ ਜੀ ਮੈਂ ਤਾਂ ਤੁਹਾਨੂੰ ਵਿਆਹ 'ਤੇ ਵੀ ਇੱਕ ਪੈਸਾ ਨਹੀਂ ਲਾਉਣ ਦੇਣਾ ਬਚਨ ਕੁਰੇ ਭਾਈ ਮੈਨੂੰ ਮੁੰਡਾ ਪਸੰਦ ਕਰਾਓ ਫਿਰ ਮੂੰਹ ਮਿੱਠਾ ਲੋ ਹੁਣੇ ਲੋ ਅਮਨਵੀਰ ਕੋਰੇ ਆ ਗਈ ਜੀ ਆ ਗਈ ਬਸ ਆ ਰਹੀ ਆ ਮੰਮੀ ਨਾ ਮੰਨ ਲਈ ਹਾਂ ਲੰਡੂ ਜਾਈ ਮੁੰਡਾ ਲੱਭਿਆ ਸੀ ਜਿਹੜਾ ਮੈਂ ਰਿਸ਼ਤਾ ਦੱਸਿਆ ਸੀ ਉਹ ਮਾੜਾ ਤੂੰ ਇੱਕ ਨਸ਼ੇੜੀ ਘੱਟ ਹੈ ਘਰ 'ਚ ਜਿਹੜਾ ਤੇਰੀ ਭੈਣ ਨੂੰ ਵੀ ਨਸ਼ੇੜੀ ਦੇ ਲੜ ਲਾ ਦਈਏ ਨਾ ਨਸ਼ੇ ਡੰਗ ਮਾਰਦੇ ਆ ਭੈਣ ਨੂੰ ਅਗਲਾ 7 ਕਿੱਲਿਆਂ ਦਾ ਮਾਲਕ ਆ ਆ ਦੋਜੀ ਕੋਲ 7 ਢੋਲ ਨਹੀਂ ਹੋਣੇ ਦੁੱਧ ਵਾਲੇ ਤੂੰ ਨਾ ਆ ਰਹੀ ਆ ਜੀ ਪਛਾੜ ਆ ਗਈ ਜੀ ਆ ਗਈ ਬਸ ਆ ਗਈ ਬਲਬੀਰ ਭਾਈ ਮੈਨੂੰ ਤਾਂ ਮੁੰਡਾ ਬਹੁਤ ਚੰਗਾ ਲੱਗਾ ਓ ਫਿਰ ਕਰਦੀ ਹੈ ਰਿਸ਼ਤਾ ਪੱਕਾ ਹਾਂਜੀ ਹਾਂਜੀ ਮੈਨੂੰ ਤਾਂ ਮੁੰਡਾ ਪਸੰਦ ਹੈ ਲੈ ਕਾਕਾ ਕਰ ਮੂੰਹ ਬੇਟਾ ਭੈਣ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਜਰਨੈਲ ਜੇ ਤੂੰ ਕੁੜੀ ਨਾਲ ਕੱਲਿਆਂ 2 ਮਿੰਟ ਗੱਲ ਕਰਨੀ ਤਾਂ ਕਰ ਲੈ ਕਿਉਂ ਜੀ ਹਾਂਜੀ ਹਾਂਜੀ ਸਿੱਖ ਨਾਲ ਕਿਉਂ ਨਹੀਂ ਵੈਸੇ ਮੈਂ ਤੁਹਾਨੂੰ ਪਸੰਦ ਤਾਂ ਹੈਗਾ ਨਾ ਜਮਾ ਹੀ ਨਹੀਂ ਤੁਸੀਂ ਅਰੇਂਜਡ ਮੈਰਿਜ ਲਵ ਮੈਰਿਜ ਤਾਂ ਸੁਣਿਆ ਨਾ ਕੀ ਹੁੰਦੀ ਹੈ ਮੈਂ ਅਰੇਂਜ ਮੈਰਿਜ ਨਹੀਂ ਕਰਾਉਣਾ ਚਾਹੁੰਦੀ ਜਿਹੜੇ ਮੁੰਡੇ ਨੂੰ ਮੈਂ ਜਾਣਦੀ ਨਹੀਂ ਜਿਹਦੇ ਨਾਲ ਮੈਨੂੰ ਪਿਆਰ ਨਹੀਂ ਮੈਂ ਉਹਦੇ ਨਾਲ ਆਪਣੀ ਪੂਰੀ ਜ਼ਿੰਦਗੀ ਕਿਵੇਂ ਕੱਟ ਸਕਦੀ ਹਾਂ ਲੋਕੀ ਵੀ ਕੱਟਦੇ ਹੀ ਆ ਵਿਆਹ ਤੋਂ ਬਾਅਦ ਪਿਆਰ ਵੀ ਹੋ ਜਾਂਦਾ ਕੀ ਗਾਰੰਟੀ ਮੈਂ ਤਾਂ ਆਪਣੀ ਗਾਰੰਟੀ ਦੇ ਸਕਦਾ ਮੈਨੂੰ ਤਾਂ ਹੋ ਜਾਊ ਤੁਹਾਡੇ ਨਾਲ ਪਿਆਰ ਪਰ ਤੁਹਾਡਾ ਮੈਨੂੰ ਪਤਾ ਨਹੀਂ ਤਾਂ ਹੀ ਤਾਂ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦੀ ਜਦੋਂ ਮੈਨੂੰ ਕਿਸੇ ਨਾਲ ਪਿਆਰ ਹੋ ਜੂ ਮੈਂ ਉਹਦੇ ਨਾਲ ਵਿਆਹ ਕਰਾ ਲੂੰ ਪਲੀਜ਼ ਤੁਸੀਂ ਡੈਡੀ ਜੀ ਨੂੰ ਮਨਾ ਕਰ ਸਕਦੇ ਹੋ ਪਲੀਜ਼ ਮੇਰੇ ਤਾਂ ਸਾਰੇ ਪਿੰਡ ਨੂੰ ਪਤਾ ਹੈ ਮੈਂ ਤੁਹਾਡੀ ਫੋਟੋ ਦੇਖ ਕੇ ਡੁੱਲ ਗਿਆ ਸੀ ਮੈਂ ਹੁਣ ਮੈਨੂੰ ਨਹੀਂ ਪਤਾ ਜਿਵੇਂ ਡੁੱਲੇ ਸੀ ਉਵੇਂ ਆਪਣੇ ਆਪ ਨੂੰ ਇਕੱਠਾ ਕਰੋ ਪਲੀਜ਼ ਜਾਣ ਤੋਂ ਪਹਿਲਾਂ ਨਾ ਬੋਲ ਕੇ ਜਾਓ ਪਰ ਕਾਕਾ ਜੀ ਹੁਣੇ ਤਾਂ ਤੁਸੀਂ ਹਾਂ ਕੀਤੀ ਸੀ ਆ 5 ਮਿੰਟਾਂ 'ਚ ਕੀ ਹੋ ਗਿਆ
मैं तो थोड़ी बेटी बहुत पसंद है जी, तो मैं उन्होंने गवाना नहीं चाहता। मैंने किसी पंडित ने कहा सी तेरा पहला विआह नहीं चलना, दूजा चलू। मैं सोच रहा सी कि मैं पहला किसी होर नाल विआह करा लवा फिर इन्हां नाल करावा। बोलो ले जा इस पागल मुंडे नूं इत्थों, एहो जिहा मुंडा लभे सी मेरी कुड़ी लई। वीर जी मेरी गल तां सुनो, मैं कुछ नहीं सुनना, ले जा इहनूं इत्थों। जरनैल भाई कुड़ी वेखन गया सी, छुआरा लवा के आए कि नहीं है? नहीं यार, गल सिर नहीं चढ़ी। क्यों, किसी ने भानी मारती? किने? कुड़ी ने आप। की इन्ने सवाल ना कर भरावा, मैं पल नहीं सदमे च। चल चंगा चाचे। मैडम जी ये तुसीं बड़ा चंगा कीता, जिहड़ा बच्चियां दे स्कूल विच बजुर्गां नूं अंग्रेजी सिखाउणी शुरू कर दित्ती। मैं पंजाबी बाद विच सिख लूं, पहलां मैनूं अंग्रेजी पढ़नी लिखनी सिखा दो। अगले हफ्ते कनेडा तों मेरे पोता पोती ने आउणा, उन्हां मूहरे बुत बणिया खड़ा रहांगा। इन्नी छेती किवें सिखा दिए? मैं कड़ा अंग्रेजी नाल गतका खेडणा है जी, तुसीं मैनूं मेरे पोता पोती दे नां लैणे सिखा दो। इहो जिहे किहड़े नां ने दस्सी जरा? सिलवेस्टर ते सुजैन। आही बोलण लग्गिया मैनूं चक्कर दी आ जांदे आ जी। ठीक है, एडमिशन फॉर्म भर के तुसी कल क्लास जा जाओ। हुण मेरी क्लास का टाइम हो गया, मैं लेट हो रही हूँ। ठीक है जी। ओके जी। चल काका। चलो फिर हुण अगे वधदे आ। M for monkey, monkey माने बिल्ली। बिल्ली नहीं बांदर। जे आए रहा ना पूरी जिंदगी तुसी लोकां नूं इंग्लिश नहीं आनी। जिंदगी जो गोडे रह गए बीबी। सत श्री अकाल जी। सत श्री अकाल, तुसी इत्थे? हाँ जी। उस तो बाद मैं बहुत सोचिया, तुसी सही हो, बंदे नू लव मैरिज ही करानी चाहिए या मैं थोड़े नाल। थैंक यू जी। चंगा। ओ एक मिनट जी। थोड़ी किसी ने गाटी देनी? मतलब? मेरे कहने का मतलब है लव मैरिज लई तुसी को मुंडा देखिया? उदले मुंडा देखना नहीं पैंदा, आप हो जांदा है। तुसी मनते हो ना, आप हो जांदा है। मैनू भी हो गया। की हो गया? मैनू लगदा मैनू भी प्यार हो गया जी। तुसी ठीक तां हो? इंज राह च खड़े हो कि मेरे नाल किहो जिहियां गल्लां कर रहे हो? आपां किते होर बह के कर लैने आ, थोड़े घरे जाके गल कर लैने। तुसी ना आपदे पिंड दे डॉक्टर तों आपदा इलाज करवाओ। मेरे पिंड दा डॉक्टर दा आप किसे कुड़ी दे चक्कर च फरना एलपी फिरदा है? उन्हें किसी का इलाज की करना है? देखो जी, दुध पाने वाले बंदे तो कहानियां ना पवाओ। सीधी सौखी गल है कि मैनू थोड़े नाल प्यार हो गया। देखो जी, मैं एहो जी कुड़ी नहीं हैगी। 365 चलित्र नार ते यही बंदे नू मार दे। उदन तुसी कह रहे सी कि मैं लव मैरिज करवानी है, अज तुसी कह रहे हो मैं एहो जी कुड़ी नहीं। की होया काका? कुछ नहीं बाबा जी, दुध का हिसाब कर रहे सी। कर ला पुत। एक बयान ते टिकना चाहिदा है। हाँ, मैं लव मैरिज उदे नाल कराऊं ना जिदे नाल मैनू प्यार हो। ते मेरे नाल कर लो प्यार, मैं केड़ा फटिया दुध बेचदा। मैडम, स्टूडेंट्स वल्लों थानू कोई परेशानी तो नहीं आ रही? नहीं मैम, सारे स्टूडेंट्स बहुत वधिया ने। प्रिंसिपल मैडम स्कूल च दुध लवाया जी? नहीं तो क्यों? बाहर एक दूजी आया जी। दूजी की करन आया? मैं पढ़न आया जी। मैं भी अंग्रेजी सीखनी है। आओ जी आओ, पर असी अंग्रेजी सिखाउण तो पहला पंजाबी सिखाई दिए। पंजाबी तो जी मेरे च कोट कोट के भरी हुई, जम्मण तो बाद मुंह चो पहला अक्खर ही उड़ा निकले सी,
ਐ ਸਮਝ ਲਓ ਮਾਂ ਬੋਲਣ ਤੋਂ ਪਹਿਲਾਂ ਅਸੀਂ ਮਾਂ ਬੋਲੀ ਸਿੱਖ ਲਈ ਸੀ। ਚਲੋ ਮੈਂ ਰਜਿਸਟਰ 'ਚ ਤੁਹਾਡਾ ਨਾਂ ਚੜਾ ਲੈਣੀ ਆ। ਕੀ ਨਾਂ ਹੈ ਤੁਹਾਡਾ? ਜਰਨੈਲ। ਓਕੇ ਜਰਨੈਲ, ਪਲੀਜ਼ ਬੈਠੋ। ਚੰਗਾ ਜੀ। ਮੈਡਮ ਜੀ, ਦੂਜੀ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਆ ਜੀ? ਮੈਂ ਦੱਸਦਾ ਜੀ, ਲਵਰ। ਅੱਛਾ, ਲਓ ਜੀ ਇਹ ਵੀ ਪਤਾ ਲੱਗ ਗਿਆ ਕਿ ਦੂਜੀ ਨੂੰ ਅੰਗਰੇਜ਼ੀ ਵਿੱਚ ਲਵਰ ਕਹਿੰਦੇ ਆ। ਅਮਨ ਜੀ, ਅਮਨ ਜੀ, ਅਮਨ ਜੀ, ਮੇਰੀ ਗੱਲ ਕੁਝ ਨਹੀਂ ਸੁਣਨਾ। ਨਾ ਮੈਂ ਅਰੇਂਜ ਮੈਰਿਜ ਕਰਾਉਣੀ, ਨਾ ਮੈਂ ਲਵ ਮੈਰਿਜ ਕਰਾਉਣੀ। ਤੁਸੀਂ ਮੇਰਾ ਪਿੱਛਾ ਛੱਡੋ। ਹੌਲੀ ਬੋਲੋ ਮੈਡਮ, ਕਿਉਂ ਮੈਨੂੰ ਸਕੂਲੋਂ ਕਢਾਉਂਗੇ? ਲਵ ਮੈਰਿਜ ਤੁਸੀਂ ਨਹੀਂ ਕਰਾਉਣੀ, ਅਰੇਂਜ ਮੈਰਿਜ ਤੁਸੀਂ ਨਹੀਂ ਕਰਾਉਣੀ, ਤੀਜੀ ਕਿਹੜੀ ਮੈਰਿਜ ਹੁੰਦੀ ਹੈ ਦੱਸ ਤੋਂ, ਮੈਂ ਉਹਦੀ ਤਿਆਰੀ ਕਰ ਲਾਂਗਾ। ਮੈਂ ਕਿਹੜਾ ਨਾ ਤੁਹਾਡੇ 'ਚ ਇੰਨਾ ਵੀ ਦਿਮਾਗ ਹੋਵੇ ਨਾ ਤਾਂ ਸਮਝੋ ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀ। ਪਰ ਕਿਉਂ, ਕੀ ਘਾਟ ਹੈ ਮੇਰੇ 'ਚ? ਤੁਹਾਡੇ 'ਚ ਪੂਰਾ ਕੀ ਹੈ? ਪੜ੍ਹੇ ਲਿਖੇ ਤੁਸੀਂ ਹੋ ਨਹੀਂ, ਦਿਮਾਗ ਤੁਹਾਡੇ 'ਚ ਹੈ ਨਹੀਂ, ਇਸ ਕਰਕੇ। ਮੈਡਮ ਹੁਣ ਤੁਹਾਡੇ ਜਿੰਨਾ ਦਿਮਾਗ ਮੈਂ ਕਿੱਥੋਂ ਲੈ ਕੇ ਆਵਾਂ? ਤੁਸੀਂ ਪਾਈਏ ਦੇ ਭਾਂਡੇ 'ਚ ਅੱਧਾ ਕਿਲੋ ਦੁੱਧ ਪਾਉਣ ਨੂੰ ਫਿਰਦੇ ਹੋ। ਮਾਤੜ ਤਾਂ ਹੁਣ ਇਹੋ ਜਿਹਾ ਹੀ ਹੈ। ਮੈਨੂੰ ਇਹੋ ਜਿਹਾ ਮਾਤੜ ਨਹੀਂ ਚਾਹੀਦਾ। ਕੌਣ ਆ ਜਿਹੜਾ ਤੇਰੀ ਭੈਣ ਨੂੰ ਖੜਾਈ ਖੜਾ? ਮੈਂ ਕੁਛ ਕੌਣ ਆ ਇਹ? ਕੁੱਤਾ ਕਾਰ ਮਗਰ ਜਿੰਨਾ ਮਰਜ਼ੀ ਭੱਜ ਲੈ, ਵਿੱਚ ਸਵਾਰ ਨਹੀਂ ਹੋ ਸਕਦਾ। ਗੱਲ ਸੁਣ ਲੈ ਮੇਰੀ, ਜੇ ਮੇਰਾ ਵਿਆਹ ਅਮਨ ਨਾਲ ਨਾ ਹੋਇਆ ਨਾ ਤਾਂ ਆਪਣੇ ਆ ਨਸ਼ੇ ਪੱਤਿਆਂ ਦਾ ਇੰਤਜ਼ਾਮ ਆਪ ਕਰ ਲਈ। ਹਾਂ ਵੀਰ, ਸਾਡੇ ਪਿੰਡ ਆਸ਼ਕਾਂ ਦੇ ਪੈਂਦੀਆਂ ਬਹੁਤ ਨੇ। ਇੱਜ਼ਤ ਮਾਣ ਤਾਂ ਆਸ਼ਕਾਂ ਦਾ ਕਿਸੇ ਪਿੰਡ 'ਚ ਨਹੀਂ ਹੁੰਦਾ। ਵੈਸੇ ਮੈਂ ਆਸ਼ਕੀ ਕਰਨ ਨਹੀਂ, ਇੱਕ ਮਸਲਾ ਸੁਲਝਾਉਣ ਲਈ ਆਇਆ ਸੀ। ਮਸਲਾ ਤਾਂ ਮੈਂ ਸੁਲਝਾ ਦਿੰਦਾ, ਇਹਨੂੰ ਜਾਣਦਾ ਕੌਣ? ਨਹੀਂ ਜਾਣਦਾ ਤੈਨੂੰ ਇਹ ਵੀ ਨਹੀਂ, ਪਰ ਮੈਂ ਫਿਰ ਵੀ ਤੁਹਾਡੀ ਜਾਣ ਪਛਾਣ ਕਰਾ ਦਿਆਂ। ਬਿੰਦਰ, ਇਹ ਉਹ ਮੁੰਡਾ ਜਿਹੜਾ ਮੇਰੀ ਭੈਣ ਨੂੰ ਦੇਖਣ ਆਇਆ ਸੀ, ਅਤੇ ਇਹ ਉਹ ਮੁੰਡਾ ਜਿਹਦੇ ਨਾਲ ਮੇਰੀ ਭੈਣ ਦਾ ਵਿਆਹ ਹੋਣਾ। ਚੱਲ ਦਿਖੀ ਨਾ ਹੁਣ, ਚੱਲ ਕਿੱਕ ਮਾਰ ਤੇ ਤੁਰਦਾ ਬਣ। ਮੋਟਰਸਾਈਕਲ ਨੂੰ ਕਿੱਕ ਮਾਰਨ ਨੂੰ ਕਿਹਾ ਸੀ। ਸੌਰੀ ਵੀਰੇ, ਮੈਨੂੰ ਲੱਗਿਆ ਤੂੰ ਆਪਣੇ ਮਾਰਨ ਨੂੰ ਕਿਹਾ ਸੀ। ਮੋਟਰਸਾਈਕਲ ਦਾ ਸੈਲਫ ਸਟਾਰਟ ਹੈ। ਜੇ ਫੋਰ ਜਗ, ਜਗਮਣੇ ਜਗ। ਗੁਰਮੁਖੀ ਤੇ ਅੰਗਰੇਜ਼ੀ ਨੇੜੇ ਤੇੜੇ ਨੀ? ਨੇੜੇ ਤੇੜੇ ਲੱਗਦੀਆਂ ਨੇ। ਜੇ ਫੋਰ ਕਾਈਟ, ਕਾਈਟ ਮਾਣੇ ਪਤੰਗ। ਐਲ ਫੋਰ ਲਵਰ, ਲਵਰ ਮਾਣੇ ਦੋਜੀ। ਮੈਡਮ ਅੱਜ ਲਵਰ ਨਹੀਂ ਆਇਆ। ਆ ਦੂਜੀ ਤੂੰ ਯਾਦ ਆਇਆ, ਅੱਜ ਸਾਡੀ ਮੱਝ ਬਿਮਾਰ ਹੋ ਗਈ, ਦੁੱਧ ਨਾ ਦੇਵੇ। ਅੱਛਾ, ਮੈਂ ਡੈਰੀ ਤੇ ਦੁੱਧ ਲੈਣ ਲਈ ਜਾਣ ਲੱਗਿਆ ਨਾ, ਮੇਰੀ ਘਰ ਵਾਲੀ ਕਹਿੰਦੀ ਤੁਸੀਂ ਨਾ ਸਕੂਲ ਜਾਓ, ਮੈਂ ਆਪੇ ਕਿਸੇ ਲਵਰ ਨੂੰ ਖੜਾ ਕੇ ਦੁੱਧ ਪਵਾ ਲੂੰਗੀ। ਫਿਰ ਪਵਾ ਲਿਆ। ਤੁਸੀਂ ਤਿੰਨ ਦਿਨਾਂ ਤੋਂ ਸਕੂਲ ਕਿਉਂ ਨਹੀਂ ਆਏ? ਹਾਂਜੀ ਮਾਸਟਰ ਨੀ, ਠੀਕ ਨਹੀਂ ਹੈ ਜੀ, ਖਾਣ ਨੂੰ ਪੈਂਦੀ ਹੈ, ਨਾ ਕਟਾਉਣਾ ਹੈ ਸੀ ਆਦ। ਸੌਰੀ, ਉਸ ਦਿਨ ਮੈਂ ਥੋੜ੍ਹਾ ਜ਼ਿਆਦਾ ਬੋਲ ਗਈ। ਨਹੀਂ ਨਹੀਂ, ਤੁਸੀਂ ਕਿੱਥੇ ਜ਼ਿਆਦਾ ਬੋਲੇ ਸੀ, ਤੁਸੀਂ ਤਾਂ ਸੰਖੇਪ ਸਾਰ 'ਚ ਗਾਲਾਂ ਹੀ ਕੱਢੀਆਂ ਸੀ। ਮੈਂ ਗਾਲਾਂ ਕਦੋਂ ਕੱਢੀਆਂ? ਮੈਂ ਸਿਰਫ ਇੰਨਾ ਕਿਹਾ ਥੋੜ੍ਹਾ ਜਿਹਾ ਦਿਮਾਗ ਘੱਟ ਹੈ। ਲੈ ਫੇਰ ਕਿਹੜਾ ਮੈਡਲ ਦੇਤਾ, ਵੈਸੇ ਮੈਂ ਸੌਂ ਖਾ ਲਈ ਹੈ, ਹੁਣ ਦਿਮਾਗ ਵਧਾ ਕੇ ਰਹੂੰ ਆਪਦਾ। ਤਿੰਨ ਚਾਰ ਥਾਵਾਂ 'ਤੇ ਗੱਲ ਚੱਲ ਰਹੀ ਮੇਰੀ ਦਿਮਾਗ ਨੂੰ ਲੈ ਕੇ। ਰੀਲੀ ਸੌਰੀ, ਮੈਨੂੰ ਵੀ ਵਧੀਆ ਨਹੀਂ ਲੱਗ ਰਿਹਾ, ਤੁਸੀਂ ਭੁੱਲ ਜਾਓ ਪਲੀਜ਼। ਮਸਾਂ ਮਸਾਂ ਤਾਂ ਕੁਛ ਰੱਟਿਆ ਸੀ, ਪਰ ਜੇ ਤੁਸੀਂ ਕਹਿੰਦੇ ਹੋ ਤਾਂ ਭੁੱਲ ਜਾਂਦੇ ਹਾਂ। ਅਤੇ ਹੁਣ ਆਪਾਂ ਦੋਸਤ? ਮਾਫ ਕਰਤਾ ਇੰਨਾ ਬਹੁਤ ਨਹੀਂ, ਹੁਣ ਦੋਸਤੀ ਕਾਹਦੀ? ਪਰ ਤੁਸੀਂ ਤਾਂ ਕਿਹਾ ਸੀ ਉਸ ਦਿਨ ਕਿ ਤੁਸੀਂ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੇ ਹੋ। ਉਹ ਪੁਰਾਣੀ ਗੱਲ ਹੈ ਮੈਡਮ, ਦੁੱਧ ਜਦੋਂ ਪਿਆ ਪਿਆ ਫਟ ਜੇ ਪਨੀਰ ਬਣ ਜਾਂਦਾ,
ਤੇ ਪਨੀਰ ਆਉਂਦਾ ਮਹਿੰਗਾ। ਹੁਣ ਮੈਂ ਫਟ ਚੁੱਕਿਆ ਤੇ ਆਪਾਂ ਹੋ ਗਏ ਮਹਿੰਗੇ, ਹੁਣ ਨਹੀਂ ਤੁਹਾਡੇ ਹੱਥ ਆਉਂਦੇ। ਕਾਕਾ ਜੀ ਹਾਲੇ ਦੁੱਧ ਦਾ ਹਿਸਾਬ ਮੁੱਕਿਆ ਨਹੀਂ? ਮੁੱਕ ਗਿਆ ਬਾਬਾ ਜੀ, ਸਭ ਕੁਛ ਮੁੱਕ ਗਿਆ। ਚੰਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਉਹ ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ। ਯਾਰੀ ਜੱਟ ਦੀ ਤੂਤ ਦਾ ਮੋਛਾ ਕਦੇ ਨਾ ਵਿਚਾਲੋਂ ਟੁੱਟ ਦੇ। ਕਿਉਂ ਮੈਡਮ ਜੀ? ਜਿੱਥੇ ਤੱਕ ਗੱਲ ਪਹੁੰਚ ਗਈ ਹੈ ਜੱਟ ਦੀ, ਹਜੇ ਵੀ ਅਰੇਂਜ ਮੈਰਿਜ ਹੈ ਜਾਂ ਫਿਰ ਲਵ? ਇਹ ਦਿਲ ਤੇਰਾ ਹੋਇਆ ਧੜਕਨ ਛੱਡ ਕੇ, ਤੈਨੂੰ ਇਸ਼ਕ ਕਰਾਂ ਮੈਂ ਜ਼ਿੰਦਗੀ ਤੋਂ ਵੱਧ ਕੇ। ਇਹ ਦਿਲ ਤੇਰਾ ਹੋਇਆ ਧੜਕਨ ਛੱਡ ਕੇ, ਤੈਨੂੰ ਇਸ਼ਕ ਕਰਾਂ ਮੈਂ ਜ਼ਿੰਦਗੀ ਤੋਂ ਵੱਧ ਕੇ। ਮੰਗਾ ਹਰ ਵੇਲੇ ਰੱਬ ਤੋਂ ਦੁਆਵਾਂ ਤੇਰੀ ਆਈ ਮੈਂ। ਸਾਡੇ ਵਿੱਚ ਕਿਉਂ ਹੋਵੇ? ਤੇਰੇ ਵਿੱਚ ਮੈਂ ਹੋਵਾਂ, ਮੇਰੇ ਵਿੱਚ ਤੂੰ ਹੋਵੇਂ। ਸਾਹਾਂ ਦਾ ਵੀ ਫਾਸਲਾ ਸਾਡੇ ਵਿੱਚ ਕਿਉਂ ਹੋਵੇ? ਤੇਰੇ ਵਿੱਚ ਮੈਂ ਹੋਵਾਂ, ਮੇਰੇ ਵਿੱਚ ਤੂੰ ਹੋਵੇ। ਇੱਕ ਹੋ ਜੇ ਦੋਹਾਂ ਦਾ ਪਰਛਾਵਾਂ, ਤੇਰੀ ਆਈ ਮੈਂ ਮਰ ਜਾ। ਮੇਰਾ ਸਰਮਾਇਆ ਹੈ ਤੂੰ, ਮੇਰੀ ਹੀ ਜਾਗੀਰੇ। ਪਿਛਲੇ ਜਨਮ ਵਾਲੀ ਤੂੰ ਓ ਮੇਰੀ ਹੀਰੇ। ਮੇਰਾ ਸਰਮਾਇਆ ਹਾਂ ਮੈਂ ਤੇਰੀ ਹੀ ਜਾਗੀਰਾਂ, ਪਿਛਲੇ ਜਨਮ ਵਾਲੀ ਮੈਂ ਓ ਤੇਰੀ ਹੀਰਾਂ। ਰਾਂਝਾ ਬਣ ਕੇ ਤੇਰਾ ਪਿਆਰ ਮੈਂ ਹੀ ਪਾਵਾਂ, ਤੇਰੀ ਆਈ ਮੈਂ ਮਰ ਜਾਵਾਂ। ਤੇਰੀ ਆਈ ਮੈਂ ਮਰ ਜਾਵਾਂ। ਮੁੰਡੇ ਦੀ ਆਪਸ 'ਚ ਸ਼ਰਾਰਤ ਸੀ ਜਿਸ ਕਰਕੇ ਰਿਸ਼ਤਾ ਹੁੰਦੇ ਹੁੰਦੇ ਰਹਿ ਗਿਆ ਸੀ। ਭੁੱਲ ਚੁੱਕ, ਮਾਫ ਜੀ। ਲੈ ਪੁੱਤਰ ਜੀ, ਗਲਤੀ ਤਾਂ ਸਾਡੀ ਧੀ ਦੀ, ਤੁਸੀਂ ਕਿਉਂ ਮਾਫ਼ੀ ਮੰਗਦੇ ਹੋ? ਗੁਰੀ ਪੁੱਤਰ ਜਾ ਅੰਦਰੋਂ ਜਾ ਕੇ ਨਵਾਂ ਤੌਲੀਆ ਲੈ ਕੇ ਆ, ਮੁੰਡੇ ਦੇ ਛੁਆਰਾ ਲਾਈਏ। ਨਵਾਂ ਤੌਲੀਆ ਹੈ ਨਹੀਂ ਘਰੇ। ਪੁੱਤ ਕੋਈ ਨਾ, ਤੂੰ ਜਾ ਕੇ ਕੋਈ ਧੋਤਾ ਹੋਇਆ ਹੀ ਲੈ ਆ, ਜਾ ਤਾਂ ਸਹੀ। ਕੋਈ ਨਾ, ਤੁਸੀਂ ਕਰਾਓ ਤਾਂ ਸਹੀ ਇਹਦੇ ਨਾਲ ਵਿਆਹ, ਇੱਥੇ ਤਾਂ ਦਾਜ ਦਾ ਪਰਚਾ ਮੈਂ ਪਵਾਉਂ। ਦੇਖੋ ਪੁੱਤਰ ਜੀ, ਹੁਣ ਤੁਸੀਂ ਕਬੀਲਦਾਰੀ 'ਚ ਪੈਣਾ ਅਤੇ ਇਹ ਸ਼ਰਾਰਤਾਂ ਛੱਡ ਕੇ ਕੰਮ ਵੱਲ ਧਿਆਨ ਦਿਓ। ਮਹਿੰਗਾਈ ਪਹਿਲਾਂ ਹੀ ਬਹੁਤ ਹੈ ਅਤੇ ਵਿਆਹ ਤੋਂ ਬਾਅਦ ਖਰਚੇ ਵੀ ਵੱਧ ਜਾਣੇ ਆ। ਖਰਚੇ ਜਿੰਨੇ ਮਰਜ਼ੀ ਵਧੀ ਜਾਣ, ਪਾਣੀ ਤਾਂ ਮੁਫ਼ਤ 'ਚ ਹੀ ਆਉਣਾ। ਮਤਲਬ? ਵਿਆਹ ਦਾ ਮਤਲਬ ਹੀ ਐਡਜਸਟਮੈਂਟ ਹੈ ਜੀ, ਅਤੇ ਆਪਾਂ ਕਰੀ ਜਾਣੀ ਹੈ। ਜਿੱਥੇ ਪਹਿਲਾਂ 48 ਕਿਲੋ ਦੁੱਧ ਦਾ 50 ਹੁੰਦਾ ਸੀ,
ਉੱਥੇ ਹੁਣ 48 ਦਾ ਪਹੁੰਚਿਆ ਹੋ ਜੂ ਐਡਜਸਟਮੈਂਟ ਪੁੱਤ ਵਿਆਹ ਦੇ 100 ਖਰਚੇ ਹੁੰਦੇ ਨੇ ਤੇਰਾ ਇੰਨੇ ਕੁ ਪੈਸਿਆਂ ਨਾਲ ਸਰ ਜਾਓ ਹਾਂਜੀ ਮੈਂ ਸਾਰ ਲੈਣਾ ਜੀ ਬਸ ਤੁਸੀਂ ਸਾਰੇ ਇਸ ਐਤਵਾਰ ਦੀ ਤਿਆਰੀ ਰੱਖਿਓ ਬਾਅਦ 'ਚ ਇਹਨਾਂ ਕਿਹੋ ਕਿ ਦੱਸਿਆ ਨਹੀਂ ਲੈ ਇਹ ਕਿਹੋ ਜਿਹੀ ਗੱਲ ਹੋਈ ਪੁੱਤਰ ਜੇ ਤੂੰ ਸੱਦਾ ਨਾ ਵੀ ਦੇਣ ਆਉਂਦਾ ਅਸੀਂ ਤਾਂ ਵੀ ਆ ਜਾਣਾ ਸੀ ਸਾਡੇ ਲਈ ਤੇ ਜਿਹੋ ਜਿਹਾ ਬਲਜੀਤ ਉਹੋ ਜਿਹਾ ਤੂੰ ਇਹ ਪੁੱਤ ਬਿਲਕੁਲ ਜੀ ਆਲਾ ਜਨਾ 50,000 ਹੈ ਹੋਰ ਚਾਹੀਦਾ ਤਾਂ ਦੱਸੀ ਸੰਗੀ ਨਾ ਹੈ ਥੈਂਕ ਯੂ ਵੀਰੇ ਅਛੇਤੀ ਕੋਈ ਚੱਕਰ ਨਹੀਂ ਚੰਗਾ ਜੀ ਰੋਕ ਓਏ ਰੋਕ ਰੋਕ ਹਾਂਜੀ ਜਨਾਬ ਆ ਢੋਲ ਚ ਕੀ ਆ ਦੁੱਧ ਸੀਗਾ ਜੀ ਉਹ ਮੈਂ ਪਾਇਆ ਮਾੜਾ ਮੋਟਾ ਹੋਊਗਾ ਜੇ ਚਾਹੀਦਾ ਹੈ ਤਾਂ ਲੈ ਲਓ ਚੈੱਕ ਕਰ ਬਾਈ ਜੀ ਜਨਾਬ ਹੋਇਆ ਕੀ ਜਨਾਬ ਦੱਸਦੇ ਆ ਦੱਸਦੇ ਆ ਜਨਾਬ ਮਿਲ ਗਈ ਜਨਾਬ ਆ ਦੇਖੋ ਆ ਕੀ ਹੈ ਜੀ ਤੂੰ ਲਈ ਫਿਰਦਾ ਤੈਨੂੰ ਨਹੀਂ ਪਤਾ ਫੀਮਾ ਮਹਾਰਾਜ ਦੀ ਸੌਂ ਜਨਾਬ ਮੈਂ ਤਾਂ ਪਤਾ ਵੀ ਨਹੀਂ ਹੈ ਕਿੱਥੋਂ ਤੂੰ ਹੀ ਉਹ ਲੈ ਕੇ ਆਇਆ ਹੋਣਾ ਨਹੀਂ ਤਾਂ ਪਿਆ ਪਿਆ ਦੁੱਧ ਫੀਮ ਬਣ ਗਿਆ ਫੜੋ ਇਹਨੂੰ ਠੋਕੋ ਥਾਣੇ ਜਨਾਬ ਚਲੋ ਚੱਲ ਬਾਈ ਪੁਲਿਸ ਫੜ ਕੇ ਲੈ ਗਈ ਤੁਹਾਡੇ ਜਰਨੈਲ ਨੂੰ ਕੀ ਹੋ ਗਿਆ ਫੀਮ ਫੜੀ ਗਈ ਆ ਉਹਦੇ ਕੋਲੋਂ ਕੀ ਬਕਵਾਸ ਕਰ ਰਹੇ ਜੇ ਮੇਰੇ ਤੇ ਨਹੀਂ ਯਕੀਨ ਤਾਂ ਜਾ ਕੇ ਥਾਣੇ ਦੇਖ ਲਓ ਆਖੇ ਜੀ ਅਸੀਂ ਨਸ਼ੇੜੀ ਨਾਲ ਨੀਤੀ ਵਿਆਹਣੀ ਆਹ ਬੜਾ ਡੇਰੇ ਦਾ ਮਹੰਤ ਲੱਭਿਆ ਸੀ ਤੁਸੀਂ ਮੇਰੀ ਗੱਲ ਤੇ ਯਕੀਨ ਕਰੋ ਇਹ ਫੀਮ ਮੇਰੀ ਨਹੀਂ ਹੈ ਰਖਾਈ ਗਈ ਹੈ ਅਸੀਂ ਤੈਨੂੰ ਇੱਕ ਬਹੁਤ ਵਧੀਆ ਮੁੰਡਾ ਸਮਝਦੇ ਸੀ ਜਰਨੈਲ ਚੰਗਾ ਹੋਇਆ ਵਿਆਹ ਤੋਂ ਪਹਿਲਾਂ ਹੀ ਸੱਚਾਈ ਸਾਹਮਣੇ ਆ ਗਈ ਚੱਲ ਅਮਨ ਅਮਨ ਮੇਰੇ ਤੇ ਭਰੋਸਾ ਕਰ ਮੈਨੂੰ ਫਸਾਇਆ ਗਿਆ ਪਰ ਕੌਣ ਫਸਾਊਗਾ ਤੈਨੂੰ ਮੈਨੂੰ ਨਹੀਂ ਪਤਾ ਪਰ ਮੈਂ ਬੇਕਸੂਰ ਹਾਂ ਜਿੱਦਣ ਕਾਨੂੰਨ ਤੈਨੂੰ ਬੇਕਸੂਰ ਕਹੂਗਾ ਨਾ ਉਦਣ ਅਸੀਂ ਮੰਨਾਂਗੇ ਕਿ ਤੂੰ ਬੇਕਸੂਰ ਹੈ ਅਮਨ ਸੁਣਿਆ ਨੀ ਤੈਨੂੰ ਚੱਲ ਅਮਨ ਅਮਨ ਦੂਰ ਗਈ ਅਮਨ ਮੇਰੀ ਗੱਲ ਤਾਂ ਸੁਣ ਅਮਨ ਦੂਰ ਹੋਣ ਲੱਗੇ ਜੋੜੇ ਸੀ ਜੋ ਖਾਬ ਚੂਰ ਚੂਰ ਹੋਣ ਲੱਗੇ ਤੈਨੂੰ ਅਸੀਂ ਚੁਣਿਆ ਸੀ ਪੀੜ ਵਿੱਚ ਦਿਲ ਦੇ ਕਰਾਰਾਂ ਦੀ ਓ ਤੈਨੂੰ ਅਸੀਂ ਚੁਣਿਆ ਸੀ ਪੀੜ ਵਿੱਚ ਹਜ਼ਾਰਾਂ ਦੀ ਤੂੰ ਹੀ ਕਦਰ ਨਾ ਕੀਤੀ ਦਿਲ ਦੇ ਕਰਾਰਾਂ ਦੀ ਮਾਰ ਕੇ ਤੂੰ ਜੀਣ ਦੀ ਮਾਰ ਕੇ ਤੂੰ ਜੀ ਕਸਮ ਦੇ ਗਈ ਅੱਖੀਆਂ ਨੂੰ ਰੋਣ ਦਾ ਕੰਮ ਦੇ ਗਈ ਅੱਖੀਆਂ ਨੂੰ ਰੋਣ ਦਾ ਕੰਮ ਦੇ ਗਈ ਦੱਸਿਆ ਜੇਲਰ ਸਾਹਿਬ ਨੇ ਯਾਰ ਬੜੀ ਮਾੜੀ ਹੋਈ ਤੇਰੇ ਨਾਲ ਕਦੋਂ ਵਿਆਹ ਅਮਨ ਦਾ ਅਮਨ ਨਹੀਂ ਨਾ ਤੂੰ ਕੀ ਪਟ ਲੈਂਗਾ ਜਾਣ ਕੇ ਉਹਨੇ ਮੈਨੂੰ ਤਾਂ ਉਹ ਜੇਲਰ ਸਾਹਿਬ ਕਹਿ ਰਹੇ ਸੀ ਵੀ ਪੁੱਛ ਕੇ ਦੱਸ ਜੇ ਉਹ ਕੁਛ ਕਰ ਸਕਣ ਤਾਂ ਇੱਦਾਂ ਕੱਲ੍ਹ ਨੂੰ ਕੁਛ ਨਹੀਂ ਕਰਨਾ ਜੇਲਰ ਨੇ ਤੈਨੂੰ ਆਪ ਹੀ ਕਰਨਾ ਪੈਣਾ ਭੱਜ ਜਾ ਜੇਲ੍ਹ ਚੋਂ ਮੈਂ ਪਹਿਲਾਂ ਹੀ ਬਹੁਤ ਦੁਖੀ ਹਾਂ ਭਰਾਵਾ ਤੂੰ ਜਾ ਇੱਥੋਂ ਮੈਂ ਸੱਚੀ ਕਹਿ ਰਿਹਾ ਮੈਂ ਭੱਜਣ ਲਈ ਜੇਲ੍ਹ 'ਚ ਸੁਰੰਗ ਪੱਟਿਆ
ਜੇ ਤੂੰ ਕਹਿੰਦੇ ਤਾਂ ਦੋਵੇਂ ਤਿੱਤਰ ਹੋ ਜਾਂਦੇ ਅੱਜ ਰਾਤ। ਤੂੰ ਤਾਂ ਦੋ ਵਾਰੀ ਪਹਿਲਾਂ ਵੀ ਤਿੱਤਰ ਹੋਣ ਲੱਗਾ ਸੀ, ਕੀ ਬਣਿਆ? 6 ਮਹੀਨਿਆਂ ਦੀ ਸਜ਼ਾ 2 ਸਾਲਾਂ ਦੀ ਕਰਾ ਕੇ ਬਹਿ ਗਿਆ। ਜੇ ਮੁਹੱਲੇ 'ਚੋਂ ਬਸ ਚਿੰਤਪੂਰਨੀ ਜਾਂਦੀ ਹੋਵੇ ਨਾ ਤਾਂ ਜਿਹੜਾ ਬੰਦਾ ਮਾਤਾ ਨੂੰ ਨਹੀਂ ਵੀ ਮੰਨਦਾ ਉਹ ਵੀ ਬਸ 'ਚ ਬਹਿ ਜਾਂਦਾ ਵੀ ਚੱਲ ਸਾਡਾ ਕੀ, ਅਸੀਂ ਤਾਂ ਸੀਟ 'ਤੇ ਹੀ ਪੈਣਾ। ਉਹ ਤੈਨੂੰ ਜੇਲ੍ਹ 'ਚੋਂ ਭੱਜਣ ਲਈ ਪੱਟੀ ਪਟਾਈ ਸੁਰੰਗ ਮਿਲ ਰਹੀ ਹੈ, ਤੂੰ ਐਵੇਂ ਹੀ ਚੌੜਾ ਹੋਈ ਜਾਂਦਾ ਨਾ ਬੈ। ਮੈਂ ਤਾਂ ਭੱਜ ਹੀ ਜਾਣਾ ਮੇਰੇ ਵੱਲੋਂ, ਤੂੰ ਭਾਵੇਂ ਹੁਣ ਭੱਜ ਜਾ। ਚੰਗਾ ਹੋਇਆ ਤੇਰੀ ਮਸ਼ੂਕ ਤੈਨੂੰ ਛੱਡ ਕੇ ਚੱਲ ਗਈ। ਠਹਿਰ, ਜੇ ਤੇਰੇ ਨਾਲ ਮਾੜੀ ਨਾ ਹੋ ਜਾਂਦੀ ਨਾ ਤੇਰੇ ਕੂਣੀ ਮਾਰਨੀ ਸੀ ਮੈਂ। ਆਪਣਿਆਂ ਤੋਂ ਦੂਰ ਹੁੰਦਾ ਦੁੱਖੀ ਹੁੰਦਾ ਮੈਨੂੰ ਪਤਾ, ਤੜਫੇਗਾ ਜਿਵੇਂ ਮੈਂ ਆਪਣੇ ਮੁੰਡੇ ਤੋਂ ਬਿਨਾਂ ਤੜਫਦਾ। ਜੇ ਅਮਨ ਦਾ ਵਿਆਹ ਕਿਤੇ ਹੋਰ ਹੋ ਗਿਆ ਤਾਂ ਸਮਝੇ ਤੂੰ? ਨਹੀਂ ਤੜਫਦਾ, ਉਹ ਮੈਨੂੰ ਧੋਖਾ ਦੇ ਕੇ ਗਈ ਹੈ। ਦੇਖ ਤਰਸੇਮ ਲਾਲ, ਤੈਨੂੰ ਤੇਰੀ ਚਿੰਤਪੂਰਨੀ ਵਾਲੀ ਮਾਤਾ ਦਾ ਵਾਸਤਾ, ਮੈਨੂੰ ਬਖਸ਼ ਦੇ। ਠੀਕ ਹੈ, ਜਾ ਜਾ। ਮੈਂ ਤਾਂ ਨਹੀਂ ਆਇਆ ਤੇਰੇ ਕੋਲ, ਤੂੰ ਆਇਆ। 112 ਵੀਰੇ, ਗੱਲ ਤਾਂ ਸੁਣ, ਉਸ ਕੁੜੀ ਵੱਲੋਂ ਵੀ ਸੋਚ ਕੇ ਵੇਖ। ਲੋਕ ਆਪਣੇ ਜਵਾਈ ਬਾਰੇ ਮਾਣ ਨਾਲ ਕਹਿੰਦੇ ਵੀ ਸਾਡਾ ਜਵਾਈ ਬਾਹਰ ਰਹਿੰਦਾ, ਤੇਰੇ ਬਾਰੇ ਕੀ ਕਹਿਣਗੇ? ਸਾਡੇ ਜਵਾਈ ਜੀ ਅੰਦਰ ਰਹਿੰਦੇ ਨੇ। ਹੁਣੀ ਹੈ ਯਾਰ ਉਹਦੀ ਕੋਈ ਮਜਬੂਰੀ ਵੀਰੇ, ਪਿਆਰ ਨਸੀਬ ਵਾਲਿਆਂ ਨੂੰ ਮਿਲਦਾ, ਆਲਸ ਨਾ ਕਰ। ਮੈਂ ਤੇਰੇ ਪਿੱਛੇ ਕਿਵੇਂ ਹੋ ਲਵਾਂ? ਤੈਨੂੰ ਤਾਂ ਸ਼ੌਂਕ ਹੈ ਭੱਜਣ ਦਾ। ਸ਼ੌਂਕ ਨਹੀਂ ਹੈ ਭਾਈ, ਮੈਂ ਆਪਣੇ ਮੁੰਡੇ ਨੂੰ ਮਿਲਣ ਲਈ ਭੱਜਦਾ। ਮੇਰੀ ਘਰਵਾਲੀ ਦੇ ਗੁਜ਼ਰਨ ਤੋਂ ਬਾਅਦ ਮੇਰੇ ਮੁੰਡੇ ਦਾ ਪਿਓ ਵੀ ਮੈਂ ਅਤੇ ਮਾਂ ਵੀ ਮੈਂ। ਮੇਰਾ ਖਿਡੌਣਿਆਂ ਦਾ ਛੋਟਾ ਜਿਹਾ ਕਾਰੋਬਾਰ ਸੀ। ਲੈ ਬਈ। ਥੈਂਕ ਯੂ ਜੀ, ਬਾਏ। ਪੜੂਗਾ ਲਿਖੂਗਾ ਨੀ ਤਾਂ ਕਾਮਯਾਬ ਕਿਵੇਂ ਹੋਊਗਾ? ਮੈਂ ਕਿੰਨਾ ਪੜਿਆ ਹੋਊ? ਪਹਿਲੀ ਕੀਤੀ ਹੈ ਉਹ ਵੀ ਸ਼ਾਇਦ ਅੱਧੀ, ਪਰ ਐਡਾ ਖਿਡੌਣਿਆਂ ਦਾ ਕਾਰੋਬਾਰ ਚਲਾਈਦਾ, ਅੱਜ ਦੀ ਡੇਟ 'ਚ ਪੂਰਾ ਸਕਸੈਸਫੁਲ ਆ। ਡੈਡੀ ਸਕਸੈਸਫੁਲ ਹੁੰਦਾ? ਤੁਸੀਂ ਤਾਂ ਕਹਿੰਦੇ ਸੀ ਇਹਨੂੰ ਪੰਜਾਬੀ ਨਹੀਂ ਆਉਂਦੀ, ਤਾਂ ਅੰਗਰੇਜ਼ੀ ਐਡੀ ਵਧੀਆ ਬੋਲਦਾ ਹੈ। ਇਹਨਾਂ ਨੇ ਸਿਖਾਈ ਹੋਣੀ? ਨਾ, ਟੀਵੀ 'ਚੋਂ ਸਿੱਖਿਆ ਗਾ। ਜੋ ਸਕੂਲ ਨਹੀਂ ਸਿਖਾਉਂਦੇ ਉਹ ਟੀਵੀ ਵੇਖ ਕੇ ਸਿੱਖ ਜਾਂਦਾ ਜੀ। ਆਪਾਂ ਐਵੇਂ ਫੀਸ ਭਰਦੇ ਫਿਰਦੇ ਬੇਟਾ, ਅਗਲੀ ਵਾਰੀ ਨਾ ਕੇਬਲ ਵਾਲੇ ਨੂੰ ਦਿਆਂਗੇ ਸਕੂਲ ਦੀ ਫੀਸ। ਜਿਨ੍ਹਾਂ ਦੇ ਮਾਂ ਪਿਓ ਇਹੋ ਜਿਹੇ ਹੋਣ ਤੁਸੀਂ ਆਪ ਸੋਚੋ ਉਹਨਾਂ ਦੇ ਬੱਚੇ ਕੀ ਕਰਨਗੇ। ਬੱਚੇ ਜੋ ਮਰਜ਼ੀ ਕਰਨ ਭੈਣ ਜੀ, ਪਰ ਮੈਂ ਇੰਨਾ ਜਾਣਦਾ ਮੈਂ ਕੁਝ ਵੀ ਵੇਖ ਸਕਦਾ, ਮੈਂ ਇਸ ਬਿਨ ਮਾਂ ਦੇ ਬੱਚੇ ਦੀ ਅੱਖਾਂ 'ਚ ਹੰਝੂ ਨਹੀਂ ਦੇਖ ਸਕਦਾ। ਇਹ ਜਦੋਂ ਜੰਮਿਆ ਸੀ ਨਾ ਤਾਂ ਰੋ ਰਿਹਾ ਸੀ, ਮੈਂ ਦਾਈ ਦੇ ਵੀ 2 ਜੜਤੀਆਂ। ਨਹੀਂ ਮੈਂ ਨਹੀਂ ਦੇਖ ਸਕਦਾ ਤੁਝੇ ਰੋਤੇ ਹੋਏ, ਨਹੀਂ ਮੈਂ ਨਹੀਂ ਦੇਖ ਸਕਦਾ। ਚਲ ਵੇ ਬੈਠ ਦੁਕਾਨ ਤੇ। ਕੋਈ ਸਕੀਮ ਥੋੜੀ ਚੱਲੀ ਜਿਹੜੀ ਬੰਦ ਹੋ ਜਾਏ। ਇੰਨੀ ਹਿੰਮਤ, ਤੂੰ ਥਾਣੇਦਾਰ ਨੂੰ ਥੱਪੜ ਮਾਰਿਆ? ਇੱਦਾਂ ਕਿਵੇਂ ਅੱਖਾਂ ਟੱਡ ਕੇ ਵੇਖ ਰਹੇ ਹੋ? ਮੈਂ ਹੁਣੇ ਪ੍ਰਗਟ ਹੋਇਆ।
चीचा जी थप्पड़ मारन तो पहला एक बार देख तो लेंदा ही बंदा कौन है। छोटे जवाक जो ने मोटरसाइकिल मारा तू उन्हें बंदा कह रहे किवें होया बंदा बंदा किवें होया ठीक है हुण माफी मंग लियो एसएचओ साहब तो भीम चंद मोटरसाइकिल उन्हें मारे है माफी वो मंगे मैं दे भी दूं ओएदा कुछ नहीं हो सकता एसएचओ ते थप्पड़ मारया तू कट्टो कट 5-6 महीने लिए अंदर जाएगा डैडी ओ पुत ओही बोली जांदे है मैं इन्ने पुलिस वाले वेखे लोगों के थप्पड़ मार दे वो कोई अंदर गया नहीं ना आप क्यों जाइए अंदर फिर वो पढ़ाने लिए डराते होंगे ना बस वही तेन डराई जाते हैं तू पढ़ाया कर ठीक है जो ये माँ जिंदा सी तू उन्होंने चैन ना जाऊन दिता घट्टो घट इन्हू तो चैन ना जाऊन दे दे अगे सच न सच रहन दे पुत प्यो तो बिना जीना सीख लै हूं इन्हें तो आई छट जाना है चलो हूँ चलो जाने कितों मैं नाल लैके जाओ जीजा जी मेरा तो जी करता थोड़ी थान मैं अंदर आ जाऊँ तो आ जा फिर नहीं पर यह फैसला कल जा दोगे ना भी किन्ने दिन लिए होर अंदर रहना पैना मैं जिथे रहना यार मेरे बिना सो कि मैं आज छड़ना पैना जवाक न मेरे बिना नींद नहीं आनी तू जवाक न छी तेरिया नींद किए उड़ाने तू ये देख मैं थप्पड़ मारे ना मेरे थप्पड़ मार लिया जवाक तो माफी मांग लिया साहब नंबर ढक रहा ढकया तेन लंबा अंदर भेजू मैं डैडी तू फिर डर गया ਕਿਹਦਾ ਪੁੱਤ ਹੈ ਤੂੰ ਸ਼੍ਰੀ ਤਰਸੇਮ ਲਾਲ ਜੀ ਦਾ ਬਸ ਫਿਰ ਡਰਨ ਦੀ ਲੋੜ ਨਹੀਂ ਉਹ ਅੱਜ ਦੀ ਗੱਲ ਹੈ ਕੱਲ੍ਹ ਤਾਂ ਮੈਂ ਬਾਹਰ ਆ ਹੀ ਜਾਣਾ ਬਸ ਤੂੰ ਟਾਈਮ ਸਿਰ ਰਾਤ ਨੂੰ ਦੁੱਧ ਪੀ ਕੇ ਸੌਂ ਜੀ ਜੇ ਤੈਨੂੰ ਨੀਂਦ ਨਾ ਆਏ ਤਾਂ ਸਾਈਕਲ 'ਤੇ ਜਿੰਨੇ ਵੀ ਖੜਾਉਣੇ ਆ ਨਾ ਮਾਮੇ ਨੂੰ ਕਹਿ ਕੇ ਲਵਾ ਲਈ ਮਾਮਾ ਸਟੂਲ 'ਤੇ ਚੜ ਕੇ ਲਾ ਦੂਗਾ ਹੈ ਤੂੰ ਸਾਰੇ ਖਿਡੌਣੇ ਨਾਲ ਖੇਡੀ ਆਪਾਂ ਵੇਚਣ ਲਈ ਹੋਰ ਲੈ ਲਾਂਗੇ ਜਦ ਤਾਈਂ ਤੂੰ ਖੇਡਣਾ ਉਦ ਤਾਈਂ ਮੈਂ ਬਾਹਰ ਆ ਜਾਣਾ ਪੁਲਿਸ ਅਫਸਰ 'ਤੇ ਹੱਥ ਚੁੱਕਣ ਦੇ ਜੁਰਮ 'ਚ ਮੈਨੂੰ 6 ਮਹੀਨੇ ਦੀ ਸਜ਼ਾ ਸੁਣਾ ਦਿੱਤੀ ਗਈ बारे नहीं कर दे नहीं, नहीं। दुनिया दे ऐसी कोई जेल नहीं जो तेरे डैडी नू बंद कर सके इन्ने साल तो तेरे डैडी बाहर ही सी ना जे जे कोई जेल होती तो अंदर नू बंद तू रो का तो रे मैंने जुकाम चल झूठा जुकाम वे ते नक चो पानी आंदा हुंदा नक बंद रे ना अखा चो पानी आ फिर वादा कर पक्का आएगा ना पक्का है जुकाम जीती है पक्का बेटे नाल झूठा वादा किवें कर सकदा सी इस करके जेल चो भज्जण दी कोशिश कीती पड़े गया थोड़ी सजा हो रोजो थोड़ी थोड़ी ज्यादा देख वीर जे तू ना भजया तो मन का विह तो कल वैसे ही हो जाना जे तू भजन च कामयाब हो गया तो एक उम्मीद तो है वह विह तू रोक सके हां फैसला तेरे हाथ है ਭੱਜਣਾ ਕਦੋਂ ਹੈ ਜਿਵੇਂ ਚੰਨ ਚੜੂ ਆਪਾਂ ਚੰਨ ਚੜ ਦਿਆਂਗੇ ਅੱਜ ਰਾਤ
रात नूं बैरकां दे बाहर जिंदे लगे होंदे ने। आके चप्पल ना जिंदे तोड़ेंगे जिंदा ला देन बस चार बना लिया जो मैं अपनी बैरक खोलू तेरी भी खोल दू चलता ना दिमाग चलता यही जे तां इश्क कीता हुंदा पौरा नहीं सी चलना हुण तां इह तां खड़ोने वेचे भरा कदे खेडे नहीं इह तां जिंदगी ने खेडन लाता। चलो चलो भी जेलर साहब ने फालन कराया चलो। परम सत्कार योग कैदियों असी दिलों थोड़े शुक्र गुजार हाँ कि तुसी साड़ी एक सीटी दे सारे कठे हो जांदे हो। प्यारे वीरो जिवें कि थानू पता ये नहीं पता कि कल 13 अप्रैल है ते आज 12 ते थोड़ा होर पिछों शुरू हो जाना सी 1 अप्रैल तो ओ इन्हां नूं जंत्री नहीं पढ़ाउणी कम दी गल कर। कम दी गल ए है कि हर साल दी तरह इस बार भी असी विसाखी का शुभ त्योहार बड़ी धूमधाम नाल मना रहे हां। प्यारे वीरो साडे परम सत्कार योग जेलर साहब दे घरे पावे कोई मर रहा होवे पर इन्हां नूं कोई भी दिन त्योहार थोड़े नाल मनाए बगैर सार नहीं आंदा इस लई कल बसाखी दे शुभ दिहाड़े ते साडे मानयोग जेलर साहब थोड़े सारयां दे सामने एक रंगारंग प्रोग्राम पेश करनगे। ओए मैं अरेंज करना स्टेज ते आप लुड़ियां नहीं पाउणियां नाले रंगारंग दा की मतलब वा इत्थे सनी लियोन ने आउणा रंजीत बाबा ने गाउणा रंगारंग दी बजाय सभ्याचारक कहना सी अनाउंसमेंट भी नहीं करनी आउंदी सर आप ही कर लो फिर चल पिछे हट। प्यारे कैदी वीरो साडे पंजाबियों लई विसाखी किन्नी महत्ता रखदी आ इस बारे असीं सारे पली पाती जाणदे आ। इह शुभ अवसर ते साडे जेल मंत्री जो साडे इलाके दे MLA ने श्री सतपाल जी मंडहेर साडियां खुशियां विच होर वादा करन आ रहे ने। इस तों भी वड्डी खुशी दी गल इह है कि उह विसाखी दे मौके ते सारे कैदी वीरां नूं इक बहुत वड्डा तोहफा देण जा रहे ने। मेरा सालो जगराता जेलर साहब तोहफा की है दसो यार सबर करो एक दिन का इंतजार नहीं कर सकते ਇੱਥੇ 21 साल ਮੇਰੀ ਮਾਂ ਔਲਾਦ ਨੂੰ ਤਰਸੀ ਨਹੀਂ ਪੂਰੇ 21 साल ਇਹਨੂੰ ਕਹਿੰਦੇ ਅਨਾਉਂਸਮੈਂਟ। ਮੈਂ ਕਿਹੜਾ ਆਲ ਇੰਡੀਆ ਰੇਡੀਓ ਚ ਰਿਹਾ ਮੈਂ ਸਬ ਇੰਸਪੈਕਟਰ ਹਾਂ ਤੇ ਮੈਂ ਹੀ ਰੇਲਵੇ ਸਟੇਸ਼ਨਾਂ ਤੇ ਅਨਾਉਂਸਮੈਂਟ ਕਰਦਾ ਰਿਹਾ ਕਿ ਜੰਮੂ ਸੇ ਆਉਣ ਵਾਲੀ ਜੇਲਮ ਐਕਸਪ੍ਰੈਸ ਪਲੇਟਫਾਰਮ ਨੰਬਰ 7 ਕੀ ਬਜਾਏ ਅਬ 3 ਪੇ ਆਏਗੀ। ਤੇਰੀਆਂ ਇਹਨਾਂ ਹਰਕਤਾਂ ਕਰਕੇ ਕੈਦੀਆਂ ਤੋਂ ਸਾਡਾ ਡਰ ਚੱਕਿਆ ਗਿਆ। ਸਰ ਮੇਰੀ ਇੱਕ ਗੱਲ ਤਾਂ ਸੁਣ। ਕੀ ਗੱਲ ਸੁਣਾ ਮੈਂ ਤੇ ਸ਼ਟ ਅਪ।
ਆਉਣਾ। ਪੈਣੇ ਆਪਾਂ ਨੂੰ ਕਿਸੇ ਤੋਂ, ਨਾਲੇ ਗੱਡੀ ਰੋਕਣੀ ਪੈਣੀ ਹੈ। ਬੱਗੂ ਨੂੰ ਮਿਲਣ ਦੀ ਕੱਲ੍ਹ ਤਾਂ ਮੈਨੂੰ ਵੀ ਬਹੁਤ ਉਹ ਆ ਰਹੀ ਗੱਡੀ ਨੰਬਰ ਲੁਕਲ ਜੇ ਰੋਕ ਲੈਂਦਾ ਮੌਤ ਪੈ ਜਾਂਦੀ ਤੈਨੂੰ। ਇੱਦਾਂ ਹੱਥ ਲਾ ਕੇ ਗੱਡੀ ਨਹੀਂ ਰੁਕਣੀ, ਇਹ ਤਾਂ ਸੜਕ 'ਤੇ ਲਾਸ਼ ਬਣ ਕੇ ਪੈਣਾ ਪਊ, ਫਿਰ ਗੱਡੀ ਰੁਕੂ। ਤੂੰ ਪਹਿਲਾਂ ਇਹ ਸੋਚ ਲੈ, ਜਵਾਕ ਕੋਲ ਜਾਣਾ ਹੈ, ਜਵਾਕ ਦੀ ਮਾਂ ਕੋਲ, ਕਿਤੇ ਗੱਡੀ ਰੋਕਦੇ ਰੋਕਦੇ ਕੋਈ ਗੱਡੀ ਚਾੜ ਨਾ ਦੇਵੇ ਤੈਨੂੰ। ਤੂੰ ਲੁੱਕ, ਠੀਕ ਹੈ, ਉਹ ਲੁੱਕ ਜਾ, ਨਹੀਂ ਤਾਂ ਲੱਗੇਗਾ ਤੂੰ ਬੰਦਾ ਮਾਰਿਆ। ਉਹ ਚੁੱਪ ਕਰਕੇ ਪੈ ਜਾ ਤਾਂ ਹੀ ਮਰਿਆ ਲੱਗੇਗਾ। ਸਟੀਅਰਿੰਗ ਸਿੱਧਾ ਰੱਖ ਡਰਾਈਵਰ ਸਾਹਿਬ, ਜਾਗਦਾ ਹੀ ਆ, ਜਾਗਦਾ ਹੀ ਆ, ਜਾਗਦੇ ਰਹੀ, ਤੇਰੇ ਹੱਥ ਗੱਡੀ ਵਿਸ਼ਵਾਸ ਨਾਲ ਹੀ ਦਿੱਤੀ ਹੋਈ ਹੈ। ਡਰਨਾ ਵੀਰੇ, ਤੇਰਾ ਵਿਸ਼ਵਾਸ ਨਹੀਂ ਤੋੜਦਾ। ਬਸ ਜਿੱਦਾਂ ਹੀ ਵਿਸ਼ਵਾਸ ਟੁੱਟ ਗਿਆ ਸਮਝ ਲੈ ਲੱਤਾਂ ਬਾਹਾਂ ਤੋੜਦੀਆਂ ਕਿਸੇ ਨੇ ਆਪਣੀਆਂ। ਵੈਸੇ ਤਾਂ ਇਹੋ ਜਿਹੀ ਕੋਈ ਗੱਲ ਨਹੀਂ, ਪਰ ਫਿਰ ਵੀ ਜੇ ਸੌਂ ਗਿਆ ਦੱਸਦੀ। ਹਾਂ ਫਿਰ ਮੈਂ ਤਾਂ ਕੀ ਦੱਸਣਾ ਭਰਾਵਾ, ਕੋਈ ਟਰੱਕ ਵਾਲੀ ਦੱਸੂ ਜਾਂ ਫਿਰ ਸਵੇਰੇ ਅਖਬਾਰਾਂ ਦੱਸਣਗੀ। ਤੂੰ ਧਿਆਨ ਨਾਲ ਚਲਾ। ਓਏ ਕੁੱਤਾ ਥੱਲੇ ਆ ਗਿਆ। ਕੁੱਤਾ ਨਹੀਂ ਮੈਂ, ਕੁੱਤਾ ਬੰਦਾ। ਲੈ ਹੁਣ ਆਪਣੇ ਕੁੱਤੇ ਫੇਲ ਹੋਣਗੇ। ਤੁਹਾਨੂੰ ਸੜਕ ਤੇ ਸੁੱਤਾ ਬੰਦਾ ਨਹੀਂ ਦਿਸਦਾ? ਮਾਫ ਕਰੋ ਬਾਬੂ ਜੀ, ਨੇਰਾ ਜ਼ਿਆਦਾ ਹੁਣ ਕਰਕੇ ਕੁਛ ਦਿਸੇ ਹੀ ਨਹੀਂ। ਸਾਈਕਲ ਤੇ ਲਾਈਟ ਨਹੀਂ ਲਵਾ ਸਕਦਾ? ਲਾਈਟ ਨੂੰ ਹੁਣ ਸਾਈਕਲ ਤੇ ਜਨਰੇਟਰ ਖਾ ਲਈਏ ਜੀ ਅਸੀਂ। ਤੁਸੀਂ ਲਾਈਟ ਕਹਿੰਦੇ ਹੋ ਜੀ, ਸਾਡੇ ਕੋਲ ਜਿੰਨੇ ਕੇ ਪੈਸੇ ਹੁੰਦੇ ਅਸੀਂ ਹਵਾ ਇੱਕ ਟਾਇਰ 'ਚ ਭਰਾਈ ਦੀ ਹੈ।
ਗਰੀਬ ਬੰਦੇ ਦੀ ਹਵਾ ਕੱਢਣ ਵਾਲੇ ਤਾਂ ਬਹੁਤ ਨੇ ਜੀ, ਪਰ ਭਰਨ ਵਾਲਾ ਕੋਈ ਕੋਈ ਮਿਲਦਾ ਜੀ। ਲੈ ਲੈ ਸਵਾਦ ਸੜਕ ਤੇ ਪੈਣ ਦਾ, ਚਲਾਉਣਾ ਸਾਈਕਲ ਤੇ ਹੀ ਚੱਲਦੇ ਆ। ਨਾ ਜੀ ਨਾ, ਸਾਈਕਲ ਨਾ ਚੱਕੋ ਬਾਈ ਜੀ, ਦੋ ਬੰਦਿਆਂ ਦਾ ਸਾਂਝਾ ਸਾਈਕਲ ਹੈ ਜੀ, ਸੜਕ ਤੇ ਆ ਜਾਾਂਗੇ। ਤੁਸੀਂ ਜਿੱਥੇ ਕਹੋਗੇ ਦੋ ਨੂੰ ਸਾਈਕਲ ਤੇ ਬਿਠਾ ਕੇ ਛੱਡੇ ਆਉਂਦੇ ਆ। ਇੱਥੇ ਚਾਰ ਬੰਦੇ ਬਿਠਾਏਗਾ, ਇੱਥੇ ਸਮਝ ਨਹੀਂ ਆ ਰਿਹਾ ਦੋ ਵੀ ਕਿਵੇਂ ਬੈਠੇ ਸੀ। ਤੇਰਾ ਕਬਾੜ ਨਾ ਬਾਊ ਜੀ, ਅਸੀਂ ਤਾਂ ਨਾ ਦੇ ਪੱਲੇਦਾਰ ਹੁੰਦੇ ਜੀ, ਪੱਲੇ ਪੱਲੇ ਕੁਛ ਨਹੀਂ ਹੁੰਦਾ ਜੀ, ਸਾਡੇ ਬੋਰੀਆਂ ਢੋਟੋ ਕੇ ਅਸੀਂ ਤਾਂ ਆਪ ਗੱਟਿਆਂ ਜਿੱਡੇ ਜਿੱਡੇ ਰਹਿ ਗਏ ਜੀ। ਤਿੰਨ ਰਾਤਾਂ ਹੋ ਗਈਆਂ ਜੀ, ਅਸੀਂ ਸੁੱਤੇ ਨਹੀਂ। ਕਿਰਪਾ ਕਰਕੇ ਤੁਸੀਂ ਸਾਈਕਲ ਲੈ ਕੇ ਜਾਓ ਜੀ ਸਾਡਾ। ਚਲ ਠੀਕ ਹੈ, ਨਹੀਂ ਲੈ ਕੇ ਜਾਂਦੇ, ਮਿਹਰਬਾਨੀ ਜੀ। ਅਸੀਂ ਗੱਡੀ ਰੋਕਣੀ ਹੈ, ਤੁਸੀਂ ਸੜਕ ਤੇ ਪੈ ਜਾਓ ਲਾਸ਼ਾਂ ਬਣ ਕੇ। ਚਲੋ ਤਿੰਨ ਦਿਨਾਂ ਤੋਂ ਸੁੱਤੇ ਨੀ, ਮੈਨੂੰ ਤਾਂ ਲੱਗਦਾ ਤਿੰਨ ਦਿਨਾਂ ਤੋਂ ਬੋਲੇ ਨੀ। ਮਿੱਤਰਾਂ ਦੀ ਆਖੀ ਅੱਜ ਨਾਲਿਆ, ਕੋਈ ਬੰਦਾ ਬੁੰਦਾ ਮਾਰਨਾ ਤਾਂ ਦੱਸ ਨਹੀਂ, ਕੋਈ ਬੰਦਾ ਬੁੰਦਾ ਮਾਰਨਾ ਤਾਂ ਦੱਸ ਨਹੀਂ। ਗਲਤ ਕਰਨਾ ਯਾਰ ਬਈ, ਸੱਚੀ ਲਾਸ਼ਾਂ ਇਹੀ ਤਾਂ ਮੈਂ ਕਹਿ ਰਿਹਾ ਸੀ। ਆ ਜਾਓ ਵੀ ਥੱਲੇ, ਆ ਜਾਓ। ਡਾਕੂ ਨੀ, ਅਸੀਂ ਮਜਬੂਰ ਹਾਂ, ਤੇ ਇੰਨੇ ਮਜਬੂਰ ਹਾਂ ਜੇ ਥੱਲੇ ਨਾ ਆਏ ਗੋਲੀ ਮਾਰ ਦਾਂਗੇ। ਹਾਜੀ, ਇਹ ਕਹਿੰਦੇ ਗੋਲੀ ਮਾਰ ਜਾਂਗੇ, ਇਹਨਾਂ ਕੋਲੇ ਪਿਸਤੌਲ ਤਾਂ ਹੈ ਨਹੀਂ। ਉਹ ਕੋਈ ਗੱਲ ਨਹੀਂ, ਮੈਂ ਹੁਣੇ ਗੱਲ ਕਰ ਲੈਂਦਾ। ਉੱਤਰ, ਚੱਲ ਚੱਲ ਉੱਤਰ। ਭਾਜੀ, ਤੁਸੀਂ ਕਹਿੰਦੇ ਗੋਲੀ ਮਾਰ ਦੋਗੇ, ਪਿਸਤੌਲ ਤਾਂ ਤੁਹਾਡੇ ਕੋਲ ਹੈ ਨਹੀਂ ਗੀ। ਆ ਪਿਓ ਤੇਰੀ ਮਾਂ ਨੇ ਮਾਰਿਆ, ਲਾ ਕੱਪੜੇ ਦਿਖਾਉਣਾ ਪਿਸਤੌਲ ਤੈਨੂੰ। ਭਾਜੀ, ਆ ਲਾਸ਼ਾਂ ਘਰਾੜੇ ਨੀ ਮਾਰ ਰਹੀ ਹੈ? ਤਿੰਨ ਦਿਨਾਂ ਤੋਂ ਸੁੱਤੀਆਂ ਨੀ ਨਾ, ਨੀਂਦ ਪੂਰੀ ਕਰਕੇ ਮਰ ਜਾਣੀਆਂ। ਤੂੰ ਕਿਵੇਂ ਆ ਗਿਆ?
ਉਹ ਤੇਰੇ ਥਾਲੇ 6 ਮਹੀਨੇ ਹੋਰ ਪਏ ਸੀ। ਮੈਂ ਭੱਜ ਗਿਆ। ਭੱਜ ਕੇ? ਉਹ ਤੈਨੂੰ ਸ਼ਰਮ ਨਹੀਂ ਭੱਜ ਕੇ ਆਉਣ ਲੱਗਿਆ? ਸ਼ਰਮ ਆਈ ਤਾਂ ਹੀ ਤਾਂ ਰਾਤ ਨੂੰ ਲੁੱਕ ਕੇ ਭੱਜਿਆ। ਬੁੱਗੂ ਨਾ ਕੀ ਲੋੜ ਸੀ ਜੇਲ੍ਹ ਤੋਂ ਭੱਜਣ ਦੀ? 6 ਮਹੀਨੇ ਹੋਰ ਨਹੀਂ ਸੀ ਰੁਕ ਸਕਦਾ। ਤੁਸੀਂ ਤਾਂ ਐਂ ਤੱਤੇ ਹੋਈ ਹੈ ਨਿਓ ਜਿਵੇਂ ਐਫ ਡੀ 6 ਮਹੀਨੇ ਪਹਿਲਾਂ ਤਲਾ ਲਈ ਤੇ ਤੁਹਾਡਾ ਵਿਆਜ ਮਰ ਗਿਆ। ਬੁੱਗੂ ਕਿੱਥੇ ਹੈ? ਬੁੱਗੂ ਡੈਡੀ ਲੰਮਾ ਹੋ ਗਿਆ ਯਾਰ। ਬੁੱਗੂ ਆਜਾ ਆਜਾ ਡੈਡੀ। ਬੁੱਗੂ ਬੁੱਗੂ ਨਾਨੀ ਡੈਡੀ ਡਰਨਾ ਪੁੱਤ ਅਸੀਂ ਹੈਗੇ ਹਾਂ। ਨਾ ਮੇਰਾ ਪੁੱਤ ਮੇਰੇ ਤੋਂ ਕੋਈ ਡਰੂ? ਕਿਉਂਕਿ ਇਹਨੂੰ ਪਤਾ ਕਿ ਤੂੰ ਬੰਦਾ ਗਲਤ ਹੈ। ਦੇਖ ਲੈ ਪੁੱਤ ਤੇਰਾ ਪਿਓ ਜੇਲ੍ਹ ਚੋਂ ਭੱਜ ਕੇ ਆਇਆ। ਡੈਡੀ ਤੂੰ ਜੇਲ੍ਹ ਚੋਂ ਕਾਹਤੋਂ ਭੱਜਿਆ? ਤੇਰੇ ਲਈ ਪੁੱਤ ਚੱਲ ਚੱਲੀਏ। ਨਾ ਮੈਂ ਨਹੀਂ ਤੇਰੇ ਨਾਲ ਜਾਣਾ, ਮੈਂ ਤਾਂ ਹੁਣ ਨਾਨਾ ਨਾਨੀ ਕੋਲ ਹੀ ਰਹੂੰਗਾ। ਕਮਲੀਆਂ ਗੱਲਾਂ ਨਾ ਕਰ, ਤੂੰ ਇਹਨਾਂ ਨਾਲ ਰਹਿਣ ਨੂੰ ਫਿਰਦਾ, ਇਹਨਾਂ ਦਾ ਆਪਦਾ ਪਤਾ ਨਹੀਂ ਕੱਲ ਨੂੰ ਰਹਿਣ ਨਾ ਰਹਿਣ। ਡੈਡੀ ਤੂੰ ਵੀ ਤਾਂ ਜੇਲ੍ਹ ਚੋਂ ਭੱਜ ਕੇ ਆਇਆ, ਜੇ ਤੈਨੂੰ ਇੱਥੋਂ ਬਾਹਰ ਜਾਂਦੇ ਹੀ ਪੁਲਿਸ ਨੇ ਫੜ ਲਿਆ, ਫਿਰ ਨਾ ਮੈਂ ਆਪਦੇ ਪਿਓ ਦਾ ਰਹੂੰ ਨਾ ਆਪਦੀ ਮਾਂ ਦੇ ਪਿਓ ਦਾ। ਕੀ ਹੋਇਆ ਤਾਂ ਮੇਰੇ ਪੁੱਤ ਨੂੰ? ਇਹ ਤਾਂ ਮੇਰਾ ਨਾਂ ਲੈਂਦਾ ਨਹੀਂ ਸਕਦਾ ਸੀ। ਕਿਉਂਕਿ ਹੁਣ ਇਹਨੂੰ ਤੇਰੀ ਸਾਰੀ ਸੱਚਾਈ ਪਤਾ ਲੱਗ ਗਈ। ਕੀ ਸੱਚਾਈ ਪਤਾ ਲੱਗ ਗਈ? ਪੁੱਤ ਮੈਂ ਜੋ ਕੀਤਾ ਤੇਰੇ ਲਈ ਕੀਤਾ, ਮੈਂ ਜੇਲ੍ਹ ਚੋਂ ਵੀ ਤੇਰੇ ਲਈ ਭੱਜ ਕੇ ਆਇਆ। ਚੱਲ ਚੱਲੀਏ ਆਜਾ। ਚੱਲ ਦੱਸੇ ਤੂੰ ਇੱਥੋਂ ਚਲਾ ਜਾ, ਨਹੀਂ ਤਾਂ ਮੈਂ ਪੁਲਿਸ ਬੁਲਾ ਲੂੰ। ਬੁਲਾ ਲਓ, ਮੈਂ ਡਰਦਾ, ਮੈਂ ਆਪਣੇ ਬੱਚੇ ਨੂੰ ਲੈਣ ਆਇਆ, ਹੱਕ ਹੈ ਮੇਰਾ। ਚੱਲ ਪੁੱਤ। ਮੈਂ ਕਹਿੰਦੀ ਹਾਂ ਥਾਣੇ ਫੋਨ ਲਾ ਹੀ ਲਓ। ਲਾ ਲਓ। ਰਹਿਣ ਦਿਓ, ਐਵੇਂ ਘਰ ਦੇ ਮਸਲੇ 'ਚ ਪੁਲਿਸ ਨੂੰ ਕਿਉਂ ਪਾਉਣਾ? ਕੱਟੋ ਕੱਟੋ। ਪੁੱਤ ਤੂੰ ਜੋ ਕਹੇਗਾ ਮੈਂ ਤੇਰੇ ਲਈ ਕਰਨ ਨੂੰ ਤਿਆਰ ਹਾਂ, ਠੀਕ ਹੈ? ਪਰ ਤੂੰ ਆਪਣੇ ਦਿਲ 'ਚ ਮੇਰੇ ਲਈ ਨਫ਼ਰਤ ਨਹੀਂ ਪਾਲਣੀ। ਡੈਡੀ ਨਫ਼ਰਤ ਤੇਰੇ ਤੋਂ ਨਹੀਂ, ਤੇਰੀਆਂ ਨਲੈਕੀਆਂ ਤੋਂ ਹੁੰਦੀ ਹੈ। ਜੇ ਤੂੰ 1.5 ਸਾਲ ਪਹਿਲਾਂ ਜੇਲ੍ਹ 'ਚੋਂ ਭੱਜਣ ਦੀ ਕੋਸ਼ਿਸ਼ ਨਾ ਕਰਦਾ ਤਾਂ ਅੱਜ ਆਪਾਂ ਇਕੱਠੇ ਹੋਣਾ ਸੀ। ਚਲਾ ਜਾ ਡੈਡੀ ਇੱਥੋਂ, ਚਲਾ ਜਾ। ਮੈਂ ਹੁਣ ਤੇਰੇ ਨਾਲ ਉਦੋਂ ਹੀ ਜਾਊਂਗਾ ਜਦੋਂ ਤੂੰ ਜੇਲ੍ਹ 'ਚੋਂ ਰਿਹਾਅ ਹੋ ਕੇ ਆਏਗਾ। ਬੁੱਗੋ ਬੁੱਗੋ ਗੱਲ ਸੁਣ ਬੁੱਗੋ, ਇਹ ਸਭ ਪੁੱਠਾ ਸਿੱਧਾ ਤੁਸੀਂ ਸਿਖਾਇਆ। ਗੋਡੇ ਤੁਹਾਡੇ ਚੱਲਦੇ ਨਹੀਂ, ਦਿਮਾਗ ਤੁਹਾਡਾ ਲੋੜ ਤੋਂ ਬਾਅਦ ਚੱਲਦਾ। ਜਾ ਜਾਂਦਾ ਰਹਿ, ਨਹੀਂ ਤਾਂ ਤੇਰੀ ਸੱਸ ਨੇ ਤੇਰੀ ਬੱਸ ਕਰਾ ਦੇਣੀ ਹੈ। ਚੱਲ ਜਾ ਇੱਥੋਂ। ਮੈਂ ਨਹੀਂ ਜਾਂਦਾ। ਤੂੰ ਜਾਂਦਾ ਕਿ? ਕੱਟੋ ਇਹਨੂੰ ਕੱਟੋ। ਮਾੜੀ ਜਿਹੀ ਗੱਲ ਹੈ, ਉੱਤ ਨਾਲ ਜੱਫੀ ਤਾਂ ਪਵਾ ਦਿਓ। ਤੁਸੀਂ ਕਹਿ ਦਿਓ ਜੇਲ੍ਹ ਤੋਂ ਬਾਹਰ ਕਿਵੇਂ ਆਇਆ? ਭੱਜ ਕੇ। ਮੈਨੂੰ ਯਕੀਨ ਨਹੀਂ ਹੋ ਰਿਹਾ ਤੂੰ ਜੇਲ੍ਹ ਤੋਂ ਭੱਜ ਕੇ ਆ ਗਿਆ। ਹਜੇ ਤਾਂ ਜੇਲ੍ਹ 'ਚ ਵੀ ਕਈਆਂ ਨੂੰ ਯਕੀਨ ਨਹੀਂ ਹੋਣਾ, ਪਰ ਮੈਂ ਕੀ ਕਰਦਾ, ਤੇਰੇ ਬਿਨਾਂ ਜੀਣਾ ਬਹੁਤ ਔਖਾ ਸੀ। ਹੁਣ ਸਾਨੂੰ ਕੋਈ ਵੱਖ ਨਹੀਂ ਕਰ ਸਕਦਾ, ਨਾ ਤੇਰੇ ਮਾਂ ਪਿਓ, ਨਾ ਭਰਾ, ਨਾ ਕੋਈ ਹੋਰ। ਪੁਲਿਸ ਉਹ ਕਰ ਸਕਦੀ ਹੈ, ਇਸ ਕਰਕੇ ਸਾਨੂੰ ਭੱਜਣਾ ਪੈਣਾ। ਭੱਜੇਗੀ ਨਾ? ਅਮਨ ਅਮਨ
ਪੁੱਤ ਕਿੱਥੇ ਚਲੀ ਗਈ? ਮੰਮੀ ਛੇਤੀ ਆ, ਮੰਮੀ ਮੰਮੀ ਕੀ ਹੋ ਗਿਆ? ਕੀ ਹੋਇਆ? ਕੀ ਹੋਇਆ? ਅਮਨ ਭੱਜ ਗਈ। ਆ ਦੇਖੋ ਸਜ਼ਾ ਮਾਫ ਕਰਾ ਹੀ ਲਈ। ਅੱਜ ਅਖਬਾਰ ਚ ਛਪੀ ਵਿਸਾਖੀ ਲਿਸਟ ਸਭ ਨੇ ਪੜ੍ਹ ਲਈ ਲੱਗਦੀ ਆ। ਹਾਂਜੀ ਪੜ੍ਹ ਲਈ ਸਰ। ਸਰ ਤੁਸੀਂ ਪ੍ਰੂਵ ਕਰ ਦਿੱਤਾ ਕਿ ਇਹਨਾਂ ਕੈਦੀਆਂ ਬਾਰੇ ਜਿੰਨਾ ਤੁਸੀਂ ਸੋਚ ਸਕਦੇ ਹੋ ਦੁਨੀਆ ਚ ਕੋਈ ਸੋਚ ਹੀ ਨਹੀਂ ਸਕਦਾ। ਇਹਦੇ ਕੋਈ ਸ਼ੱਕ ਨਹੀਂ ਬਹਾਦਰ ਸਿੰਘ, ਜਿੰਨੀਆਂ ਐਫਰਟਸ ਇਹਨਾਂ ਬੱਚਿਆਂ ਨੂੰ ਛਡਾਉਣ ਵਿੱਚ ਮੇਰੀਆਂ ਲੱਗੀਆਂ, ਜਾਂ ਤਾਂ ਮੈਂ ਜਾਣਦਾ ਜਾਂ ਫਿਰ ਮੈਂ ਹੀ ਜਾਣਦਾ। ਭਾਵੇਂ ਸਾਰਾ ਕੰਮ ਮੈਂ ਫੋਨ ਤੇ ਕਰਵਾਇਆ, ਫਿਰ ਵੀ ਮੇਰੇ ਗੋਡੇ ਘਸ ਗਏ। ਕੀ ਕੁਸਰ ਫੁਸਰ ਕਰਦੇ ਹੋ, ਅਰਦਾਸਾਂ ਗੋਡੇ ਪਰਨੇ ਬਹਿ ਕੇ ਹੀ ਹੁੰਦੀਆਂ ਨੇ। ਅੱਜ ਮੈਨੂੰ ਇੰਜ ਮਹਿਸੂਸ ਹੋ ਰਿਹਾ ਜਿਵੇਂ ਮੇਰੇ ਆਪਣੇ ਬੱਚਿਆਂ ਨੂੰ ਨਵੀਂ ਜ਼ਿੰਦਗੀ ਮਿਲ ਗਈ ਹੋਵੇ। ਕਿੰਨਾ ਮਾਣ ਮਹਿਸੂਸ ਕਰਦੀ ਹੋਣੀ ਆ ਮੇਰੀ ਮਾਂ ਉੱਪਰ ਬੈਠੀ। ਸਰ ਐਵੇਂ ਨਹੀਂ, 21 ਸਾਲ ਤੁਹਾਡੀ ਮਾਂ ਮੈਨੂੰ ਤਰਸਦੀ ਰਹੀ। ਕੀ ਬਕਵਾਸ ਕਰ ਰਿਹਾ, ਤੈਨੂੰ ਨਹੀਂ ਤਰਸਦੀ ਰਹੀ, ਮੈਨੂੰ ਤਰਸਦੀ ਰਹੀ। ਸਾਲੇ ਇਮੋਸ਼ਨਲ ਫੀਲਿੰਗ ਨੂੰ ਵੀ ਅਡਲਟ ਫੀਲਿੰਗ ਬਣਾ ਕੇ ਰੱਖ ਦਿੰਦੇ। ਸੌਰੀ ਸਰ, ਸੌਰੀ। ਜਿਹੜੇ ਬੱਚਿਆਂ ਦੀ ਸਜ਼ਾ ਮਾਫ਼ ਹੋਈ ਆ ਉਹਨਾਂ ਨੂੰ ਇਨਫੋਰਮ ਕਰਤਾ ਕਿ ਨਹੀਂ? ਨਹੀਂ ਸਰ। ਇਹ ਤਾਂ ਉਹ ਗੱਲ ਹੋਈ ਕਿ ਸੁੱਤੇ ਪਏ ਮੁੰਡੇ ਦਾ ਮੂੰਹ ਚੁੰਮਿਆ, ਨਾ ਮੁੰਡਾ ਖੁਸ਼ ਨਾ ਮੁੰਡੇ ਦੀ ਮਾਂ। ਜਾਓ ਜਰਨੈਲ ਤੇ ਤਰਸੇਮ ਨੂੰ ਬੁਲਾ ਕੇ ਲੈ ਕੇ ਆਓ। ਬੁਲਾਉਣਾ ਸਰ ਮੈਂ। ਸਰ ਜੀ, ਤੁਸੀਂ ਆਪਣੇ ਦੋਵੇਂ ਫੇਵਰਿਟ ਕਦੀ ਛਡਾ ਤਾਂ ਲਏ, ਪਰ ਜੇ ਉਹ ਬਾਹਰ ਜਾ ਕੇ ਵੀ ਬੰਦੇ ਨਾ ਬਣੇ ਫੇਰ? ਫੇਰ ਕਿਹੜਾ ਮੁੜ ਕੇ ਮੱਸਿਆ ਨਹੀਂ ਆਉਣੀ, ਚੱਕ ਕੇ ਫਿਰ ਸਿੱਟ ਲਾਂਗੇ ਕਾਲੀ ਕੋਠੜੀ 'ਚ। ਬਹਾਦਰ ਸਿੰਘ ਜੀ, ਸਰ ਵਿਸਾਖੀ ਫੰਕਸ਼ਨ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਕਿ ਨਹੀਂ? ਸਰ ਲਗਭਗ ਹੋ ਗਈਆਂ। ਡੀਡੀਟੀ ਛਿੜਕਾ ਦਿੱਤੀ ਹੈ। ਡੀਡੀਟੀ ਛਿੜਕਾ ਨੂੰ ਇੱਥੇ ਮੱਛਰਾਂ ਨੇ ਆਉਣਾ, ਐਮਐਲਏ ਨੇ ਆਉਣਾ, ਹੋਰ ਕਿਹੜੇ ਕਿਹੜੇ ਕੰਮ ਰਹਿ ਗਏ? ਸਰ ਐਮਐਲਏ ਸਾਹਿਬ ਨੇ ਤੁਹਾਨੂੰ ਸਨਮਾਨਿਤ ਜਦੋਂ ਕਰਨਾ ਹੈ ਤਾਂ ਉੱਪਰੋਂ ਫੁੱਲ ਬਰਸਾਣੇ ਹੈ, ਬਸ ਉਹਦਾ ਗੁਬਾਰਾ ਲਾਣਾ ਰਹਿ ਗਿਆ। ਉਹ ਮੈਂ ਲਾਉਣਾ? ਲਾਣਾ ਤਾਂ ਮੈਂ ਹੀ। ਤੇ ਫਿਰ ਹੁਣ ਤੱਕ ਲਾਇਆ ਕਿਉਂ ਨਹੀਂ? ਸਰ ਕਿਤੇ ਧੁੱਪ 'ਚ ਪਹਿਲਾਂ ਹੀ ਨਾ ਫੜ ਦੇ, ਫਿਰ ਦੁਬਾਰਾ ਲਾਣਾ ਪੈ ਜਾਣਾ। ਆਹ ਤਾਂ ਸਾਲੀ ਮੇਰੀ ਇੱਜ਼ਤ, ਮੇਰੀ ਖਾਤਰ 2 ਰੁਪਏ ਦਾ ਗੁਬਾਰਾ ਨਹੀਂ ਦੁਬਾਰਾ ਲਾ ਸਕਦੇ। ਮੇਰੇ ਮਰਨ ਤੋਂ ਬਾਅਦ 21 ਤੋਪਾਂ ਦੀ ਸਲਾਮੀ ਸਵਾਹ ਦਵਾਓਗੇ? ਸਰ ਉਹ ਗੱਲ ਨਹੀਂ ਹੈ, ਗੁਬਾਰੇ ਦੇ ਵਿੱਚ ਫੁੱਲ ਵੀ ਹੈ, ਉਹ ਖਿੰਡ ਜਾਣੇ ਹੈ। ਮੈਂ ਕੈਦੀਆਂ ਨੂੰ ਕਹਿੰਦਾ ਚੰਗਾ ਲੱਗੇਗਾ ਬਈ ਜੇਲਰ ਸਾਹਿਬ ਦੇ ਫੁੱਲ ਚੁਗੋ ਬਈ। ਵੈਸੇ ਤਾਂ ਮੈਨੂੰ ਪਤਾ ਮੇਰੇ ਕੈਦੀ ਮੈਨੂੰ ਬਹੁਤ ਪਿਆਰ ਕਰਦੇ ਆ, ਪਰ ਫਿਰ ਵੀ ਮੇਰੇ ਵੱਲੋਂ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਸਮਝਾ ਦਿਓ ਕਿ ਜਦੋਂ ਜੇਲਰ ਸਾਹਿਬ ਨੂੰ ਸਨਮਾਨਿਤ ਕਰਨ, ਤਾੜੀਆਂ ਥੋੜ੍ਹੀਆਂ ਜਿਹੀਆਂ ਖੁੱਲ੍ਹ ਕੇ ਵਜਾਓ। ਸਰ ਮੈਂ ਹੁਣੇ ਜਾ ਕੇ ਕਹਿ ਦਿੰਦਾ। ਸਰ ਗਾਲ ਪਾ ਦਿੰਦਾ ਜਿਹੜਾ ਤਾੜੀ ਨਾ ਵਜਾਵੇ। ਹਾਂ, ਪੁਲਿਸ ਦੇ ਡਰ ਨਾਂ ਦੀ ਵੀ ਕੋਈ ਚੀਜ਼ ਹੁੰਦੀ ਆ, ਕਦੇ ਉਹ ਨਾ ਪਾਇਓ, ਜਦੋਂ ਪਾਇਓ ਗਾਲ ਹੀ ਪਾਇਓ, ਦਫਾਓ ਜਾ ਇੱਥੋਂ। ਸਰ ਹੈਲੋ ਧੀਰੇ, ਕੱਲ੍ਹ ਤੋਂ ਨਾ ਪੰਜਾਬੀ ਅਖਬਾਰ ਘੱਟ ਭੇਜਿਆ ਕਰੋ, ਕੋਈ ਖਰੀਦਦਾ ਤਾਂ ਹੈ ਨਹੀਂ ਯਾਰ। ਉਹ ਭੀਮ, ਆ ਖਬਰ ਪੜ੍ਹੀ? ਹਲਵਾਈ ਕਦੇ ਆਪਣੀ ਮਠਿਆਈ ਖਾਂਦਾ? ਤੇਰੇ ਜੀਜੇ ਦੀ ਖਬਰ ਛਪੀ ਆ। ਜੀਜਾ ਫੇਰ ਭੱਜ ਗਿਆ? ਨਹੀਂ, ਵਿਸਾਖੀ ਤੇ ਸਰਕਾਰ ਉਹਨੂੰ ਰਿਹਾ ਕਰ ਰਹੀ ਹੈ। ਆ ਦੇਖ, ਤਰਸੇਮ ਲਾਲ ਪੁੱਤਰ ਪੈਰੋ ਲਾਲ ਅੱਜ ਰਿਹਾ ਕੀਤੇ ਜਾਣਗੇ। ਜੀਜਾ ਜੀ ਰਿਹਾ ਹੋ ਰਹੇ ਨੇ? ਹਾਂ। ਜੇਲਰ ਜਲੌਰ ਸਿੰਘ ਜੌਲ ਸਪੀਕਿੰਗ। ਹਾਂਜੀ, ਜੇਲ ਮੰਤਰੀ ਸਾਹਿਬ ਜੀ ਦਾ ਪੀਏ ਬੋਲ ਰਿਹਾ ਜੀ, ਜੀਤਾ। ਓ ਗਰੇਵਾਲ ਸਾਹਿਬ, ਹੁਕਮ। ਦੇਖੋ ਆ ਜਿਹੜੇ ਅੱਜ 2 ਕੈਦੀ ਰਿਹਾ ਹੋ ਰਹੇ ਨੇ ਨਾ ਜੀ, ਮੰਤਰੀ ਸਾਹਿਬ ਦੀ ਭਤੀਜੀ ਉਹਨਾਂ ਨੂੰ ਜੇਲ ਚ ਆ ਕੇ ਇੰਟਰਵਿਊ ਕਰਨਾ ਚਾਹੁੰਦੀ ਸੀ ਜੀ। ਕਮਾਲ ਹੈ, ਉਹ ਜਿਨ੍ਹਾਂ ਨੇ ਛੁਡਾਇਆ ਉਹਨਾਂ ਦਾ ਨਾਂ ਥੇ ਨਹੀਂ। ਇਹ ਤਾਂ ਉਹ ਗੱਲ ਹੋ ਗਈ ਕਿ ਰਾਗੀ ਹੰਸਰਾਜ ਹੰਸ ਜੀ ਇੱਕ ਪਾਸੇ ਖੜੇ ਆ ਤੇ ਤੁਸੀਂ ਸਾਜੀਆਂ ਨੂੰ ਸਨਮਾਨਿਤ ਕਰਨ ਲੱਗੇ ਹੋ। ਖੈਰ, ਜੇਲ ਮੰਤਰੀ ਸਾਹਿਬ ਦੀ ਭਤੀਜੀ ਆ, ਉਹਦੇ ਅੱਗੇ ਤਾਂ ਕੀ ਅਸੀਂ ਪਿੱਛੇ ਨਹੀਂ ਕੁਛ ਬੋਲ ਸਕਦੇ। ਹਾਂ ਸੱਚ ਗਰੇਵਾਲ ਸਾਹਿਬ, ਮੰਤਰੀ ਸਾਹਿਬ ਨੂੰ ਫੰਕਸ਼ਨ ਤੇ ਲੈ ਕੇ ਟਾਈਮ ਨਾਲ ਪਹੁੰਚ ਜਿਓ। ਵੈਸੇ ਅਸੀਂ ਡੀਡੀਟੀ ਛਿੜਕਾਈ ਹੋਈ ਆ, ਕਿਤੇ ਇਹ ਨਾ ਹੋਵੇ ਜੇ ਤੁਸੀਂ ਲੇਟ ਹੋ ਗਏ ਮੰਤਰੀ ਸਾਹਿਬ ਤੋਂ ਪਹਿਲਾਂ ਭਮੱਕੜ ਤੁਰੇ ਫਿਰਨ। ਆ ਜਾਣਗੇ ਜੀ, ਸਤਿ ਸ਼੍ਰੀ ਅਕਾਲ। ਸਰ ਤਰਸੇਮ ਤੇ ਜਰਨੈਲ ਕਿਤੇ ਮਿਲ ਹੀ ਨਹੀਂ ਰਹੇ ਜੀ, ਕਿਤੇ ਉਹਨਾਂ ਦਾ ਪੇਟ ਪੂਟ ਤਾਂ ਨਹੀਂ ਖਰਾਬ? ਨਹੀਂ ਸਰ, ਮੈਂ ਸਾਰੀਆਂ ਫਲੱਸ਼ਾਂ ਫਲੂਸ਼ਾਂ ਚੈੱਕ ਕਰ ਮਾਰੀਆਂ, ਲੱਭੇ ਹੀ ਨਹੀਂ ਕਿਤੇ। ਕਮਾਲ ਆਈ ਆ, ਅਮਰੀਕਾ ਨੇ ਬਾਹਰਲੇ ਮੁਲਕ ਜਾ ਕੇ ਲਦੇਨ ਲੱਭ ਲਿਆ, ਥੋਤੋਂ ਸਾਲਿਓ ਆਪਣੀ ਜੇਲ੍ਹ ਦੇ ਵਿੱਚ ਜਰਨੈਲ ਤਰਸੇਮ ਨਹੀਂ ਲੱਭ ਹੁੰਦੇ। ਸਰ ਮੈਂ ਸੱਚ ਬੋਲ ਰਿਹਾ, ਮੈਂ ਸਾਰੀ ਜੇਲ੍ਹ ਤੂੜੀਆਂ ਗੁਛਾਣਤੀ। ਅੱਛਾ, ਜਿਹੜੇ ਮੁੰਡੇ ਟੈਂਟ ਲਾਉਣ ਆਇਆ ਬਾਹਰੋਂ, ਉਹਨਾਂ ਕੋਲ ਜਾ ਕੇ ਚੈੱਕ ਕਰੋ, ਕਈ ਵਾਰੀ ਆਪਣੇ ਬੰਦਿਆਂ ਨੂੰ ਆਦਤ ਹੁੰਦੀ ਆ ਬਾਹਰਲੇ ਬੰਦਿਆਂ ਕੋਲ ਬਹਿ ਕੇ ਬੀੜੀ ਬੂੜੀ ਲਾਉਣ ਲੱਗ ਪੈਂਦੇ ਆ। ਜੀ ਜਨਾਬ। ਅਮਨ, ਮੈਂ ਇੱਕ ਮਿੰਟ ਜੇਲਰ ਸਾਹਿਬ ਨਾਲ ਫੋਨ ਤੇ ਗੱਲ ਕਰਨੀ ਸੀ। ਕੀ ਤੇਰਾ ਦਿਮਾਗ ਖਰਾਬ ਹੋ ਗਿਆ? ਤੂੰ ਜੇਲ ਤੋਂ ਭੱਜਿਆ ਹੈ ਜਰਨੈਲ? ਤਾਂ ਹੀ ਤਾਂ ਕਹਿ ਰਹੇ ਹਾਂ, ਮੇਰੇ ਭੱਜਣ ਦਾ ਹਰ ਜਾਣਾ ਇੱਕ ਨੇਕ ਇਨਸਾਨ ਨੂੰ ਭੁਗਤਣਾ ਪੈਣਾ ਹੈ। ਘੱਟੋ ਘੱਟ ਫੋਨ ਕਰਕੇ ਦੱਸ ਤਾ ਦਵਾਂ ਕਿ ਮੇਰੀ ਮਜਬੂਰੀ ਕੀ ਸੀ।
हैलो जे 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 स्पीकिंग। हैलो सर, मैं जरनैल बोलदा। और जरनैल कित्थे आ तू? मैं रणजीत नूं कहा सी तैनूं सद के लिया इत्थे, ओह मूर्ख जिहा सीधी फोन ते ही गल कराउण लग गया। सर मैं तुहाडे नाल इक गल करनी है। ओए करी जाई गल्लां, सारी उमर पई आ गल्लां करन नूं, पहलां मेरी गल तां सुण लै जिहड़ी इन्नी जोर दी आई आ। जिहड़ी खुशखबरी मैं तैनूं सुनाउण लग्गिया ना, सुन के तेरे पैरां थल्ले जमीन खिसक जू। सर पहलां मेरी, ओए मैनूं बोलता लैण दे, पहलां सरकार ने तेरी ते तरसेम दी बाकी सजा माफ करती, अज विसाखी फंक्शन ते तुहाडे दोहां दी रिहाई आ। मैं कहा सी ना कि सुन के पैरां थल्ले जमीन खिसक जू। ये सारा कुछ जेलर जलौर सिंह जौल दे अपने परसनल सूख करके होया। हाँ हुण बोल जो तू बोल रहा सी। हुण मैं की बोलना सर, जे मैं बोलिया तो जमीन थोड़े पैर हेठ खिसक जानी। मेरे तो खुशी च पहले ही नहीं पब थले लग रहे, होर किनिया के लत्ता उत्ते चकाएगा दाग जड़ा व्यान तकना। सर मैं पहले ही जेल तो पा चुके। ओ नो, कदों कितों? मेरा मतलब कि मैं भजे तू? सर वो तरसेम ने सुरंग पट्टी सी ते साढ़े तो भज हो गया। तरसेम भी नाल ही आ? हाँ जी, हुण मैनू कल्ले नू ते सुरंग पट के क्यों देण लग्या हो? साले ओ मेरी सारी कीती कराई ते पाणी फेरता तुसी। सर जे थोनू पहला पता ही साडी रिहाई दा, तुसी सानू घटो घट दस तां दिंदे। ओ मैं सानू सरप्राइज देण नू फिरदा सी, मैनू की पता तुसी अगो मैनू ये झटका दे देणा। ये तो वो गल हुई कि मापिया ने कुड़ी जिहड़े मुंडे नाल मंगी सी सौर दी उसे नाले भज गई। पढ़ लो अज दी अखबार च छपी विसाखी लिस्ट, जिदे विच थोड़ी रिहाई ते मेरी चढ़ाई दी खबरां छपियां ने। भजवा लो तालियां। सॉरी सर। ओए सॉरी दियो, मैनू ए पता मैं किवें तुहाडे दोहां दा चंगा बिहेवियर दिखा दिखा के तुहाडी सजा माफ करवाई है। ताई ने हजे पैंतरे भी नहीं दिखाए, जवाक पहले ही बाहर आ गया। मार लिया थोड़ियां कालियां ने, साले सतमा है नौ महीने का इंतजार भी नहीं कर सके, पहले ही याद हो गए। जेलर साहब हुण ये दसो करना की है? सुनो, अज शामी विसाखी फंक्शन ते तुहाडी रिहाई आ, उस तो पहला जिवें मर्जी तुसी जेल दे अंदर होने चाहिए हो। सर साडे कोल तां कैदियां वाली यूनिफॉर्म भी नहीं है। तुहाडे कोल है नहीं, मेरी रहनी नहीं, और रब दा वास्ता जिवें मर्जी आओ भावें कच्छियां जाओ। ये किहो जिहियां गल्लां करदे हो जेलर साहब? ओ यार तू तां ऐ रिएक्ट कर रहा जिवें मैं बगैर कच्छियां तों आउण नूं कहता होवे। वैसे भी तां जेल च 8-10 काले कच्छियां वाले कैदी तुरे फिरदे आ, विच तों होर कुछ जाण के कोई फर्क पैंदा? ठीक है सर, पहुंचदा मैं। की मैं लाईए तरसेम नूं नाल लैके आउणा? ਉਹਨੂੰ ਤੁਸੀਂ ਆਪੇ ਫੋਨ ਕਰ ਲਓ ਸਰ। ਉਹ ਯਾਰ ਮੈਂ ਇੱਥੇ ਮੁੰਡੇ ਦਾ ਵਿਆਹ ਧਰਿਆ, ਜਿਹੜਾ ਕੱਲੇ ਕੱਲੇ ਨੂੰ ਫੋਨ ਤੇ ਸੱਦਾ ਦਿੰਦਾ ਫਿਰ, ਤੂੰ ਉਹਨੂੰ ਨਾਲ ਹੀ ਲੈ ਕੇ ਆਉਣਾ? ਸਰ ਉਹ ਮੇਰੇ ਨਾਲ ਨਹੀਂ ਹੈ, ਮੈਂ ਉਹਨੂੰ ਉਹਦੇ ਪਿੰਡ ਛੱਡ ਆਇਆ ਸੀ। ਹੁਣ ਤੱਕ ਤਾਂ ਉਹ ਆਪਣੇ ਜਵਾਕ ਨੂੰ ਲੈ ਕੇ ਪਤਾ ਨਹੀਂ ਕਿੱਥੇ ਨਿਕਲ ਗਿਆ ਹੋਊਗਾ। ਹਾਏ ਮੇਰੇ ਰੱਬਾ, ਸਾਲੇ ਜਵਾਕਾਂ ਨੂੰ ਲੈ ਕੇ ਹੋਲੀਡੇ ਮਨਾਉਂਦੇ ਫਿਰਦੇ ਆ, ਇੱਧਰ ਮੇਰੀ ਪਰਮਾਨੈਂਟ ਹੋਲੀਡੇ ਹੋ ਜਾਣੀ ਆ। ਸਰ ਜੇ ਉਹ ਨਾ ਮਿਲਿਆ ਤਾਂ ਘੱਟੋ ਘੱਟ ਮੈਨੂੰ ਬਾਇੱਜ਼ਤ ਰਿਹਾ ਹੋ ਲੈਣ ਦਿਓ, ਮੈਨੂੰ ਨਾ ਰੋਕਿਓ ਜੀ। ਸ਼ਾਬਾਸ਼ੇ ਕਾਕਾ ਜੀ, ਵਰਦੀ ਤੇ ਦਾਗ ਇੱਕ ਬੰਦੇ ਦੇ ਭੱਜਣ ਦਾ ਵੀ ਓਨਾ ਹੀ ਲੱਗਣਾ ਜਿੰਨਾ ਦੋ ਬੰਦਿਆਂ ਦੇ ਭੱਜਣ ਦਾ ਲੱਗਣਾ ਸੀ। ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲਾ, ਜੇ ਮੈਂ ਫਸਿਆ ਨਾ ਪੁੱਤ ਬਾਇੱਜ਼ਤ ਬਾਹਰ ਮੈਂ ਤੈਨੂੰ ਵੀ ਨਹੀਂ ਆਉਣ ਦਿੰਦਾ। ਜੇ ਜੇਲ੍ਹ 'ਚ ਦੁਬਾਰਾ ਆਉਣਾ ਤਾਂ ਪਰਾਂਦਾ ਸੱਗੀ ਦੇ ਨਾਲ ਹੀ ਆਊਗਾ। ਜਰਨੈਲ ਕੀ ਹੋਇਆ, ਇਹਨਾਂ ਉਦਾਸ ਕਿਉਂ ਹੈ? ਮੈਂ ਆਈ ਤਾਂ ਸੋਚ ਸੀ ਕਿ ਆਪਾਂ ਕਦੋਂ ਤੱਕ ਲੁਕਦੇ ਰਵਾਂਗੇ। ਤੂੰ ਮੇਰੇ ਵਾਸਤੇ ਜੇਲ੍ਹ ਚੋਂ ਭੱਜਿਆ, ਮੇਰੀ ਨਜ਼ਰਾਂ 'ਚ ਤੇਰੀ ਇੱਜ਼ਤ ਹੋਰ ਵੱਧ ਗਈ। ਜਰਨੈਲ ਮੈਂ ਹਮੇਸ਼ਾ ਇੱਕੋ ਗੱਲ ਚਾਹੁੰਦੀ ਸੀ ਕਿ ਤੈਨੂੰ ਬਾਇੱਜ਼ਤ ਰਿਹਾਈ ਮਿਲੇ, ਬਾਇੱਜ਼ਤ। ਸ਼ਤਾ ਹੀ ਰੱਬ ਨੇ ਤੇਰੀ ਸੁਣ ਲਈ। ਪਰ ਜਰਨੈਲ ਹੁਣ ਕਰਾਂਗੇ ਕੀ? ਉਹੀ, ਟਾਈਮ ਸਿਰ ਜੇਲ੍ਹ ਪਹੁੰਚਣਾ ਪੈਣਾ, ਉਹ ਵੀ ਤਰਸੇਮ ਲਾਲ ਦੇ ਨਾਲ। ਜੈ ਹਿੰਦ ਸਰ। ਜੈ ਹਿੰਦ ਸਰ, ਮੈਂ ਸਾਰੇ ਕੈਦੀਆਂ ਨੂੰ ਤਾੜੀਆਂ ਵਜਾਉਣ ਵਾਸਤੇ ਕਿਹਾ ਤੁਹਾਡੇ ਸਨਮਾਨ ਚ। ਉਹ ਤਾੜੀਆਂ ਹੁਣ ਸਨਮਾਨ ਚ ਨਹੀਂ ਵੱਜਣੀਆਂ, ਹੁਣ ਅਪਮਾਨ ਚ ਵੱਜਣਗੀਆਂ। ਸਰ ਤਾੜੀਆਂ ਵੱਜਣੀਆਂ ਚਾਹੀਦੀਆਂ, ਚਾਹੇ ਸਨਮਾਨ ਚ ਵੱਜਣ ਚਾਹੇ
ਅਪਮਾਨ ਨਾਲ ਕੀ ਮਤਲਬ ਸਰ? ਰੱਬ ਦਾ ਵਾਸਤਾ ਜ਼ੁਬਾਨ ਜਨਾਬ, ਜਰਨੈਲ ਤੇ ਤਰਸੇਮ ਲੱਗਦਾ ਜੇਲ੍ਹ ਚੋਂ ਤਿੱਤਰ ਹੋ ਗਏ। ਓਏ ਲੱਗਦਾ ਨਹੀਂ, ਇਹ ਪੱਕੀ ਖਬਰ ਆ, ਉਹ ਸੱਚੀ ਰਫੂ ਚੱਕਰ ਹੋ ਗਏ। ਨਹੀਂ ਸਰ, ਕੈਦੀ ਨਹੀਂ ਪਛ ਸਕਦੇ, ਇੰਨੀ ਤਾਂ ਕਰੜੀ ਨਿਗਰਾਨੀ ਹੈ। ਉਹ ਟੱਟੂ ਦੀ ਕਰੜੀ ਨਿਗਰਾਨੀ ਹੈ? ਗੁਆਂਢ ਚ ਕੰਢ ਤੇ ਜੇ ਕੋਈ ਕੈਲੰਡਰ ਟੰਗਣ ਲਈ ਮੇਖ ਵੀ ਕਰਦਾ ਸੀ, ਉਹਦਾ ਸਿਰ ਪੜਨ ਤੱਕ ਜਾਈਦਾ। ਓਏ ਹੌਲੀ, ਆਵਾਜ਼ਾਂ ਆਉਂਦੀਆਂ ਨੇ, ਸਾਲੇ ਤੁਹਾਡੇ ਨੱਕ ਥੱਲੇ ਦੀ ਐਡੀ ਸੁਰਗ ਪਾੜ ਕੇ ਆਓਗੇ ਤੁਹਾਡੇ ਕੰਨ ਤੇ ਇੱਕ ਜੂੰ ਤੱਕ ਨਹੀਂ ਸਰਕੀ। ਜੇਲ੍ਹ ਚ ਸੁਰੰਗ ਪੱਟ ਲਈ ਤੇ ਹੋਰ ਤੇਰੇ ਘਰੇ ਪੱਟ ਕੇ ਕੀ ਕਰਨੀ ਸੀ? ਕਮਾਲ ਹੈ ਸਰ ਜੀ, ਆਪਾਂ ਨੂੰ ਪਤਾ ਹੀ ਨਹੀਂ ਚੱਲਿਆ। ਨਹੀਂ ਨਹੀਂ ਸਰ, ਮੈਨੂੰ ਮਾੜੀਆਂ ਮਾੜੀਆਂ ਆਵਾਜ਼ਾਂ ਆਉਂਦੀਆਂ ਹੁੰਦੀਆਂ ਸੀਗੀਆਂ, ਪਰ ਮੈਂ ਸੋਚਿਆ ਬਈ ਜਿਹੜਾ ਇਹ ਅੱਜ ਕੱਲ ਨਵਾਂ ਭੁਚਾਲ ਜਿਹਾ ਚੱਲਿਆ ਹੈ ਨਾ, ਉਹਦੀਆਂ ਆਵਾਜ਼ਾਂ ਹੋਣਗੀਆਂ। ਭੁਚਾਲ ਤਾਂ ਹੁਣ ਆਊ, ਉਹ ਵੀ ਆਪਣੇ ਸਾਰਿਆਂ ਦੀ ਜ਼ਿੰਦਗੀ ਚ 15 ਰਿਕਟਰ ਸਕੇਲ ਤੇ। ਸਰ ਜੀ, ਹੁਣ ਆਪਾਂ ਕਰਨਾ ਕੀ ਆ? ਆਪਾਂ ਕੀ ਕਰਨਾ ਤੁਲਸੀਦਾਸ, ਜੋ ਕਰਨਾ ਸੀ ਉਹ ਕਰ ਗਏ, ਹੁਣ ਤਾਂ ਤੁਸੀਂ ਵਰਦੀ ਲਾ ਕੇ ਘਰੇ ਬੈਠਣ ਦੀ ਤਿਆਰੀ ਕਰੋ। ਉਹ ਜੇ ਕੁਛ ਕਰਨਾ ਆਪਣੀ ਜ਼ੁਬਾਨ ਬੰਦ ਰੱਖੋ, ਕਿਸੇ ਨੂੰ ਕੰਨੋ ਕੰਨ ਖਬਰ ਨਾ ਹੋਵੇ ਕਿ ਉਹ ਭੱਜ ਗਏ। ਸਰ, ਉਹਦਾ ਕੀ ਕਰਨਾ ਜਿਹੜਾ ਮੈਂ ਕੈਦੀਆਂ ਨੂੰ ਕਹਿ ਕੇ ਆਇਆ ਤਾੜੀਆਂ ਵਜਾਉਣ? ਉਹ ਤੈਨੂੰ ਤਾੜੀਆਂ ਦੀ ਪਈ ਆ, ਉਹਨਾਂ ਨੂੰ ਰੋਕੋ। ਸਰ, ਉਹ ਨਹੀਂ ਰੁਕ ਸਕਦੇ, ਮੈਂ ਗਾਲ ਪਾ ਕੇ ਆਇਆ। ਤੈਨੂੰ ਤਾਂ ਮੈਂ ਪੁਲਿਸ ਦਾ ਡਰ ਪਾਉਣ ਨੂੰ ਕਿਹਾ ਸੀ। ਜੇ ਇੰਨਾ ਹੀ ਪੁਲਿਸ ਦਾ ਡਰ ਹੁੰਦਾ, ਇਹ ਦੋ ਕੈਦੀ ਕਿਉਂ ਭੱਜਦੇ? ਗਾਲ ਪਾਣੀ ਪਈ, ਗਾਲ ਭਰੇ ਕਰ। ਤੁਹਾਲੇ ਤਾਂ ਕਿੱਥੇ ਹੀ ਹੈ? ਬੁੱਗੂ ਆ ਵੇਖ। ਚੰਡੀਗੜ੍ਹ 13 ਅਪ੍ਰੈਲ, ਪੰਜਾਬ ਸਰਕਾਰ ਵੱਲੋਂ ਇਸ ਵਾਰ ਵਿਸਾਖੀ ਮੌਕੇ ਛੋਟੀਆਂ ਤੇ ਗੈਰ ਮਾਮੂਲੀ ਸਜ਼ਾਵਾਂ ਕੱਟ ਰਹੇ ਕੈਦੀਆਂ ਦੀਆਂ ਬਾਕੀ ਰਹਿੰਦੀਆਂ ਸਜ਼ਾਵਾਂ ਮਾਫ਼ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹਨਾਂ ਹੁਕਮਾਂ ਤਹਿਤ ਸਬ ਜੇਲ੍ਹ ਬਸੀ ਬਠਾਣਾ ਦੇ ਦੋ ਕੈਦੀ ਜਰਨੈਲ ਸਿੰਘ ਪੁੱਤਰ ਸਰਦਾਰ ਗੁਰਬਖਸ਼ ਸਿੰਘ ਤੇ ਕੈਦੀ ਤਰਸੇਮ ਲਾਲ ਪੁੱਤਰ ਭੈਰੋਂ ਲਾਲ ਅੱਜ ਰਿਹਾ ਕੀਤੇ ਜਾਣਗੇ। ਮੇਰਾ ਪੁੱਤ ਪੜ੍ਹਨ ਲੱਗ ਗਿਆ, ਮੈਂ 1.5 ਸਾਲ ਕੇ ਅੰਦਰ ਗਿਆ, ਮੇਰਾ ਪੁੱਤ ਪੰਜਾਬੀ ਪੜ੍ਹਨਾ ਸਿੱਖ ਗਿਆ। ਔਰ ਮੈਂ ਤਾਂ ਸਾਰੀ ਜ਼ਿੰਦਗੀ ਅੰਦਰ ਕੱਟ ਲਓ, ਤੂੰ ਕਰ ਪੀਏ ਤੇ ਬਣ ਜਾ ਡਾਕਟਰ। ਤਰਸੇਮ, ਤੇਰੇ ਅੰਦਰ ਹੋਣ ਤੋਂ ਬਾਅਦ ਇਸ ਰੋਂਦੇ ਹੋਏ ਬੱਚੇ ਨੂੰ ਅਸੀਂ ਕਿਸ ਤਰ੍ਹਾਂ ਸੰਭਾਲਿਆ ਇਹ ਸਾਨੂੰ ਹੀ ਪਤਾ ਹੈ। ਇਸੇ ਕਰਕੇ ਅਸੀਂ ਤਰ੍ਹਾਂ ਮੋਹ ਦੇ ਨਾਲ ਤੁੜਾਉਂਦੇ ਰਹੇ ਤਾਂ ਕਿ ਅੱਗੇ ਜਾ ਕੇ ਸੌਖਾ ਰਹੇ। ਸਾਨੂੰ ਗਲਤ ਨਾ ਸਮਝੀ ਤਰਸੇਮ। ਆਇਆ ਪੁੱਤ, ਮੈਂ ਗਿਆ ਤੇ ਆਇਆ। ਡੈਡੀ, ਮੈਂ ਤੈਨੂੰ ਬਹੁਤ ਪਿਆਰ ਕਰਦਾ। ਸਰ ਜੀ, ਹੁਣ ਤਾਂ ਜੇਲ੍ਹ ਦੇ ਸਾਰੇ ਕੈਦੀ ਪੁੱਛਣ ਲੱਗ ਪਏ ਕਿ ਜਰਨੈਲ ਤੇ ਤਰਸੇਮ ਨਹੀਂ ਦਿਖਦੇ, ਕਿੱਥੇ ਗਏ? ਤੁਲਸੀਦਾਸ, ਤੇਰੇ ਇਹੋ ਜਿਹੇ ਦੋਹੇ ਹਮੇਸ਼ਾ ਬਲਦੀ ਤੇ ਤੇਲ ਪਾਉਂਦੇ ਆ। ਖੈਰ ਛੱਡ, ਇਹ ਦੱਸ, ਪਤਾ ਲੱਗਾ ਕਿ ਪਤੰਦਰਾਂ ਨੇ ਜੇਲ੍ਹ ਦੇ ਵਿੱਚ ਸੁਰੰਗ ਪੁੱਟੀ ਕਿੱਥੋਂ ਆ? ਜੀ ਨਹੀਂ ਤਾਂ ਫਿਰ ਪਤਾ ਕਰੋ। ਜੀ ਜਨਾਬ। ਬਾਦਰ ਸਿੰਘ ਜੀ, ਸਰ ਆਪਾਂ ਜਾ ਕੇ ਕੈਦੀਆਂ ਨੂੰ ਸਮਝਾਉਂਦੇ ਹਾਂ ਕਿ ਅੱਜ ਤਰਸੇਮ ਤੇ ਜਰਨੈਲ ਦਾ ਜੇਲ੍ਹ 'ਚ ਅਖੀਰਲਾ ਦੇਣਾ, ਇਸ ਕਰਕੇ ਉਹ ਥੋੜ੍ਹਾ ਕਾਗਜ਼ੀ ਕਾਰਵਾਈ ਦੇ ਵਿੱਚ ਮਸਰੂਫ ਨੇ। ਠੀਕ ਹੈ ਸਰ। ਜੇ ਸਰ, ਵੈਸੇ ਤਾਂ ਤੁਹਾਡੇ ਜਿੱਡਾ ਸਾਡਾ ਦਿਮਾਗ ਹੈ ਨਹੀਂ, ਪਰ ਜੇ ਹੁਕਮ ਹੋਵੇ ਤਾਂ ਇੱਕ ਦਿਮਾਗੀ ਗੱਲ ਕਰਾਂ। ਬੋਲ। ਮਸਲਾ ਤਾਂ ਇਹੀ ਹੈ ਨਾ ਕਿ ਵਿਸਾਖੀ ਵਾਲੇ ਫੰਕਸ਼ਨ ਤੇ ਦੋਨੋਂ ਕੈਦੀ ਹਾਜ਼ਰ ਹੋਣੇ ਚਾਹੀਦੇ ਹੋ ਜਾਣਗੇ। ਉਹ ਕਿੱਦਾਂ? ਆਪਾਂ ਵਿਸਾਖੀ ਦੇ ਫੰਕਸ਼ਨ ਨੂੰ ਹੀ 2 ਦਿਨ ਅੱਗੇ ਕਰ ਦਿੰਦੇ ਨਾ? ਹੁਣ ਤੂੰ ਨਾਨਕਸ਼ਾਹੀ ਕੈਲੰਡਰ ਤੋਂ ਵੀ ਉੱਤੇ ਹੋ ਗਿਆ। ਓਏ ਬੁੱਝ ਦਿਮਾਗ ਜੀ, ਵਿਸਾਖੀ ਅਕਸਰ 13 ਅਪ੍ਰੈਲ ਨੂੰ ਮਨਾਈ ਜਾਂਦੀ ਆ। ਇਹ ਕੋਈ ਨਰਾਤੇ ਨਹੀਂ ਵੀ ਜੇ ਪਹਿਲੇ ਨਰਾਤੇ ਮਰੋੜੇ ਲੱਗਿਆ ਤਾਂ ਵਰਤ 9ਵੇਂ ਨਰਾਤੇ ਰੱਖ ਲਾਂਗੇ। ਸਰ, ਮੈਂ ਤਾਂ ਪਹਿਲਾਂ ਹੀ ਕਿਹਾ ਸੀਗਾ ਕਿ ਤੁਹਾਡੇ ਜਿੱਡਾ ਸਾਡਾ ਦਿਮਾਗ ਕਿੱਥੇ। ਤਾਂ ਫਿਰ ਪੰਗੇ ਕਰ ਲੈਂਦਾ ਹੁਣ। ਚਲੋ ਸਰ। ਨਮਸਤੇ ਸਰ। ਠੀਕ ਹੈ? ਸਰ 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 ਸਰ, ਪਹਿਚਾਣਿਆ ਨਹੀਂ? ਨਾ ਪਛਾਣਨ ਨੂੰ ਤੇਰਾ ਗਦੌੜਾ ਫੇਰਿਆ। ਸਰ ਜ਼ੋਰ ਪਾਓ ਥੋੜਾ ਜਿਹਾ ਜੀ। ਜ਼ੋਰ ਪਾਉਣ ਨੂੰ ਮੈਂ ਟੋਇਲਟ ਤੇ ਬੈਠਾ। ਥੱਲੇ ਨਹੀਂ ਸਰ, ਉੱਤੇ ਦਿਮਾਗ ਤੇ ਜ਼ੋਰ ਪਾਓ ਜੀ। ਪਹਿਲਾਂ ਇੱਥੇ ਕਿਹੜੀ ਬੈਰਕ 'ਚ ਹੁੰਦਾ ਸੀ? ਨਹੀਂ ਸਰ, ਮੈਂ ਅੰਦਰੋਂ ਨਹੀਂ ਜੀ, ਮੈਂ ਬਾਹਰੋਂ ਆਇਆ ਜੀ। ਮੈਂ ਭੀਮ ਸਰ। ਭੀਮ? ਬਾਦਰ ਸਿੰਘ ਜੀ ਸਰ, ਇਹ ਕਲਯੁੱਗ 'ਚ ਕਿੱਦਾਂ ਦੀ ਮਹਾਭਾਰਤ ਹੋਣ ਲੱਗ ਗਈ? ਸਰ ਤੁਸੀਂ ਪਹਿਚਾਣਿਆ ਨਹੀਂ, ਮੈਂ ਇੱਥੇ ਜਿਹੜੇ ਕੈਦੀ ਨੇ ਜਿਨ੍ਹਾਂ ਨੂੰ ਤੁਸੀਂ ਰਿਹਾ ਕਰ ਰਹੇ ਹੋ ਨਾ, ਤਰਸੇਮ ਲਾਲ, ਉਹਨਾਂ ਦਾ ਸਾਲਾ ਜੀ ਮੈਂ। ਬਾਜੀ, ਉਹਨਾਂ ਨੂੰ ਵਧਾਈ ਦੇਣਾ ਆ, ਮਿਲਾ ਦਿਓ। ਬੇਟੇ, ਮਿਲਾ ਤਾਂ ਦਿੰਦੇ, ਪਰ ਅਜੇ ਉਹਨਾਂ ਨੂੰ ਨਲਾ ਰਹੇ ਨੇ। ਨਲਾ ਰਹੇ ਨੇ?
ਸਰ ਤੁਸੀਂ ਜੀਜਾ ਨੂੰ ਰਿਹਾ ਕਰ ਰਹੇ ਹੋ ਕਿ ਫਾਂਸੀ ਲਾ ਰਹੇ ਹੋ ਜੀ? ਨਹੀਂ, ਮੇਰੇ ਕਹਿਣ ਦਾ ਮਤਲਬ ਉਹ ਆਪਣੇ ਕਰਕਮਲਾਂ ਨਾਲ ਆਪ ਹੀ ਨਹਾ ਰਹੇ ਨੇ ਕਿਉਂਕਿ ਅੱਜ ਜੇਲ੍ਹ ਦੇ ਵਿੱਚ ਉਹਨਾਂ ਦਾ ਅਖੀਰਲਾ ਦੇਣਾ ਨਾ। ਦੈਟਸ ਗੁੱਡ ਸਰ, ਬਸ 2 ਮਿੰਟ ਲਈ ਮਿਲਾ ਦਿਓ ਪਲੀਜ਼। ਰੱਬ ਦਾ ਵਾਸਤਾ ਸ਼ਾਮ ਨੂੰ ਮਿਲ ਲਿਓ, ਰਾਤ ਨੂੰ ਉਹਨੇ ਘਰੇ ਹੀ ਆ ਜਾਣਾ, ਫਿਰ ਤੇਰੇ ਮੂਹਰੇ ਥਾਂ ਸਿੱਟਿਆ ਭਾਵੇਂ ਸੁੱਥਣ ਸੰਭਾਲੀ ਭਾਵੇਂ ਲਹਿੰਗਾ। ਨਹੀਂ ਸਰ, ਐਂ ਤਾਂ ਉਹਨਾਂ ਦੇ ਰਿਹਾ ਹੋਣ ਦੀ ਖੁਸ਼ੀ ਵਿੱਚ ਲੇਡੀ ਸੰਗੀਤ ਰੱਖਿਆ ਹੋਇਆ ਜੀ, ਪਰ ਮੈਨੂੰ ਐਂ ਸੀ ਖੁਦ ਜੀਜਾ ਜੀ ਨੂੰ ਮਿਲ ਕੇ ਮੈਂ ਮੂੰਹ ਮਿੱਠਾ ਕਰਾਵਾਂ ਜੀ ਉਹਨਾਂ ਦਾ। ਪਰ ਭੀਮ ਜੀ, ਆ 4 ਕੁ ਡੱਬੇ ਤਾਂ ਸਾਡੇ ਮੁਲਾਜ਼ਮਾਂ ਨੇ ਛੱਕ ਜਾਣੇ। ਸਰ 3 ਤੁਸੀਂ ਰੱਖ ਲਓ ਜੀ, 1 ਡੱਬਾ ਰਹਿਣ ਦਿਓ, ਉਹਨਾਂ ਦੀ ਮਨਪਸੰਦ ਜਗ੍ਹਾ ਤਾਂ ਖੁਦ ਲੈ ਕੇ ਆਇਆ ਜੀ। ਮਨਪਸੰਦ ਜਗ੍ਹਾ? ਹਾਂਜੀ, ਮੈਨੂੰ ਉਹਨੇ ਸਾਰੀਆਂ ਮਨਪਸੰਦ ਜਗ੍ਹਾ ਪਤਾ ਨੇ। ਜਦੋਂ ਮੈਂ ਉਹਨਾਂ ਨੂੰ ਮਿਲਣ ਆਉਂਦਾ ਸੀ ਤਾਂ ਮੈਨੂੰ ਕਹਿੰਦੇ ਹੁੰਦੇ ਸੀ, ਭੀਮ ਜਦੋਂ ਮੈਂ ਰਿਹਾ ਹੋ ਗਿਆ ਨਾ ਉੱਥੇ ਜਾ ਕੇ ਆਪਾਂ ਸਮੋਸੇ ਖਾਵਾਂਗੇ, ਫਲਾਣੀ ਥਾਂ 'ਤੇ ਜਲੇਬੀਆਂ ਖਾਵਾਂਗੇ, ਭੀਮ ਇਕੱਠੇ ਗੇੜੀ ਸ਼ੇੜੀ ਦੇਣ ਜਾਵਾਂਗੇ। ਮੈਨੂੰ ਉਹਨਾਂ ਦੀਆਂ ਸਾਰੀਆਂ ਮਨਪਸੰਦ ਜਗ੍ਹਾ ਪਤਾ ਨੇ ਜੀ। ਬਹਾਦਰ ਸਿੰਘ ਜੀ ਸਰ, ਭੀਮ ਜੀ ਨੂੰ ਉਹਨਾਂ ਦੀਆਂ ਸਾਰੀਆਂ ਮਨਪਸੰਦ ਜਗ੍ਹਾ ਪਤਾ ਨੇ। ਗਾਲ ਪਾ ਦੀਏ? ਗਾਟੀ। ਕੀ ਪਾ ਦੀਏ ਸਰ? ਗਾਟੀ ਮਤਲਬ ਸਰ ਜੀ ਵੀ ਜੀਜਾ ਜੀ ਭੱਜ ਗਏ ਜੀ। ਕੀ ਦੱਸੀਏ ਭੀਮ ਸੈਨ, ਧੀਆਂ ਭੈਣਾਂ ਭੱਜਦੀਆਂ ਤਾਂ ਬਥੇਰੀ ਵਾਰੀ ਦੇਖੀਆਂ, ਇੱਥੇ ਸਾਲੇ ਜੀਜਾ ਹੀ ਭੱਜ ਗਏ। ਨਹੀਂ ਸਰ, ਐਂ ਤਾਂ ਇੱਕ ਵਾਰੀ ਮੇਰੀ ਭੈਣ ਵੀ ਭੱਜ ਗਈ ਸੀ ਜੀ। ਬੜਾ ਮੂੰਹ, ਵਾਪਸ ਮੁੜੀ ਆ ਕਿ ਹਜੇ ਤੱਕ ਕ੍ਰੋਸ ਕੰਟਰੀ ਲਈ ਜਾਂਦੀ ਆ? ਸਾਹ ਬਹਾਦਰ ਜੀ, ਉਸ ਰੱਬ ਕੋਲੇ ਇੱਕ ਵਾਰ ਗਿਆ ਕਦੇ ਕੋਈ ਵਾਪਸ ਆਇਆ ਜੀ? ਇਹਦਾ ਮਤਲਬ ਤੇਰੀ ਭੈਣ ਹੈ ਨੀ? ਜਦੋਂ ਤੇਰੀ ਭੈਣ ਹੀ ਨਹੀਂ ਹੈ ਫਿਰ ਤੇਰਾ ਜੀਜਾ ਐਡੀ ਸੁਰੰਗ ਪੱਟ ਕੇ ਕਿਹੜੀ ਮਾਂ ਨੂੰ ਮਿਲਣ ਗਿਆ? ਹਾਏ ਸਾਲਾ, ਡੰਗਰ ਜਾਂ ਦੰਦੀਆਂ ਕੱਢੀ ਜਾਂਦਾ। ਅੱਛਾ, ਰੋ ਰਿਹਾ? ਰੱਬ ਦਾ ਵਾਸਤਾ, ਜਾ ਕੇ ਆਪਣੇ ਜੀਜਾ ਜੀ ਨੂੰ ਸਮਝਾ ਕਿ ਆਪਣੀ ਸੰਸਾਰਕ ਯਾਤਰਾ ਅਧੂਰੀ ਛੱਡ ਕੇ ਵਾਪਸ ਜੇਲ੍ਹ 'ਚ ਪਰਤੇ, ਨਹੀਂ ਸਾਡੀ ਨੌਕਰੀ ਤਾਂ ਗਈ ਗਈ ਆ, ਤੁਹਾਡੇ ਪ੍ਰਾਹੁਣੇ ਨੇ ਇੱਥੇ ਸਰਕਾਰੀ ਪ੍ਰਾਹੁਣਾ, 5 ਸਾਲ ਦੀ ਹੋਰ ਬਣ ਜਾਣਾ। ਨਹੀਂ ਸਰ ਜੀ, ਨਾ ਸਰ ਜੀ, ਮੇਰੀ ਜੀਜਾ ਜੀ ਨੂੰ ਬਚਾ ਲਓ ਪਲੀਜ਼, ਮੇਰੇ ਜੀਜਾ ਜੀ ਨੂੰ ਬਚਾ ਲਓ ਸਰ ਜੀ। ਦੇਖ ਵੀਰੇ, ਰੋ ਨਾ, ਇਹ ਜਿਹੇ ਹਾਲਾਤ ਵਿੱਚ ਨਾ ਰੋਣਾ ਤਾਂ ਸਾਡਾ ਵੀ ਨਿਕਲ ਰਿਹਾ, ਪਰ ਅਸੀਂ ਵਰਦੀ 'ਚ ਰੋ ਨਹੀਂ ਸਕਦੇ। ਕੰਟਰੋਲ ਬਹਾਦਰ ਸਿੰਘ, ਕੰਟਰੋਲ। ਸੋਰੀ ਸਰ। ਭੀਮ ਸੈਨ, ਹਾਂਜੀ ਸਰ ਜੀ, ਤੂੰ ਦੱਸ ਰਿਹਾ ਸੀ ਕਿ ਤੈਨੂੰ ਤੇਰੇ ਜੀਜਾ ਜੀ ਦੀਆਂ ਉਹ ਸਾਰੀਆਂ ਮਨਪਸੰਦ ਥਾਵਾਂ ਬਾਰੇ ਪਤਾ ਜਿੱਥੇ ਉਹ ਅਕਸਰ ਜਾਇਆ ਕਰਦੇ ਨੇ ਜੀ। ਬਸ ਫਿਰ ਤੁਸੀਂ ਉਹਨਾਂ ਥਾਵਾਂ ਤੇ ਜਾਓ, ਪਰ ਸਾਡੇ ਮਹਿਕਮੇ ਦਾ ਬਹੁਤ ਹੀ ਕਾਬਲ ਅਫਸਰ ਤੇਰੇ ਨਾਲ ਜਾਏਗਾ। ਸਰ, ਕਦੇ ਇਹ ਜੀ ਥਾਂ ਤੇ ਮੇਰੀ ਵੀ ਡਿਊਟੀ ਲਾ ਦਿਆ ਕਰੋ। ਉਹ ਮੂਰਖ, ਤੇਰੇ ਬਾਰੇ ਤਾਂ ਕਹਿ ਰਿਹਾ। ਬਸ ਤੁਹਾਡੇ ਦੋਵਾਂ ਕੋਲ ਹੁਣ ਸਿਰਫ 4 ਘੰਟੇ ਨੇ, ਜੀਜਾ ਬਚਾਉਣ ਲਈ ਤੇ ਨੌਕਰੀ ਬਚਾਉਣ ਲਈ। ਸਰ, ਆ ਕਿਹੜੀ ਥਾਂ ਤੇ ਲਿਆ ਹੈ ਮੈਨੂੰ? ਕਾਵਾਂ ਵਾਲੇ ਬਾਬਾ ਜੀ ਦਾ ਡੇਰਾ ਜੀ, ਇੱਥੇ ਜੀਜਾ ਜੀ ਨਾ ਚੌਂਕੀ ਭਰਨ ਆਉਂਦੇ ਹੁੰਦੇ ਨੇ। ਵੈਸੇ ਵੀ ਲੁਕਣ ਲਈ ਡੇਰੇ ਤੋਂ ਬਾਅਦ ਸੇਫ ਥਾਂ ਕਿਹੜੀ ਹੋ ਸਕਦੀ ਹੈ ਜੀ? ਦੀਦੀ, ਪੁਲਿਸ ਇੱਥੇ ਕੀ ਲੈਣ ਆਈ ਹੈ? ਮੀਨਾ ਦੇ ਤਾਂ ਦਿੱਤਾ ਸੀ, ਉਹ ਫਿਰ ਖਰਚਣ ਆ ਗਈ ਹੋਣੀ ਹੈ, ਦੇਖਦੀ ਹਾਂ। ਜੀ ਜਨਾਬ। ਉਹ ਬਾਬੇ ਨੂੰ ਬੁਲਾ। ਇੱਥੇ ਤਾਂ ਕਈ ਸਾਰੇ ਬਾਬੇ ਆਉਂਦੇ ਨੇ, ਤੁਸੀਂ ਕਿਹੜੇ ਬਾਬੇ ਨੂੰ ਮਿਲਣਾ? ਉਹ ਕਿਹੜੇ ਜਾਨਵਰ ਦਾ ਨਾਂ ਲਿਆ ਸੀ ਤੂੰ? ਕਾਵਾਂ ਵਾਲੇ ਬਾਬਾ ਜੀ। ਹਾਂ, ਕਾਵਾਂ ਵਾਲੇ ਬਾਬੇ ਨੂੰ ਬੁਲਾਓ। ਉਹ ਕਾਵਾਂ ਵਾਲੇ ਬਾਬੇ ਵੱਲ, ਸਾਡਾ ਮੋਰਨੀਆਂ ਦਾ ਇੰਨਾ ਬੈਲੈਂਸ ਖੜਾ ਹੋ ਗਿਆ ਸੀ ਕਿ ਉਹਨੂੰ ਆ ਥਾਂ ਦੇ ਕੇ ਮਸਾ ਖੜਾ ਛੁਡਾਉਣਾ ਪਿਆ। ਤੁਸੀਂ ਦੱਸੋ, ਤੁਹਾਡੀ ਕੀ ਸੇਵਾ ਕਰੀ? ਮੇਰੀ ਕੀ ਸੇਵਾ ਕਰਨੀ ਹੈ ਭੈਣ ਮੇਰੀ, ਇਹ ਮੇਰਾ ਘਰ ਤਾਂ ਪਹਿਲਾਂ ਹੀ ਕਿਸ਼ਤਾਂ ਤੇ ਹੈ। ਆ ਦੇਖ ਲੈ, ਤੇਰਾ ਕਾਵਾਂ ਵਾਲਾ ਬਾਬਾ ਕਿੱਥੇ ਕਿੱਥੇ ਚੁੰਝਾ ਮਾਰਦਾ ਫਿਰਦਾ ਹੈ, ਹੋਰ ਲਾ ਆਪਣੇ ਜੀਜੇ ਨੂੰ ਇਹੋ ਜਿਹੇ ਬਾਬੇ ਦੇ ਮਗਰ। ਕੱਲਾ ਮੇਰਾ ਜੀਜਾ ਥੋੜੀ ਜੀ ਚਣਾ ਖਣੀ ਬਾਬਿਆਂ ਦੇ ਮਗਰ ਲੱਗਿਆ ਹੋਇਆ। ਹੁਣ ਲੱਗ ਮੇਰੇ ਮਗਰ। ਲੱਗ ਗਿਆ ਜੀ, ਆ ਜਾ। ਹੈਲੋ, ਜੇ 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 ਸਪੀਕਿੰਗ। ਹੈਲੋ ਜੇਲਰ ਸਾਹਿਬ, ਮੈਂ ਜਰਨੈਲ ਬੋਲਦਾ, ਤਰਸੇਮ ਲਾਲ ਨੂੰ ਮੈਂ ਫੜ ਲਿਆ ਜੀ। ਫੜ ਲਿਆ? ਓ ਯੈਸ, ਮੈਨੂੰ ਪਤਾ ਸੀ ਤੂੰ ਮੈਨੂੰ ਬਚਾ ਲਏਗਾ, ਆਈ ਐਮ ਪ੍ਰਾਊਡ ਆਫ ਯੂ। ਬਸ ਅਸੀਂ ਪਹੁੰਚ ਰਹੇ ਹਾਂ ਜੀ, ਤੁਸੀਂ ਗੇਟ ਖੋਲੋ। ਭਗੌੜੇ ਹੋ ਕਿ ਜੇਲ੍ਹ ਮੰਤਰੀ, ਜਿਹੜੇ ਮੇਨ ਗੇਟ ਰਾਹੀਂ ਅੰਦਰ ਵੜ ਨੂੰ ਫਿਰਦੇ ਹੋ, ਬਾਹਰ ਗੇਟਾਂ 'ਤੇ ਤੋਪਾਂ ਵਾਂਗੂ ਕੈਮਰੇ ਕੱਢੇ ਹੋਏ ਨੇ, ਸਾਲੇ ਇੱਕ ਇੱਕ ਮੱਛਰ ਤੱਕ ਗਿਣ ਲੈਂਦੇ ਕਿ ਕਿੰਨੇ ਅੰਦਰ ਆਏ। ਜੇ ਕੱਲ੍ਹ ਨੂੰ ਕਿਸੇ ਨੂੰ ਪਤਾ ਲੱਗ ਗਿਆ ਕਿੱਥੇ ਗਏ ਸੀ, ਕੀ ਕਹੂੰਗਾ ਕਿ ਡੇਂਗੂ ਦੇ ਟੀਕੇ ਲਵਾਉਣ ਗਏ ਸੀ? ਉਹ ਫਿਰ ਅਸੀਂ ਅੰਦਰ ਕਿਵੇਂ ਆਵਾਂਗੇ? ਜਿਹੜੀ ਸੁਰੰਗ ਰਾਹੀਂ ਦਫਾ ਹੋਏ ਸੀ ਨਾ, ਉਸੇ ਰਸਤੇ ਮਰੋ। ਹਾਂ, ਇਹ ਵੀ ਠੀਕ ਹੈ, ਫਿਰ ਅਸੀਂ ਉਸੇ ਸੁਰੰਗ ਰਾਹੀਂ ਆਉਂਦੇ ਹੈ ਨਾ। ਹਾਂ ਦੱਸੋ ਸਰ ਜੀ, ਸੁਰੰਗ ਵਾਲੀ ਜਗ੍ਹਾ ਲੱਭ ਲਈ? ਗੁੱਡ ਸਰ ਜੀ, ਇਸ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਅਸੀਂ ਮਿੱਟੀ ਭਰ ਕੇ ਸੁਰੰਗ ਪਰਮਾਨੈਂਟਲੀ ਬੰਦ ਕਰਤੀ, ਤਾਂ ਕਿ ਹੋਰ ਗਾਦੀ ਕੋਈ ਭੱਜ ਨਾ ਸਕੇ। ਤੁਲਸੀਦਾਸ, ਤੁਲਸੀਦਾਸ, ਮੈਂ ਤੈਨੂੰ ਹੁਣ ਕੀ ਕਵਾਂ, ਬਸ ਇੱਕ ਆਹੀ ਦੋਹਾ ਰਹਿੰਦਾ ਸੀ ਜਿਹੜਾ ਤੂੰ ਪੂਰਾ ਕਰਤਾ। ਮਤਲਬ
मतलब जेल विच हुण तक जिन्ने कैदियां नूं फांसी होई आ सानूं उहनां सारिआं दा श्राद्ध मनाउणा चाहीदा तां मुसीबतां टलणगीआं। ਹੁਣ ਕਿਹੜੀ ਨਵੀਂ ਮੁਸੀਬਤ ਆ ਪਈ? ਸਾਲਾ ਜਿਹੜੀ ਆਪਣੀ ਇੱਕ ਮਾਂ ਨੂੰ ਬੰਦ ਕਰਕੇ ਆਇਆ ਉਸੇ ਰਾਹ ਤੇਰੇ ਦੋ ਪਿਓਆਂ ਨੇ ਆਉਣਾ ਸੀ। ਲੈ ਇਹਦੇ ਚ ਕੀ ਆ ਜਨਾਬ, ਮੈਂ 5-7 ਮੁਲਾਜ਼ਮ ਲਾ ਕੇ ਹੁਣੇ ਹੀ ਦੁਬਾਰਾ ਸੁਰੰਗ ਪਟਾ ਦਿਆ। ਹਾਏ ਰੱਬਾ, ਮੇਰੀ ਮਾਂ ਉੱਪਰ ਬੈਠੀ ਧਰਮਰਾਜ ਨੂੰ ਕੀ ਮੂੰਹ ਦਿਖਾਉਂਦੀ ਹੋਣੀ ਆ ਕਿ ਮੈਂ 21 ਸਾਲ ਇਸ ਜਨੌਰ ਨੂੰ ਤਰਸਦੀ ਨਹੀਂ ਜਿਹੜਾ ਜੇਲਰ ਹੋ ਕੇ ਜੇਲ੍ਹ ਦੇ ਵਿੱਚ ਆਪ ਹੀ ਸੁਰੰਗਾਂ ਪਟਵਾਈ ਜਾ ਰਿਹਾ। ਸਰ ਜੀ, ਫਿਰ ਤੁਹਾਡਾ ਸ਼ਰਾਧ ਵਾਲਾ ਆਈਡੀਆ ਬਿਲਕੁਲ ਠੀਕ। ਸਾਲਿਆ, ਮੇਰਾ ਸ਼ਰਾਧ ਨਹੀਂ ਕੈਦੀਆਂ ਦਾ। ਸਰ ਜੀ, ਹੁਣ ਅਸੀਂ ਕੀ ਕਰਨਾ? ਤੁਸੀਂ ਇੱਕ ਕੰਮ ਕਰਨਾ ਕਿ ਤੁਸੀਂ ਕੋਈ ਕੰਮ ਨਹੀਂ ਕਰਨਾ। ਓਏ ਮੂਰਖੋ, ਉਹਨਾਂ ਦੇ ਮੁੜਨ ਦਾ ਸਿਰਫ ਇੱਕ ਰਾਹ ਸੀ, ਤੁਸੀਂ ਉਹ ਵੀ ਤੁੰਨਤਾ। ਹੁਣ ਤਾਂ ਕੈਦੀ ਜੇਲ੍ਹ ਚੋਂ ਭੱਜਣ ਦੀਆਂ ਸਕੀਮਾਂ ਬਣਾਉਂਦੇ ਤਾਂ ਬਹੁਤ ਸੋਹਣੇ ਸੀ, ਇਹ ਪਹਿਲੇ ਕੈਦੀ ਹੁਣੇ ਜਿਹੜੇ ਜੇਲ੍ਹ 'ਚ ਮੁੜ ਘੁਸਣ ਦੀ ਸਕੀਮ ਬਣਾਉਣਗੇ। ਮੰਨ ਗਿਆ ਫਿਰ ਯਾਰਾਂ ਨੂੰ, ਮੇਰੀ ਪੱਟੀ ਸੁਰੰਗ ਦੁਬਾਰਾ ਕੰਮ ਆ ਗਈ ਨਾ। ਸੋਚ, ਜੇ ਮੈਂ ਸੁਰੰਗ ਨਾ ਪੱਟਦਾ ਤਾਂ ਦੁਬਾਰਾ ਅੰਦਰ ਕਿਵੇਂ ਜਾਂਦਾ? ਆਹੋ, ਸਾਰਾ ਕੁਛ ਤੇਰੇ ਹੀ ਕੀਤਾ ਕਰਾਇਆ ਹੈ। ਜੇ ਤੂੰ ਸੁਰੰਗ ਨਾ ਪੱਟਦਾ ਆ ਪੁਆੜਾ ਪੈਣਾ ਹੀ ਨਹੀਂ ਸੀ। ਕਿਉਂ? ਉਹ ਨਾ ਸ਼ੁਕਰੀਆ, ਅੱਜ ਤੋਂ ਬਾਅਦ ਮੈਂ ਕਿਸੇ ਦਾ ਚੰਗਾ ਕਰਨਾ ਹੀ ਨਹੀਂ। ਚੱਲ ਚੱਲ, 2009 ਦੀ ਗੱਲ ਹੈ, ਮਹੱਲੇ ਦੇ ਬਿਮਾਰ ਬੰਦੇ ਨੂੰ ਮੈਂ ਖੂਨਦਾਨ ਕੀਤਾ, ਆਸਾਨ ਤਾਂ ਉਹਨੇ ਕੀ ਮੰਨਣਾ, ਚੜੇ ਮਹੀਨੇ ਲਾਂਬਾ ਲੈ ਕੇ ਆ ਜਾਂਦਾ। ਕਵੇ ਤਰਸੇਮ ਲਾਲ, ਜਬ ਸੇ ਤੇਰਾ ਖੂਨ ਲਿੱਤਾ ਹੈ ਹਰ ਮਹੀਨੇ ਮੈਨੂੰ ਮਲੇਰੀਆ ਹੋ ਜਾਂਦਾ ਹੈ, ਔਰ ਮੈਂ ਤੈਨੂੰ ਖੂਨ 'ਚ ਮੱਛਰ ਘੋਟ ਕੇ ਦਿੱਤੇ। ਹੋਰ ਸੁਣ ਲਓ, ਮੈਂ ਮਾਤਾ ਦੇ ਜਾਂਦਾ ਨਾ ਤਾਂ ਤੁਰ ਕੇ ਜਾਂਦਾ, ਪਰ ਜਿਹੜਾ ਬੰਦਾ ਖੱਚਰ 'ਤੇ ਜਾ ਰਿਹਾ ਹੋਵੇ ਮੈਂ ਉਹਨੂੰ ਪਾਣੀ ਪਿਆਉਂਦਾ, ਮੈਂ ਖੱਚਰ ਨੂੰ ਵੀ ਪਾਣੀ ਪਿਆਉਂਦਾ। ਵੀ ਕੋਈ ਗੱਲ ਨਹੀਂ, ਖੱਚਰ ਹੈ ਜਾ ਤਾਂ ਮਾਤਾ ਦੇ ਰਿਹਾ ਨਾ, ਉਸੇ ਬੰਦੇ ਨੂੰ ਕੱਟ ਰਿਹਾ ਕੇ ਕਹੋ ਜੈ ਮਾਤਾ ਦੀ, ਪਛਾਣਦਾ ਨਹੀਂ ਉਹ ਬੰਦਾ। ਛੱਡੋ, ਖੱਚਰ ਨਹੀਂ ਪਛਾਣਦਾ, ਬੋਲੋ ਜੈ ਮਾਤਾ ਦੀ, ਬੋਲੋ। ਬਾਈ, ਇਹਨੂੰ ਦੇਖਿਆ ਕਿਤੇ? ਹਾਂ, ਇਹਨੂੰ ਤਾਂ ਮੈਂ ਵੀ ਲੱਭ ਰਿਹਾ। ਹੈਂ, ਭੈਣ ਹੈ ਇਹ ਮੇਰੀ, ਕਿੱਥੇ ਦੇਖਿਆ ਇਹਨੂੰ? ਉਹ ਬੋਲ, ਕਿੱਥੇ ਦੇਖਿਆ? ਇਹ ਤਾਂ ਸ਼ੋਲੇ ਫਿਲਮ 'ਚ ਵੇਖੀ ਸੀ ਨੀਰੂ ਬਾਜਵਾ। ਸ਼ੋਲੇ ਫਿਲਮ 'ਚ ਤਾਂ ਹੇਮਾ ਮਾਲਨੀ ਹੈ। ਆਪਾਂ ਇਹਦੀ ਜਨਰਲ ਨੌਲੇਜ ਵਧਾਉਣ ਨਹੀਂ ਆਏ, ਮੇਰੀ ਭੈਣ ਲੱਭਣ ਆਏ ਆ। ਇਨ ਕੁੱਤੋਂ ਕੇ ਸਾਹਮਣੇ ਮਤ ਨਾਚਨਾ ਭੋਲੀ, ਪਹਿਲਾਂ ਕਿਉਂ ਨਹੀਂ ਬੋਲੀ? ਆਪਣਾ, ਤੁਹਾਡੇ ਮਾਂ ਪਿਓ ਦੀ ਉਮਰ ਕਿੰਨੀ ਹੈ? 50 ਸਾਲ। ਕਿਉਂ? ਹਜੇ ਵੀ ਕੁਛ ਨਹੀਂ ਵਿਗੜਿਆ ਨਾ ਵੀ ਭੈਣਾ ਜੂ, ਬਸ ਸਾਂਭ ਕੇ ਰੱਖਿਓ। ਇਸ ਮੁਲਕ 'ਚ ਭੈਣਾਂ ਤੇ ਗਾਣੇ ਤਾਂ ਬਹੁਤ ਬੰਦੇ ਆ, ਪਰ ਭੈਣਾਂ ਨੂੰ ਕੋਈ ਜੰਮਣ ਨਹੀਂ ਦਿੰਦਾ। ਫੂਲੋ ਕਾ ਤਾਰੋ ਕਾ ਸਭ ਦਾ ਕਹਿਣਾ ਹੈ 1000 ਮੇ ਮੇਰੀ ਭੈਣਾ ਹੈ। ਹੈਲੋ ਪੁੱਤ, ਉਹਦੇ ਸਾਰੀਆਂ ਸਹੇਲੀਆਂ ਦੇ ਦੇਖਿਆ ਹੈ? 1-2 ਸਹੇਲੀਆਂ ਰਹਿੰਦੀਆਂ। ਦੇਖ ਲੈ ਪੁੱਤ, ਜੇ ਉੱਥੇ ਵੀ ਨਾ ਮਿਲੀ ਬਸ ਫਿਰ ਇਹ ਸਮਝ ਲਿਓ ਕਿ ਉਹਨੂੰ ਮਿਲਣ ਬਸੀ ਪਠਾਣਾ ਜੇਲ੍ਹ ਹੀ ਗਈ ਹੋ। ਮੈਂ ਤੁਹਾਨੂੰ ਫੋਨ ਕਰੂੰਗਾ, ਸਿੱਧਾ ਉੱਥੇ ਹੀ ਪਹੁੰਚ ਜਿਓ। ਓਕੇ ਮੰਮੀ। ਗੁਰੀ, ਮੈਨੂੰ ਤਾਂ ਪਾਗਲ ਜਿਹਾ ਲੱਗਦਾ। ਰਾਮੂ ਪਟਾਕੇ ਤਾਂ ਕੱਢ ਲਓ ਬਾਜੀ, ਆਹ ਦੇਖ ਲੈ ਕੀ ਕਰੀ ਜਾਂਦਾ। ਮੈਨੂੰ ਤਾਂ ਪਹਿਲਾਂ ਹੀ ਸ਼ੱਕ ਪੈ ਗਿਆ ਸੀ, ਜਦ ਸਾਲਾ ਇਕੱਲਾ ਖੜਾ ਜਬੜੀਆਂ ਮਰੀ ਜਾਂਦਾ ਸੀ। ਚਲੋ ਹੁਣ। ਓਏ, ਤੁਹਾਡੀ ਮਾਂ ਭੈਣ ਤੋਂ ਵੱਖ ਹੋ ਗਈ ਨਾ, ਮੈਂ ਤੁਹਾਡੀ ਮਾਂ ਭੈਣ ਕਰ ਦੂ। ਜੇ ਮੈਂ ਆਪਣੀ ਆਈ ਤੇ ਆ ਗਿਆ ਨਾ, ਇੱਕੋ ਗਾਲ 'ਚ ਸਾਰਾ ਟੱਬਰ ਇਕੱਠਾ ਕਰ ਦੂ। ਅੜਾ, ਓਏ, ਉਹ ਜਾਣੇ ਕਿੱਥੇ ਹੋ? ਤੁਸੀਂ ਤਾਂ ਇਕੱਲੀ ਭੈਣ ਲੱਭ ਰਹੇ ਹੋ, ਆ ਖਸਮ ਤੁਹਾਡਾ ਜੀਜਾ ਵੀ ਲੱਭ ਰਿਹਾ। ਉਹ ਬਚ ਗਏ, ਫਸ ਗਏ। ਅਸੀਂ ਅਮਨ ਨੂੰ ਨਾਲ ਨਹੀਂ ਰੱਖ ਸਕਦੇ। ਹੁਣ ਮੈਂ ਕਿੱਥੇ ਜਾਵਾਂਗੀ? ਹੈ ਇੱਕ ਥਾਂ ਜਿੱਥੇ ਤੈਨੂੰ ਕੋਈ ਨਹੀਂ ਲੱਭ ਸਕਦਾ। ਮਿਲਿਆ ਸ਼ਗਨਾਂ ਦੇ ਟੋਕਰੇ ਭਾਵੇਂ ਇੱਕ ਦੋ ਰਹਿ ਜਾਣ, ਦਾਰੂ ਦੀ ਪੇਟੀ ਨਾ ਭੁੱਲੀ ਗੱਡੀ 'ਚ ਰੱਖਣੀ। ਠੀਕ ਹੈ ਜੀ, ਚੱਲ ਜਾ। ਸਤਿ ਸ਼੍ਰੀ ਅਕਾਲ ਚਾਚਾ। ਸਤਿ ਸ਼੍ਰੀ ਅਕਾਲ ਜਰਨੈਲ, ਤੂੰ ਤਿਆਰੀਆਂ ਕਾਹਦੀਆਂ? ਅੱਜ ਆਪਣੇ ਕਾਕਾ ਜੀ ਦਾ ਵਿਆਹ ਹੈ ਨਾ। ਅੱਛਾ ਜੀ, ਬੁਲਾਉਂਗੇ ਮਾੜਾ ਜਿਹਾ ਬਲਜੀਤ ਨੂੰ? ਹਾਂ ਹਾਂ, ਬੁਲਾਉਣਾ। ਹੁਣ ਤਾਂ ਜੱਜ ਵੀ ਘਰੋਂ ਤੁਰਨ ਵਾਲੀ ਹੋਣੀ। ਮੈਨੂੰ ਤਾਂ ਕੁਛ ਸਮਝ ਨਹੀਂ ਆ ਰਿਹਾ ਬਲਬੀਰ, ਕੀ ਕਰਾਂਗੇ? ਜੇ ਜੰਜ ਪਹੁੰਚ ਗਈ ਨਾ ਤਾਂ ਸਾਰੇ ਪਿੰਡ 'ਚ ਥੂ ਥੂ ਹੋ ਜਾਣੀ ਹੈ। ਮੈਂ ਤਾਂ ਕਹਿੰਦੀ ਹਾਂ ਸਾਰੀ ਗੱਲ ਮੁੰਡੇ ਵਾਲਿਆਂ ਨੂੰ ਪਹਿਲਾਂ ਹੀ ਫੋਨ ਕਰਕੇ ਦੱਸ ਦਿਓ, ਠੀਕ ਹੈ ਨਾ? ਮੁਬਾਰਕਾਂ ਬਾਈ। ਜਰਨੈਲ, ਤੂੰ ਬਸ ਯਾਰ, ਗੱਲ ਇਹੋ ਜਿਹੀ ਸੀ, ਜੇਲ੍ਹ ਤੋਂ ਭੱਜਣਾ ਪਿਆ। ਅੱਜ ਅਮਨ ਦਾ ਵਿਆਹ ਹੈ ਅਤੇ ਕਾਕਾ ਜੀ ਤੁਹਾਡੀ ਸਹੁਰਾ ਸਾਹਿਬ ਦਾ ਫੋਨ। ਇੱਕ ਮਿੰਟ ਹੈ। ਹਾਂਜੀ ਡੈਡੀ। ਦਰਅਸਲ ਅਮਨ ਪਤਾ ਨਹੀਂ ਸਵੇਰ ਦੀ
बिना दसे किथे चलेगी, अजे तक मुड़ी नहीं पुत। बस मेरी एक बेनती है कि जब तक अमन का कुछ पता नहीं चल जाता, तुसी पुत्र जी घरों चंज ना तोरियो। वो दस तो सही, असं भज क्यों रहे हैं? ऐसे मुंडे नाल ते व्याह है मेरा अज। आहा बलजीत, हाँ ये तो यार है मेरा। वो तू यार दा ही पुरजा भजा ले चल। माफ करी भरजाई, मेरे मुँह चो पुरजा निकल गया। इको कुड़ी नाल दो यार व्याह करवाना चाहते है, केस तो यार मार दा। पर यार मार कर कौन रहा, मेरी समझ नहीं आ रहा। कोई कोई नहीं कर रहा यार मार, मैं गल करता हूँ जाके। तेन सौ लगे मेरी जे तू कंडी होड़ी, मेरा व्याह है ओदे नाल अज, उन्हें नहीं मनना जरनैल। ओह भाई सेरेज मुंह फसाई फिरदा हो, तू जाके की कहेगा? तेरी दीवी मैं भजा ले चले, तू कोई होर कर ली। सर जी जेल मंत्री साहब की भतीजी तेन मिलन आई है। तुलसीदास तू मेरे हांजी मुंह वाल की वेखता, ओना नु बाय जे तंदर लेके आ। लो आए गई है, वेलकम वेलकम जी। मैं नवदीप, ए मेरी कुलीक मनी। हेलो जी। मनी बड़ी छोटी करेंसी है। जस्ट किडिंग, सिट डाउन प्लीज। हुकम तुहानु चाचाई दे ऑफिस तो फोन ते आ गया होना? ना भी आया हुंदा फिर केड़ा तुसी टालन वाली सी। मेरा मतलब पत्रकारियां नु कौन रोक सकदा। हुकम करो। जरनैल ते तरसेम नु बुला दो जल्दी जल्दी, फिर इंटरव्यू स्टार्ट कर दें। एडिया कालिया कर दिया बुला देने हैं, पर पहला उन्होंने साजता आजता लेने दे। सजन तो चंदी की लोड़ है, असी तो अखबार ली इंटरव्यू लेन आए हैं। उन्होंने तो इतने अज तक कोई सूह लैन नहीं आया। हाँ? तुसी इंटरव्यू लेन आ गई, अगले तो चा आपे चढ़ना, उन्होंने तो चढ़ना ही चढ़ना, इतने सारा सालू चढ़िया पे। एक्चुअली पुलिस वाले का ह्यूमर घट लोगों को समझ आता। तुसी पहली बारी साढ़े कोल आए हो, साडा फर्ज बनता तुहाडी सेवा करिए, तुहाडा मूँह मिठा कराइए। तुलसीदास जी सर, किसे दूर दे हलवाई दे कोल खड़ के गर्म गर्म जलेबियां कढ़ा के लेके आ। टाइम ज्यादा नहीं लग जूगा, तुसी प्लीज नेड़े वाले तो ही मंगवा दो। नेड़े वाले जी साडे नाल उधार नहीं करदे, हफ्ते च पंज सत दिन खाण पीण दा समान की मंगा लैंदे सी, साले बगार ही समझण लग पे। तुलसीदास जी कुड़ियां की आ गईं यार, तू हिलण दा ना ही नहीं लैंदा। सर चलो शाबाश, गल सुन सर, नाल बर्फी ते पारले ते बिस्कुट भी लेके आउणे। पारले नहीं पारले जी हुंदा है जी, तां पुलिस वाले कदे अपने प्यो नूं नहीं कहिंदे, पारले वाले तो साढ़े की लगते हैं। ओए पैसा देना गज पड़वा चाहे उधार ही सही। तुलसीदास जी सर आराम नाल आई, जलेबियां ठंडिया ना हो जाए सर। जब तक जलेबियां आउंदियां तुहानू जेल यात्रा ना कराई। अब मेरा मतलब जेल का मुआयना। लाओ जी फिर करो दर्शन जेल बसी पठाना दे। ए है वो इतिहासक थड़ा जिथे शहीद आजम सरदार भगत सिंह सरदार उधम सिंह अक्सर बैठिया करते सी। सर मैं हिस्ट्री च एमए कीती है ते जिन्ना क भी मैं पढ़िया ते दोनों शहीद इस जेल दे विच कदे भी नहीं आए। अब बीबा जी हो सकदा तुहाडे कोलों इक अद्धा पन्ना पढ़न तो रह गया होवे। अंदरली गल थोनू मैं दसदा, ए जिहड़े अंग्रेज हुंदे सी ना गोरे, ए बड़ी शतान दी टूटी हुंदे सी। उहनां नूं इक गल दा डर हमेशा बणिया रहिंदा सी कि जे इहनां दे साथियां नूं पता लग गया कि दोवें इनकलाबी इस जेल च ने, उह किसे वेले वी इहनां नूं छड़ा के लिआ सकदे आ। इस करके दस दे किते होर हुंदे सी ते इन्हां नूं रख दे किते होर हुंदे सी। सर तुसी हिस्ट्री दी स्टूडेंट नूं ना झूठा सिद्ध कर रहे हो। अच्छा जी इहदा मतलब सरकार मेरे नाल हुण तक झूठ ही बोलदी रही। मैं तां स्पैशल कह के अपनी ट्रांसफर इस जेल च कराई आ कि मेरी तनखाह भावें 5,000 घट कर दिओ, पर जेलर जलौर सिंह जौल सेवा करूगा तां शहीदां दी जेल च करूगा। जौल साहब तुहाडे विचार ना बड़े चंगे ने, पर मैनूं ना तुहाडे आईक्यू ते तरस आ रिहा। तरस तां मैनूं इहनां कैदियां ते आ रिहा जिन्हां कोलों मैं पिछले 19 सालां तों इस नौन इतिहासक थड़े ते मत्थे टकाई गया। हुण तुसी जरनैल ते तरसेम नाल मिलवाओगे सानूं? हाँ मिलावांगे मिलावांगे, क्यों नहीं मिलावांगे, पर उस तों पहले जिहड़ियां जलेबियां मंगवाईआं पहलां उह तां छका दईए, होर ना किते पईआं पईआं सिद्धियां हो जाण। चलो आओ जांदी आ साडी गड्डी, ओही चोर ने उहनां ने मेरा नाम कढ़िआ। चलो चलो फटाफट करो, जे फड़े गए ना तो कुड़ी भजाना तू अपने सिर ले ली, जीप चोरी मैं अपने सिर ले लूंगा, नहीं तो बुग्गू कहूगा मेरी मां की गई, मेरा प्यो लोगों दियां धीआं भैणां कढ़न लग गया।
ਉਹ ਚੁੱਪ ਕਰਕੇ ਬਹਿ ਜਾ, ਕੁਝ ਨਹੀਂ ਹੁੰਦਾ। ਚੱਲ 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 ਚੱਲ। ਉਹ ਯਾਰ ਮੱਠੀ ਚ ਲੂਣ ਹੈ ਨੀ, ਚਾਹ ਚ ਮਿੱਠਾ ਹੈ ਨੀ, ਇਹਨੂੰ ਕਹਿ ਮਿੱਠਾ ਹੋਰ ਪਾਵੇ ਥੋੜਾ ਜਿਹਾ। ਟਾਈਮ ਘੱਟ ਹੈ ਸਰ, ਪਹਿਲਾਂ ਚੀਜ਼ਾਂ ਨੂੰ ਲੱਭ ਲਈਏ। ਜਦ ਤੱਕ ਜੀਜਾ ਨਹੀਂ ਲੱਭਦਾ ਫਿੱਕੀ ਚਾਹ ਪੀਣਾ ਨਹੀਂ ਹੈ। ਬਸ ਇੱਕ ਜਲੇਬੀ। ਮੈਂ ਮਿੱਠਾ ਜ਼ਿਆਦਾ ਨਹੀਂ ਖਾਂਦੀ। ਕੀ ਜ਼ਿਆਦਾ ਖਾਂਦੇ ਹੋ? ਆਪਾਂ ਉਹ ਮੰਗਾ ਲੈਂਦੇ। ਐਕਚੁਅਲੀ ਅਸੀਂ ਡਾਈਟਿੰਗ ਤੇ ਆ, ਇਸ ਕਰਕੇ ਨਹੀਂ ਖਾਂਦੇ। ਡਾਈਟਿੰਗ ਤੇ? ਆ ਤੁਹਾਡੀ ਉਮਰ ਆ ਡਾਈਟਿੰਗ ਦੀ? ਓਏ ਮਿੱਠਾ ਖਾਓ, ਤਕੜੀਆਂ ਹੋਵੋ, ਕੱਲ ਨੂੰ ਤੁਸੀਂ ਵਿਆਹ ਕਰਾਉਣੇ ਆ, ਜਵਾਕ ਜੰਮਣੇ ਆ। ਫੋਰ ਯੂਰ ਕਾਈਂਡ ਇਨਫੋਰਮੇਸ਼ਨ, ਮਿੱਠਾ ਖਾ ਕੇ ਨਹੀਂ ਜਵਾਕ ਜੰਮੇ ਜਾਂਦੇ। ਉਹ ਤਾਂ ਮੈਨੂੰ ਪਤਾ, ਖੱਟਾ ਖਾ ਕੇ ਜੰਮੇ ਜਾਂਦੇ ਆ। ਜਲ ਸਾਹਿਬ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਪਏ ਹੋ? ਪਲੀਜ਼ ਜਰਨੈਲ ਤੇ ਤਸੀਮ ਨੂੰ ਬੁਲਾ ਦਿਓ। ਓ ਸ਼ੋਰ, ਵਾਈ ਨਾਟ ਵਾਈ ਨਾਟ। ਐਕਸਕਿਊਜ਼ ਮੀ ਐਕਸਕਿਊਜ਼ ਮੀ ਜੀ। ਹੈਲੋ, ਜੇ 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 ਸਪੀਕਿੰਗ। ਜੈਨ ਸਰ, ਸਰ ਮੈਂ ਭੁੱਖਾ ਪਿਆਸਾ ਰਹਿ ਕੇ ਤਰਸੇਮ ਨੂੰ ਲੱਭ ਲਿਆ, ਜਰਨੈਲ ਵੀ ਨਾਲ ਹੀ ਆ ਸਰ। ਮੈਨੂੰ ਕੀ ਦੱਸਦਾ, ਕਦੇ ਦਾਈਆਂ ਤੋਂ ਵੀ ਪੇਟ ਛੁਪਿਆ? ਔਰ ਮੈਨੂੰ ਤੇ ਘੰਟਾ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਦੋਏ ਮੱਛੀਆਂ ਜੇਲ੍ਹ 'ਚ ਆ ਰਹੀਆਂ। ਸਰ ਤੁਹਾਨੂੰ ਪਤਾ ਲੱਗ ਗਿਆ ਸੀਗਾ ਤੇ ਮੈਨੂੰ ਵੀ ਦੱਸ ਦਿੰਦੇ, ਮੈਂ ਐਵੇਂ ਭੁੱਖਾ ਮਰਿਆ ਇੱਥੇ। ਔਰ ਬਹਾਦਰ ਸਿੰਘ, ਗਿਲੇ ਸ਼ਿਕਵੇ ਕਦੇ ਫੇਰ ਕਰ ਲਾਂਗੇ ਯਾਰ, ਸਮਝਿਓ ਕਰ। ਹਾਂ ਠੀਕ ਹੈ ਸਰ, ਤੂੰ ਬਸ ਜਲਦੀ ਦੋਏ ਮੱਛੀਆਂ ਸਹੀ ਸਲਾਮਤ ਲੈ ਕੇ ਇੱਥੇ ਪਹੁੰਚ। ਸਰ ਅਸੀਂ ਕੋਈ ਮੱਛੀ ਮੁੱਛੀ ਨਹੀਂ ਖਾਣੀ, ਤੁਸੀਂ ਫਟਾਫਟ ਉਹਨਾਂ ਦੋਨਾਂ ਨੂੰ ਬੁਲਾਓ। ਇੱਕ ਮਿੰਟ ਇੱਕ ਮਿੰਟ, ਛੋਟੇ ਭੀਮ ਦਾ ਕੀ ਕਰਨਾ ਸਰ? ਉਹ ਯਾਰ ਆਪਾਂ ਕੀ ਕਰਨਾ, ਆਪਾਂ ਨੂੰ ਕੁਛ ਕਹਿੰਦਾ ਨਾਲ ਲੈ ਆ, ਆਪੇ ਬੋਰੀ ਨਾਲ ਸੇਬਾਂ ਲਟਕਦਾ ਰਹੂ। ਸਰ ਇਹ ਤਾਂ ਦੱਸ ਦੋ ਮਗਰ ਮਾਮੇ ਨੇ। ਮਾਮੇ ਕਿਹਨੂੰ ਕਿਹਾ ਹੋਇਆ? ਤੁਹਾਨੂੰ ਨੀ ਸਰ, ਮੈਂ ਤਾਂ ਉਹ ਪੁਲਿਸ ਵਾਲਿਆਂ ਨੂੰ ਕਿਹਾ ਜੀ। ਮੈਂ ਸਾਲਿਆ ਡਾਕੀਆ? ਨਹੀਂ ਸਰ, ਇੱਥੇ ਛੋਟੇ ਹੁੰਦੇ ਤਾਂ ਮਾਮੇ ਹੀ ਕਹਿੰਦੇ ਆਇਆ ਜੀ। ਤੂੰ ਵੀ ਛੋਟਾ ਸੀ, ਤੁਸੀਂ ਇਹਨੂੰ ਛੱਡੋ ਜੀ, ਚੀਜ਼ ਇਹਨੂੰ ਫੜੋ। ਆਜੋ ਆਜੋ ਫੜ ਲੋ। ਮੈਨੂੰ ਤਾਂ ਛੱਡ ਦੇ ਪਤੰਦਰ, ਛੱਡ ਦੇ ਜੀ, ਪਰਾਂ ਹਟੋ ਜੀ, ਅਸੀਂ ਚੋਰੀ ਦੀ ਜੀਪ ਫੜਨੀ ਹੈ। ਤੁਸੀਂ ਕਿਉਂ ਫੜਨੀ ਹੈ ਬ੍ਰਦਰ? ਓਏ ਅਸੀਂ ਪੁਲਿਸ ਵਾਲੇ ਹਾਂ। ਅੱਜ ਕੱਲ ਬਹੁਤ ਨਕਲੀ ਪੁਲਿਸ ਵਾਲੇ ਬਣੀ ਫਿਰਦੇ ਆ। ਹਾਂ, ਆਈ ਕਾਰਡ ਚੈੱਕ ਕਰਾਓ। ਆਈ ਕਾਰਡ? ਆਈ ਕਾਰਡ ਤਾਂ ਠੀਕ ਹੈ, ਥੈਂਕ ਯੂ। ਹੁਣ ਤੁਸੀਂ ਆਪਣਾ ਆਈ ਕਾਰਡ ਦਿਖਾ ਸਕਦੇ ਹੋ? ਪਰ ਅਖਬਾਰ ਵਿੱਚ ਨਾਲੇ ਕੋਲ ਤਾਂ ਹੁੰਦਾ ਨਹੀਂ ਨਾ ਜੀ ਆਈ ਕਾਰਡ। ਯਾਰ ਮੇਰੇ ਬਾਰੇ ਗੱਲ ਹੋ ਰਹੀ ਹੈ, ਆਈ ਕਾਰਡ ਕੇ ਹੈ ਨਾ? ਹਾਂ ਲਓ, ਹੁਣੇ ਦਿਖਾ ਦਿੰਦੇ। ਦਿਖਾਓ ਦਿਖਾਓ ਆਈ ਕਾਰਡ। ਮੈਨੂੰ ਲੱਗਦਾ ਹੈ ਗਲਤੀ ਨਾਲ ਬੱਚੇ ਅੱਜ ਸਕੂਲ ਲੈ ਗਏ। ਉਹ ਠੀਕ ਹੈ ਠੀਕ ਹੈ, ਹੁਣ ਸਾਡਾ ਟਾਈਮ ਵੇਸਟ ਨਾ ਕਰੋ ਤੇ ਸਾਨੂੰ ਜਾਣ ਦਿਓ। ਐਵੇਂ ਕਿਵੇਂ ਜਾਣ ਦਈਏ, ਕੀ ਪਤਾ ਅਸੀਂ ਨਕਲੀ ਪੁਲਿਸ ਵਾਲੇ ਹੋਈਏ। ਉਹ ਅਸੀਂ ਮੰਨ ਲਿਆ ਕਿ ਤੁਸੀਂ ਅਸਲੀ ਪੁਲਿਸ ਹੋ, ਸਾਨੂੰ ਹੁਣ ਜਾਣ ਦਿਓ। ਇੱਕ ਪੁਲਿਸ ਵਾਲੇ ਨੂੰ ਦੂਜੇ ਪੁਲਿਸ ਵਾਲੇ ਦੀ ਗੱਲ ਸਮਝਣੀ ਚਾਹੀਦੀ ਹੈ। ਦੇਖੋ ਜੀ, ਰਿਸ਼ਤਾ ਆਪਣੀ ਥਾਂ ਤੇ ਹੈ, ਲੇਖਾ ਮਾਵਾਂ ਧੀਆਂ ਦਾ, ਆਈ ਕਾਰਡ ਤਾਂ ਚੈੱਕ ਕਰਨਾ ਬਣਦਾ। ਇਹ ਬਲਾਈਂਡ ਫੇਥ ਤਾਂ ਮਰਵਾਉਂਦਾ ਬੰਦੇ ਨੂੰ। ਹਾਂਜੀ, ਆਈ ਕਾਰਡ ਤਾਂ ਅੱਜ ਮੈਂ ਚੈੱਕ ਕਰਵਾ ਕੇ ਹੀ ਭੇਜੂ ਤੁਹਾਨੂੰ, ਭਾਵੇਂ ਛੋਟੇ ਭੀਮ ਨੂੰ ਘਰ ਨਾ ਭੇਜਣਾ ਪਏ। ਜਨਾਬ ਵਰਗਾ ਬਹੁਤ ਸਖਤ ਨੇ, ਰੋਜ਼ ਜਿੰਨੀ ਦੇਰ ਆਪਣੇ ਘਰ ਵਾਲੀ ਦਾ ਮੈਰਿਜ ਸਰਟੀਫਿਕੇਟ ਚੈੱਕ ਨਾ ਕਰ ਲੈਣ ਨਾ, ਉਹਨੂੰ ਬੈਡਰੂਮ 'ਚ ਨਹੀਂ ਵੜਨ ਦਿੰਦੇ। ਜੋਹਲ ਸਾਹਿਬ, ਅਸੀਂ ਆਪਣੇ ਆਫਿਸ ਰਿਪੋਰਟ ਕਰਨੀ ਹੈ, ਪਲੀਜ਼ ਉਹਨਾਂ ਦੋਵਾਂ ਨੂੰ ਬੁਲਾ ਦਿਓ। ਨਵਦੀਪ ਜੀ, ਮੈਂ ਤੁਹਾਡੇ ਕੋਲ ਇੱਕ ਸਲਾਹ ਲੈਣੀ ਚਾਹੁੰਦਾ। ਮੇਰਾ ਇੱਕ ਦੂਰ ਦਾ ਕਜ਼ਨ, ਉਹਦਾ ਇੱਕ ਜਵਾਕ ਆ, ਪਤਾ ਨਹੀਂ ਮੁੰਡਾ ਪਤਾ ਨਹੀਂ ਕੁੜੀ ਆ, ਪਲੱਸ ਟੂ ਕਰ ਲਈ ਸ਼ਾਇਦ, ਐਤਕੀ ਕਰ ਲਵੇ, ਤਿੰਨਾਂ ਸਾਲਾਂ ਨੂੰ ਉਹਨੇ BA ਵੀ ਕਰ ਲੈਣੀ ਆ। ਮੈਂ ਸੋਚਦਾ ਵੀ ਜੇ ਉਹਨੂੰ ਜਰਨਲਿਜ਼ਮ ਦੀ ਪੋਸਟ ਗ੍ਰੈਜੂਏਸ਼ਨ ਕਰਵਾਈ ਜਾਵੇ ਤੇ ਕਿ ਤੁਹਾਡੇ ਉਹ ਰਿਪੋਰਟਰ ਬਣਾ ਦਈਏ, ਕਿਵੇਂ ਰਹੂਗਾ? ਉਹ ਮੁੰਡਾ ਜਾਂ ਕੁੜੀ ਪਤਾ ਨਹੀਂ ਕਦੋਂ BA ਕਰੂ, ਪਤਾ ਨਹੀਂ ਕਦੋਂ ਜਰਨਲਿਜ਼ਮ ਕਰੂ, ਪਤਾ ਨਹੀਂ ਕਦੋਂ ਰਿਪੋਰਟਰ ਬਣੂ। ਆ ਤੁਹਾਡੇ ਸਾਹਮਣੇ ਦੋ ਬਣੀਆਂ ਬਣਾਈਆਂ ਰਿਪੋਰਟਰਾਂ ਬੈਠੀਆਂ, ਤੁਸੀਂ ਉਹਨਾਂ ਦੇ ਪੱਲੇ ਤੇ ਕੁਛ ਪਾ ਨਹੀਂ ਰਹੇ। ਜੋਹਲ ਸਾਹਿਬ, ਜੇ ਤੁਸੀਂ 5 ਮਿੰਟ ਵਿੱਚ ਉਹਨਾਂ ਨੂੰ ਨਹੀਂ ਬੁਲਾਇਆ ਨਾ, ਤੇ ਮੈਂ ਚਾਚਾ ਜੀ ਨੂੰ ਫੋਨ ਕਰ ਦੂੰਗੀ। ਅੱਛਾ ਜੀ, ਜੇ ਇੰਨੇ ਪਿਆਰ ਨਾਲ ਤੁਸੀਂ ਪਹਿਲਾਂ ਸਮਝਾਇਆ ਹੁੰਦਾ, ਮੈਂ ਕਦੋਂ ਦਾ ਮਿਲਣ ਦਾ ਪ੍ਰਬੰਧ ਕਰ ਦੇਣਾ ਸੀ। ਕਮਾਲ, ਮੈਂ ਹੁਣੇ ਹੀ ਮਿਲਾਉਣਾ ਉਹਨਾਂ ਨੂੰ, ਹੁਣੇ। ਸੋਰੀ, ਡੰਡਾ ਚੱਕਣਾ ਸੀ। ਰਣਜੀਤ ਸਿੰਘ ਜੀ,
जे सच्ची वर्दी लैगी अपा करांगे की? करना की है, मेरे कोल ता पैली हैगी, तू आपदा सोच। मैं थोड़ा सिरी लग जू साहब आ गए। यार कुड़ियां तां हुण धमकियां ते उतरे आईयां, समझ नहीं आउंदी की करिए। सर जी उन्हां नूं गल्लां च ला के टाइम टपाओ, जद तक कैदी भी आ जाणगे। ओ तुलसीदास हुण किन्नियां कु गल्लां मारा, जिन्नियां एक पीपीएस ऑफिसर ते जबड़ियां मारन दी लिमिट हुंदी आ तो किते वध मार चुके। जनाब मेरी मन्नो, तुसीं कुड़ियां नूं सच बोल के कॉन्फिडेंस लै लो। मेरा तां साला अपना कॉन्फिडेंस हिल्लिया पिया, उन्हां नूं सवाल आवां समझ नहीं आउंदी हुण खड़े पैर कित्थों लियावां। जरनैल ते तरसे साली, मुसीबत ते मुसीबत, पता नहीं कदों बौणगे। तुलसीदास जी। जनाब पिछले महीने कतल केस विच जिहड़े पंज कैदी उम्र कैद की सजा कटन आए ने, भला उन्हां चों दो दा नां जरनैल ते तरसेम नहीं? ना तां इही आ बस। कुड़ियां ने यही कहा ना कि सानू जरनैल ते तरसेम मिलाओ, यह तो नहीं ना कहा कि रिहा होने वाले जरनैल ते तरसेम मिलाओ। अच्छा तुसी ओ जरनैल ते तुसी ओ तरसेम। आ तुसी दसो कि विसाखी दे मौके ते थोनू दोहां नू रिहा कीता जा रहा है, किदां दा लग रिहा थोनू? ओ बीबी आ कोई नवी थर्ड डिग्री है? नहीं नहीं, सच्ची रिहा कीता जा रहा है थोनू। सरकार ने थोड़े बर्ताव तो खुश होके ना थोड़ी सजा ही माफ कर दी है। किदां दा फील कर रहे हो? फील सरकार दा दिमाग हिल गया। आ फील कर रहे हैं, 14 साल इत्थे आए हैं, 14 साल। तुहानू गलत फहमी हुई है, तुसी 14 साल अंदर नहीं आए, इत्थों दे MLA इन्हां दे चाचा जी ने, ते उन्हां ने ना तुहाडी बाकी दी सजा माफ कर दी। किन्ने तरीक है अज? 13 अप्रैल। 13 अप्रैल ते मूर्ख तू सानू 1 अप्रैल वांग बना रही है? ओ बीबी जिस जेल दे विच कैदियां दी फीलिंग दे नाल इहो जिहा मखौल करदे आ ना, ਤੁਸੀਂ ਦੱਸੋ ਉੱਥੇ ਅਸੀਂ 14 ਸਾਲ ਕਿਵੇਂ ਕੱਟ ਸਕਦੇ ਹਾਂ? ਉਹ ਵੜ ਗਈ ਤੁਹਾਡੀ ਸਜ਼ਾ ਮਾਫੀ ਭਾਂਡੇ ਦੇ ਵਿੱਚ, ਤੁਸੀਂ ਸਾਨੂੰ ਫਾਂਸੀ ਕਰਾ ਦਿਓ ਬਸ। ਉਹ ਅਸੀਂ ਨਹੀਂ ਕੱਢਣੇ ਇੱਥੇ ਕੋਈ 14 ਸਾਲ। ਕਿਹੜੇ 14 ਸਾਲ? ਉਹ ਤੁਸੀਂ ਦੱਸੋ ਕਿਹੜੇ ਕਾਨੂੰਨ 'ਚ ਲਿਖਿਆ ਹੈ ਕਿ 2 ਕਿਲੋ ਫੀਮ ਤੇ 1 ਥੱਪੜ ਦੀ ਸਜ਼ਾ 14 ਸਾਲ? ਬੜੇ ਜਾਹਿਲ ਲੋਕ ਨੇ, ਮੂੰਹ ਤੇ ਪੰਜੇ ਦਾ ਨਿਸ਼ਾਨ ਹੀ ਚੜਤਾ, ਤੇ ਸਰਕਾਰ ਇਹਨਾਂ ਨੂੰ ਚੰਗੇ ਵਿਹਾਰ ਲਈ ਰਿਹਾ ਕਰ ਰਹੀ ਹੈ। ਆਲਨ ਦੇ ਚਾਚਾ ਜੀ ਨੂੰ ਮੈਂ ਦੱਸਦੀ ਹਾਂ ਉਹਨਾਂ ਨੂੰ। ਓਏ ਤੂੰ ਕੁੜੀ ਦੇ ਥੱਪੜ ਕਿਉਂ ਮਾਰਿਆ? ਅਸੀਂ ਇੰਨੀ ਮੁਸ਼ਕਲ ਨਾਲ ਕਤਲ ਕੀਤਾ ਤੇ ਉਹ ਸਾਨੂੰ ਥੱਪੜ ਮਾਰ ਬਣਾਈ ਜਾਂਦੀ? ਓਏ MLA ਦੀ ਭਤੀਜੀ ਹੈ, ਹੋ ਸਕਦਾ ਉਹਦੀ ਗੱਲ 'ਚ ਕੋਈ ਸੱਚਾਈ ਹੋਵੇ। ਸੱਚਾਈ ਹੋਵੇ ਆ ਗਿਆ ਉਹਦੀਆਂ ਗੱਲਾਂ 'ਚ? ਮੈਨੂੰ ਇਹ ਦੱਸ ਕਿਹੜੇ ਮੁਲਕ 'ਚ ਸਰਕਾਰ ਕਤਲ ਦੀ ਸਜ਼ਾ 1 ਮਹੀਨੇ 'ਚ ਮਾਫ਼ ਕਰ ਦਿੰਦੀ ਹੈ? ਓਏ ਇਹਨਾਂ ਲੀਡਰਾਂ ਨੂੰ ਸਾਡੇ ਵਰਗੇ ਖੁੰਖਾਰ ਬੰਦਿਆਂ ਦੀ ਲੋੜ ਹੁੰਦੀ ਹੈ ਜਿਹੜੇ ਕੁਛ ਵੀ ਕਰ ਸਕਣ। ਓਏ ਹੋ ਸਕਦਾ ਉਸ MLA ਨੇ ਕੋਈ ਗਾਠੀ ਪਾ ਕੇ ਸਾਡੀ ਸਜ਼ਾ ਮਾਫ਼ ਕਰਾਈ ਹੋਵੇ। ਗੱਲ ਤੇਰੀ ਚ ਦਮ ਆਏਗਾ, ਹੈਗਾ ਦਮ, ਗੱਲ ਸੁਣ। ਇੱਥੇ ਜੇਲ੍ਹ 'ਚ ਸੜਨ ਨਾਲੋਂ ਚੰਗਾ ਇਹ ਹੈ ਕਿ ਆਪਾਂ MLA ਦੇ ਟੱਟੂ ਬਣ ਕੇ ਰਹੀ ਜਾਵਾਂਗੇ। ਉਹ ਤਾਂ ਠੀਕ ਹੈ, ਪਰ ਆਹ ਜਿਹੜਾ ਤੂੰ ਕੁੜੀ ਦੇ ਥੱਪੜ ਮਾਰਦਾ, ਜੇ ਉਹਨੇ ਆਪਣੇ ਚਾਚੇ ਨੂੰ ਕਹਿ ਕੇ ਕਿਤੇ ਸਾਡੀ ਮਾਫ਼ੀ ਕੈਂਸਲ ਕਰਾਤੀ ਫਿਰ? ਯਾਰ ਉਹਨਾਂ ਨੁਕਸਾਨ ਕਤਲ ਨਾਲ ਨਹੀਂ ਹੋਇਆ ਜਿੰਨਾ ਥੱਪੜ ਨਾਲ ਹੋ ਜਾਣਾ। ਥੱਪੜ ਮਾਰਿਆ? ਹਾਂਜੀ। ਇਹ ਕਿਵੇਂ ਹੋ ਸਕਦਾ? ਇਹ ਦੋਨੋਂ ਤਾਂ ਇੰਨੇ ਬੀਬੇ ਬੱਚੇ ਨੇ ਕਿ ਹਰ ਰੋਜ਼ ਸਵੇਰੇ ਉੱਠ ਕੇ ਆਪਣੇ ਸੀਨੀਅਰ ਕੈਦੀਆਂ ਦੇ ਪੈਰੀ ਹੱਥ ਲਾਉਂਦੇ ਨੇ। ਗੁਰੂ ਕੋਲ ਵਰਗਾ ਮਾਹੌਲ ਬਣਾਇਆ ਪਿਆ ਜੇਲ੍ਹ 'ਚ, ਥੱਪੜ ਕਿਵੇਂ ਮਾਰ ਸਕਦੇ? ਨਾ ਇਹ ਝੂਠ ਬੋਲਦੀ ਹੈ, ਆ ਵੇਖ ਲਓ ਮੂੰਹ ਤੇ ਪੰਜੇ ਦਾ ਨਿਸ਼ਾਨ ਛਪਿਆ। ਓ ਨੋ ਨਵਦੀਪ ਜੀ, ਇਹ ਗੱਲ ਤੁਸੀਂ ਪਲੀਜ਼ ਆਪਣੇ ਚਾਚਾ ਜੀ ਨੂੰ ਨਾ ਦੱਸਿਓ, ਉਹ ਤਾਂ ਪਹਿਲੇ ਦੂਜੀ ਪਾਰਟੀ ਦੇ ਪੰਜਾ ਦੇਖ ਕੇ ਉਹਨਾਂ ਨੇ ਹੋਰ ਭੜਕ ਜਾਣਾ। ਵਾਟ? ਓ ਯੈਸ, ਮੈਂ ਲਾ ਲਿਆ ਸਾਹਿਬ, ਇਹ ਉਹਨਾਂ ਦਾ ਕੋਈ ਕਸੂਰ ਨਹੀਂ, ਇਹ ਸਾਰਾ ਕਸੂਰ ਸਲਮਾਨ ਖਾਨ ਦਾ। ਜਨਾਬ ਉਹ ਕਿਵੇਂ? ਉਹਨੇ ਇੱਕ ਵਾਰੀ ਪੱਤਰਕਾਰਾਂ ਤੇ ਹੱਥ ਕੀ ਚੱਕ ਲਿਆ, ਸਾਰੇ ਸਾਲੇ ਉਹਦੀਆਂ ਰੀਸਾਂ ਕਰਨ ਲੱਗ ਗਏ। ਸਰ ਜੀ ਜੇਲ੍ਹ ਮੰਤਰੀ ਸਾਹਿਬ ਆ ਗਏ। ਤੁਲਸੀਦਾਸ ਮੈਨੂੰ ਅੱਗੇ ਘੱਟ ਟੈਨਸ਼ਨਾਂ ਨੇ, ਜਿਹੜਾ ਹੋਰ ਨਵਾਂ ਦੋਹਾ ਸੁਣਾਉਣ ਆ ਗਏ, ਟਾਈਮ ਤੋਂ ਪਹਿਲਾਂ ਹੀ ਆ ਗਏ। Thank you.
ਇੱਧਰ ਆਓ ਜੀ ਸਰ। ਦਰਵਾਜ਼ਾ ਥੋੜ੍ਹਾ ਛੇਤੀ ਖੋਲਿਆ ਕਰੋ, ਵੱਡੇ ਲੋਕ ਆਪ ਦਰਵਾਜ਼ਾ ਖੋਲਦੇ ਭੈੜੇ ਲੱਗਦੇ ਆ। ਲੱਗਦੇ ਤਾਂ ਹੈ ਸਰ। ਵੈਸੇ ਚੰਗਾ ਹੋਇਆ ਕਿ ਅੱਜ ਤੁਸੀਂ ਬਿਨਾਂ ਲਾਲ ਬੱਤੀ ਵਾਲੀ ਗੱਡੀ ਤੇ ਆਏ। ਉਹ ਵੀ ਇਹੀ ਟ੍ਰੈਂਡ ਚੱਲ ਰਿਹਾ ਜੀ, ਪੋਲੀਟੀਕਲ ਮਾਰਕੀਟ। ਮੈਨੂੰ ਤਾਂ ਘਰੇਲੂ ਮਾਰਕੀਟ ਦਾ ਪਤਾ, ਘਰ ਵਾਲੀ ਨੇ ਪੇਕੇ ਛੇਤੀ ਪਹੁੰਚਣਾ ਸੀਗਾ, ਲਾਲ ਬੱਤੀ ਵਾਲੀ ਗੱਡੀ ਉਹ ਲੱਗੀ, ਨਹੀਂ ਤਾਂ ਮੈਂ ਲੈ ਕੇ ਆਉਣੀ ਸੀ। ਓਹ ਹੋ, ਜੇ ਆਪੋਜੀਸ਼ਨ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨੇ ਚੱਕ ਲੈਣਾ ਕਿ ਤੁਸੀਂ ਸਰਕਾਰੀ ਗੱਡੀਆਂ 'ਚ ਘਰੇਲੂ ਕੰਮ ਕਰ ਰਹੇ ਹੋ। ਭਾਬੀ ਜੀ ਨੂੰ ਕੁਝ ਸਮਝਾਇਆ ਕਰੋ ਸਰ। ਮੈਂ ਸਮਝਦਾ ਜੀਤਾ ਜੀ, ਤੁਹਾਡੀ ਭਾਬੀ ਨੂੰ ਸਮਝਾਉਣ ਨਾਲੋਂ ਆਪਾਂ ਆਪੋਜੀਸ਼ਨ ਨੂੰ ਸਮਝਾ ਲਾਂਗੇ, ਕਿਉਂਕਿ ਤੁਹਾਡੀ ਭਾਬੀ ਨਾਲੋਂ ਵੱਡੀ ਆਪੋਜੀਸ਼ਨ ਕੋਈ ਨਹੀਂ ਹੋ ਸਕਦੀ। ਚੱਲੀਏ ਸਰ। ਮੂਸਾ ਡਰੇ ਮੌਤ ਤੋਂ ਤੇ ਮੌਤ ਮੂਹਰੇ ਖੜੀ। ਤੁਲਸੀਦਾਸ ਜੀ ਜਨਾਬ, 5-7 ਕੈਦੀਆਂ ਨੂੰ ਸਵਾਗਤ ਲਈ ਗੇਟ ਤੇ ਭੇਜ ਤੇ ਬਾਕੀਆਂ ਨੂੰ ਬੈਰਕ 'ਚ ਇਕੱਠੇ ਕਰ। ਬਿਹਤਰ ਜਨਾਬ। ਮੰਤਰੀ ਵੀ ਘਰੋਂ ਕੱਢਿਆ ਹੀ ਲੱਗਦਾ। ਜੈ ਹਿੰਦ ਸਰ ਜੀ, ਆਇਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ। ਜਲੌਰ ਸਿੰਘ ਜੀ, ਤੁਹਾਨੂੰ ਵੀ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ। ਦੇਖਿਆ ਫਿਰ ਜਿਹੜੇ ਦੋ ਬੰਦੇ ਤੁਸੀਂ ਰਿਕਮੈਂਡ ਕੀਤੇ ਸੀ ਕਰਾਤੇ ਨਾ ਰਿਹਾ, ਖੁਸ਼ ਹੋ ਹੁਣ ਤਾਂ? ਬਸ ਸਰ ਖੁਸ਼ੀ ਆ, ਪਰ ਲੱਗ ਨਹੀਂ ਰਹੇ। ਐਕਚੁਲੀ ਸਰ, ਜਿਹੜੇ ਕੈਦੀਆਂ ਨੂੰ ਤੁਸੀਂ ਰਿਹਾਅ ਕਰ ਰਹੇ ਹੋ ਉਹਨਾਂ ਨਾਲ ਮੇਰਾ ਪਿਆਰ ਹੀ ਇੰਨਾ ਪੈ ਗਿਆ ਸੀ ਕਿ ਅੱਜ ਉਹ ਜਾ ਰਹੇ ਨੇ, ਇਸ ਕਰਕੇ ਥੋੜ੍ਹਾ ਮਨ ਭਰਿਆ। ਅਦਰਵਾਈਜ਼ ਕੋਈ ਖਾਸ ਗੱਲ? ਕਦੋਂ ਤੱਕ ਦੁਖੀ ਰਹੋਗੇ? ਇਹਨਾਂ ਕੈਦੀਆਂ ਨੂੰ ਆਪਣੀਆਂ ਧੀਆਂ ਸਮਝੋ, ਸਾਰੀਆਂ ਧੀਆਂ ਨੇ ਇੱਕ ਦਿਨ ਤੁਰ ਜਾਣਾ ਹੁੰਦਾ। ਸਰ ਜੀ, ਐਂ ਇੱਕ ਇੱਕ ਕਰਕੇ ਸਾਰੀਆਂ ਧੀਆਂ ਤੁਰ ਗਈਆਂ, ਫਿਰ ਤਾਂ ਇੱਕ ਦਿਨ ਬਾਵਲ ਦਾ ਬੇੜਾ ਸੁੰਨਾ ਹੋਜੂ। ਬਸ ਬਚਣਗੀਆਂ ਤਾਂ 2-4 ਉਮਰ ਕੈਦ ਵਾਲੀਆਂ ਧੀਆਂ ਬਚਣਗੀਆਂ। ਜੇ ਇੰਨੀ ਦੁਖੀ ਹੋ, ਰਿਹਾਈ ਕੈਂਸਲ ਕਰਾ ਦਿੰਦੇ ਹਾਂ, ਪੇਕੇ ਬਿਠਾ ਕੇ ਰੱਖਿਓ ਫਿਰ ਆਪਣੀਆਂ ਧੀਆਂ ਨੂੰ। ਸਰ ਤੁਸੀਂ ਧੀਆਂ ਦੀ ਗੱਲ ਕਰਦੇ ਹੋ, ਉੱਥੇ ਧੀਆਂ ਦੇ ਪਿਓ ਦਾ ਨਹੀਂ ਪਤਾ ਕਿ ਸ਼ਾਮ ਤੱਕ ਉਹਨੇ ਆਪ ਪੇਕੇ ਰਹਿਣਾ ਕਿ ਨਹੀਂ ਰਹਿਣਾ। ਕੀ ਮਤਲਬ? ਸਰ ਮੇਰਾ ਮਤਲਬ ਪੇਕੇ ਆਓ, ਪਲੀਜ਼ ਵੈਲਕਮ ਆਓ। ਸਰ ਪਤਾ ਨਹੀਂ ਕਦੋਂ ਦੇ ਤੁਹਾਡੇ ਸਵਾਗਤ ਲਈ ਖੜੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡਾ? ਕੋਈ ਪ੍ਰੋਬਲਮ ਤਾਂ ਨਹੀਂ? ਬਸ ਜੀ ਇੱਕੋ ਪ੍ਰੋਬਲਮ ਹੈ ਜੀ, ਆਹ ਗਰਮ ਪਾਣੀ ਪੀ ਪੀ ਕੇ ਸਭ ਦੀਆਂ ਅੰਦਰਾਂ ਸੜੀਆਂ ਪਈਆਂ ਨੇ ਜੀ, ਮਿਹਰਬਾਨੀ ਕਰਕੇ ਇੱਕ ਵਾਟਰ ਕੂਲਰ ਲਵਾ ਦਿਓ ਜੀ। ਪਰ ਕੂਲਰ ਆਪਾਂ ਪਿਛਲੇ ਸਾਲ ਲਵਾਏ ਤਾਂ ਸੀ। ਉਹ ਤਾਂ ਸਰ ਹਵਾ ਵਾਲੇ ਸੀ। ਹਵਾ ਤਾਂ ਠੰਡੀ ਦਿੰਦੇ ਹੀ ਹੋਣਗੇ। ਹਾਂਜੀ। ਬਸ ਫਿਰ ਇਹਨਾਂ ਨੂੰ ਗਰਮ ਪਾਣੀ ਪਿਲਾ ਕੇ ਉਹਨਾਂ ਦੇ ਮੂਹਰੇ ਬਿਠਾਓ, ਆਪੇ ਪਾਣੀ ਠੰਡਾ ਹੋਜੂ। ਨੋਟ ਕਰ ਲਿਆ ਜੀ, ਨੋਟ ਕਰ ਲਿਆ। ਮੈਂ ਅੱਗੇ ਵਿਧਵਾ ਆਸ਼ਰਮ ਵੀ ਜਾਣਾ, ਆਪਾਂ ਫੰਕਸ਼ਨ ਛੇਤੀ ਸ਼ੁਰੂ ਕਰੀਏ। ਸਰ ਆਪਾਂ ਫੰਕਸ਼ਨ ਐਡੀ ਜਲਦੀ ਸ਼ੁਰੂ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਸਰ ਅਜੇ ਤੱਕ ਤਾਂ ਇਹਨਾਂ ਨੇ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਕੋਈ ਸਾਂਝੀਆਂ ਕੀਤੀਆਂ ਨਹੀਂ। ਇਹ ਤਾਂ ਵਿਚਾਰੇ ਸਵੇਰ ਦੇ ਤੁਹਾਨੂੰ ਐਂ ਡੀਕਣ ਲੱਗੇ ਹੋਏ ਨੇ ਜਿਵੇਂ ਜੀਜੇ ਨੂੰ ਸਾਲੀਆਂ। ਮੇਰੇ ਕਹਿਣ ਦਾ ਮਤਲਬ ਸਰ, ਜੇ ਇਹਨਾਂ ਨੇ ਆਪਣੇ ਦਿਲ ਦੀ ਭੜਾਸ ਨਾ ਕੱਢੀਏ ਤਾਂ ਭੜਕ ਜਾਣਗੇ। ਸੋ ਸਰ ਬੇਨਤੀ ਆ ਕਿ ਸਾਡੀ ਮਜਬੂਰੀ ਸਮਝੋ। ਚਾਚਾ ਜੀ! ਉਹ ਜੇ ਮੈਂ ਤੁਹਾਡਾ ਦੂਰ ਦਾ ਚਾਚਾ ਇਹਦਾ ਮਤਲਬ ਇਹ ਥੋੜਾ ਵੀ ਦੂਰ ਖੜ ਕੇ ਆਵਾਜ਼ਾਂ ਮਾਰੋ, ਨੇੜੇ ਆ ਕੇ ਗੱਲ ਕਰੋ। ਚੱਲ ਕਿ ਮੇਰੇ ਇੰਟਰਵਿਊ। ਉਹੀ ਤਾਂ ਮੈਂ ਤੁਹਾਨੂੰ ਦੱਸਣਾ ਸੀ। ਮੈਂ ਇਹਨਾਂ ਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਸਾਡੇ ਕੈਦੀ ਕਦੇ ਕਦੇ ਭਟਕ ਜਾਂਦੇ ਆ, ਉਹਨਾਂ ਨੂੰ ਮਾਫ ਕਰ ਦਿਓ। ਮਾਫ ਕਰ ਦਿਓ? ਐਂ ਕਿਵੇਂ ਮਾਫ ਕਰ ਦਿਓ? ਇਹ ਤਾਂ ਬਦਤਮੀਜ਼ੀ ਹੋਈ ਨਾ। ਨਵੀ ਬੰਦਾ ਆਪਣੇ ਆਪ ਹੀ ਭਟਕਦਾ, ਜੇਲ੍ਹ 'ਚ ਰਹਿ ਕੇ ਕੈਦੀ ਅਕਸਰ ਚਿੜਚਿੜੇ ਸੁਭਾਅ ਦੇ ਹੋ ਜਾਂਦੇ ਨੇ, ਇਦੋਂ ਪਹਿਲਾਂ ਉਹ ਭਟਕਣ ਮੈਂ ਜਾ ਕੇ ਉਹਨਾਂ ਨੂੰ ਸ਼ਾਂਤ ਕਰਦਾ। ਅੱਛਾ ਰਿਹਾਈ ਦੇਖ ਕੇ ਜਾਣੀ ਹੈ? ਰਿਹਾਈ ਨਹੀਂ, ਇਹ ਤਾਂ ਸਾਡੀ ਤਬਾਹੀ ਦੇਖ ਕੇ ਜਾਣਗੀਆਂ। ਹੈ ਜੀ? ਓ ਸੋਰੀ, ਮੈਂ ਸਮਝਿਆ ਤੁਲਸੀਦਾਸ। ਤੁਸੀਂ ਮਾਤਾ ਜੀ ਦੇ ਸਵਾਗਤ ਲਈ ਬਾਹਰੋਂ ਫੁੱਲ ਫਲ ਤਾਂ ਮੰਗਾ ਲੈਣੇ ਸੀ। ਬਾਹਰੋਂ ਤਾਂ ਹੋਰ ਵੀ ਬਥੇਰਾ ਕੁਛ ਮੰਗਾਇਆ, ਹਜੇ ਰਾਹ 'ਚ ਹੀ ਆ, ਤੁਸੀਂ 15 ਮਿੰਟ ਪਹਿਲਾਂ ਜੋ ਆ ਗਏ। ਅੱਛਾ ਬਸ ਬਸ ਬਸ। ਮੇਰੇ ਕੈਦੀ ਸਾਥੀਓ, ਸਭ ਤੋਂ ਪਹਿਲਾਂ ਮੇਰੇ ਵੱਲੋਂ ਆਪ ਸਭ ਨੂੰ ਵਿਸਾਖੀ ਦੇ ਮੌਕੇ 'ਤੇ ਬਹੁਤ ਬਹੁਤ ਮੁਬਾਰਕਾਂ। ਮੈਨੂੰ ਜੇਲਰ ਸਾਹਿਬ ਨੇ ਦੱਸਿਆ ਸੀ ਵੀ ਤੁਸੀਂ ਸਾਰੇ ਮੇਰੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦੇ ਹੋ, ਖੁੱਲ੍ਹ ਕੇ ਬੋਲੋ। ਮੰਤਰੀ ਜੀ, ਇੱਕ ਮਿੰਟ ਇੱਕ ਮਿੰਟ ਇੱਕ ਮਿੰਟ, ਆਉਣ ਦਿਓ ਇਹਨਾਂ ਨੂੰ, ਬੋਲੋ। ਮੰਤਰੀ ਜੀ, ਅਸੀਂ ਆਪਣੀ ਗਲਤੀ ਲਈ ਸ਼ਰਮਿੰਦਾ, ਸਾਨੂੰ ਮਾਫ਼ ਕਰ ਦਿਓ। ਦੇਖੋ, ਇਨਸਾਨ ਗਲਤੀਆਂ ਦਾ ਪੁਤਲਾ, ਜੇ ਪੁਤਲੇ ਚੋਂ ਫੂਕ ਨਿਕਲ ਜੇ ਫਿਰ ਪੁਤਲਾ ਇੱਥੇ ਰੱਖ ਕੇ ਫੂਕਣਾ। ਤੁਸੀਂ ਆਪਣੀ ਗਲਤੀ ਮੰਨੀ, ਇਸ ਗੱਲ ਦਾ ਮੈਨੂੰ ਤੁਹਾਡੇ 'ਤੇ ਮਾਣ ਹੈ। ਮੰਤਰੀ ਸਾਹਿਬ, ਜਿਹੜੀ ਅੱਜ ਰਿਹਾਈ ਹੋਣੀ ਆ ਉਹ ਕੈਂਸਲ ਤਾਂ ਨਹੀਂ ਨਾ ਹੋਣੀ? ਲੈ ਦੱਸ ਕੈਂਸਲ ਕਿਉਂ ਹੋਣੀ ਹੈ? ਬਲਕਿ ਰਿਹਾਈ ਮੈਂ ਆਪਦੇ ਕਰਕਮਲਾਂ ਨਾਲ ਕਰਕੇ ਜਾਊਂਗਾ, ਤਾਂ ਕਿ ਜੇਲ੍ਹ ਦੇ ਵਿੱਚ ਬਾਕੀ ਕੈਦੀਆਂ ਨੂੰ ਉਤਸ਼ਾਹ ਮਿਲੇ। ਜੇ ਅੱਜ ਸਰਕਾਰ ਚੰਗੇ ਵਰਤਾਵੇ ਕਰਕੇ ਜੇਲ੍ਹ ਦੇ ਵਿੱਚੋਂ 2 ਕੈਦੀਆਂ ਨੂੰ ਰਿਹਾਅ ਕਰ ਸਕਦੀ ਹੈ ਤੇ ਕੱਲ ਨੂੰ 4 ਨੂੰ ਵੀ ਕਰ ਸਕਦੀ ਹੈ। ਤੁਸੀਂ ਆ ਗਏ,
ਸਰ ਕਿੱਥੇ ਹੈ ਦੋਵੇਂ ਕੈਦੀ? ਇਹ ਸਵਾਲ ਮੈਂ ਪੁੱਛਣਾ, ਕਿੱਥੇ ਆ ਦੋਵੇਂ? ਸਰ ਅਸੀਂ ਤਾਂ ਪੁਲਿਸ ਤੋਂ ਬਚਾ ਕੇ ਉਹਨਾਂ ਨੂੰ ਹੱਥੇ ਭੇਜਤਾ ਸੀਗਾ ਜੇਲ੍ਹ 'ਚ। ਫਿਰ ਕਿੱਥੇ ਚਲੇ ਗਏ? ਉਹਨਾਂ ਨਾਲ ਨਹੀਂ ਲੈ ਕੇ ਆ ਸਕਦੇ ਸੀ? ਸਰ ਅਸੀਂ ਰਾਜ ਥੋੜਾ ਰੁਕ ਗਏ ਸੀ, ਜੀਜਾ ਜੀ ਦੇ ਰਿਹਾਈ ਵੇਲੇ ਪਾਉਣ ਲਈ ਫੁੱਲਾਂ ਦਾ ਹਾਰ ਚਾਹੀਦਾ ਸੀ ਨਾ ਜੀ। ਉਹ ਪਹਿਲਾਂ ਆਪਣੇ ਜੀਜੇ ਨੂੰ ਇੱਥੇ ਆ ਕੇ ਮਰਤਾ ਲੈਣ ਦਿੰਦਾ, ਫਿਰ ਹਾਰ ਵੀ ਪਾ ਦਿੰਦਾ। ਜੇਲਰ ਸਾਹਿਬ ਕੀ ਹੋ ਗਿਆ? ਉਹ ਸਰ ਤੁਹਾਡੇ ਲਈ ਹਾਰ ਮੰਗਾਇਆ। ਐਡੀ ਵੀ ਕਾਹਦੀ ਗਾਲੀ ਸੀ, ਜੇ ਲੇਟ ਹੋ ਹੀ ਗਏ ਸੀ ਕੋਰੀਅਰ ਕਰਾਉਣ ਦੇ, ਮੈਂ ਘਰੇ ਪਾ ਲੈਂਦਾ। ਚਲੋ ਫੰਕਸ਼ਨ ਸ਼ੁਰੂ ਕਰੋ। ਸਰ ਜੇ ਜੇਲ੍ਹ 'ਚ ਆਏ ਹਾਂ, ਇੱਕ ਛੋਟਾ ਜਿਹਾ ਪਰ ਉਪਕਾਰ ਹੋਰ ਕਰ ਜਾਓ, ਆਪਣੇ ਘਰ ਕਮਲਾਂ ਨਾਲ ਇੱਕ ਅੱਧਾ ਬੂਟਾ ਹੀ ਲਾ ਜਾਓ। ਕਿਹੜੇ ਤੁਸੀਂ ਬੂਟਿਆਂ ਬਾਟਿਆਂ ਵਾਲੇ ਚੱਕਰਾਂ 'ਚ ਪਈ ਜਾਂਦੇ ਹੋ, ਮੈਂ ਬਲਕਿ 3-4 ਬੂਟੇ ਘਰੇ ਪੱਟ ਕੇ ਆਏ, ਮੇਰੇ ਪੈਰਾਂ 'ਚ ਫਸੀ ਜਾਂਦੇ ਸੀ। ਸਰ ਇਹਦਾ ਮਤਲਬ ਤੁਸੀਂ ਗਰੋ ਗ੍ਰੀਨ ਮੂਵਮੈਂਟ ਦੇ ਅਗੇਂਸਟ ਹੋ? ਇਹ ਕੀ ਹੁੰਦਾ ਸਰ? ਸਰ ਇਹ ਵੀ ਬੂਟੇ ਲਾਉਣ ਵਾਲਾ ਮਹਿਕਮਾ ਹੁੰਦਾ, ਤੁਸੀਂ ਉਹੀ ਬਿਨਾਂ ਸੋਚੇ ਸਟੇਟਮੈਂਟ ਦੇਈ ਜਾਂਦੇ ਹੋ। ਐਂ ਕਰੋ, ਹੁਣ ਬੂਟਿਆਂ ਦੇ ਹੱਕ 'ਚ 2-4 ਗੱਲਾਂ ਕਰੋ, ਨਾਲੇ ਜਿਹੜਾ ਬੂਟਾ ਸਵੇਰੇ ਪੱਟਿਆ ਸੀ ਨਾ, ਹੁਣ ਲਾ ਕੇ ਜਾਓ। ਉਹ ਅੱਛਾ ਜੀ, ਇਹ ਤਾਂ ਸੁਣਿਆ ਸੀ ਵੀ ਜੋ ਬੀਜਿਆ ਉਹ ਵੱਢਣਾ ਪੈਣਾ, ਪਰ ਜੋ ਪੱਟਿਆ ਉਹ ਗੱਡਣਾ ਹੀ ਪੈਣਾ ਅੱਜ ਪਤਾ ਲੱਗਿਆ। ਚਲੋ ਅਬ ਮੰਗਾਓ ਵੀ ਬੂਟਾ। ਬਾਦ ਸਿੰਘ ਸਰ, ਕੋਈ ਬੂਟਾ ਲੈ ਕੇ। ਬੂਟਾ? ਅਸੀਂ ਕਿਹੜਾ ਕੋਈ ਜੇਲ੍ਹ 'ਚ ਬੂਟਾ ਮੰਗਾਇਆ ਹੋਇਆ ਹੈ? ਉਹ ਕੋਈ ਪੁਰਾਣਾ ਲੱਗਿਆ ਹੋਇਆ ਪੱਟ ਲਿਆਓ, ਬਸ ਬੂਟਾ ਲੈ ਆਓ ਜਲਦੀ, ਜਿਵੇਂ ਮਰਜ਼ੀ ਲੈ ਆਓ। ਦੇਖਦਾ, ਹਟੋ ਪਰੇ, ਹਟੋ ਪਰੇ। ਮਿਲ ਗਿਆ ਸਰ, ਆ ਲਿਆ ਹੈ ਬੂਟਾ। ਇਹ ਕਿੱਥੋਂ ਪੱਟ ਲਿਆ? ਮੈਂ ਕਦੇ ਜੇਲ੍ਹ 'ਚ ਤਾਂ ਦੇਖਿਆ ਨਹੀਂ ਇਹ। ਸਰ ਤੁਹਾਡੇ ਆਫਿਸ 'ਚ ਪਿੱਛੇ ਪਿਆ ਸੀ ਮੇਜ਼ ਤੇ। ਓਏ ਮੂਰਖਾ, ਇਹ ਨਕਲੀ ਹੈ ਪਲਾਸਟਿਕ ਦਾ। ਸਰ ਮੋਇਆ ਨੂੰ ਪਤਾ ਲੱਗਣਾ ਹੈ ਪਲਾਸਟਿਕ ਦਾ। ਮੈਂ ਆ ਦੇਖੋ ਜਿਹੜਾ ਟੱਕ ਲਿਆ ਹੈ ਮਿੱਟੀ ਨਾਲ। ਓਏ ਲੋਕੀ ਉੱਪਰ ਮੇਕਅਪ ਕਰਦੇ ਆ, ਸਾਲਾ ਥੱਲੇ ਕਰ ਲਿਆ। ਓਏ ਉਹਨੂੰ ਖੁਸ਼ਬੂ ਤੋਂ ਨਹੀਂ ਪਤਾ ਲੱਗੂ? ਸਰ ਮੈਂ ਅਗਰਬੱਤੀ ਦਾ ਗੇੜਾ ਦਵਾ ਕੇ ਲਿਆ। ਗਾਲ ਪਾ ਦਿਓ ਜੇ ਕਿਸੇ ਨੂੰ ਪਤਾ ਲੱਗ ਜਾਏ ਨਕਲੀ ਹੈ। ਲਿਆਓ ਜੀ ਬੂਟਾ, ਲਿਆਓ ਜਲਦੀ। ਆਇਆ ਸਰ, ਫੜਾ ਲਿਆਓ, ਲਿਆਓ, ਲਿਆਓ। ਹੁਣ ਹੱਥਾਂ 'ਚ ਵੱਡਾ ਕਰਨਾ ਇਹ। ਲਓ ਸਰ। ਓਏ ਹੋਏ ਹੋਏ, ਮੇਰੇ ਵਤਨ ਦੇ ਬੂਟੇ, ਇਹਨਾਂ ਦੀ ਖੁਸ਼ਬੂ ਹੋ ਗਈ ਧੂਫ ਤੇ ਅਗਰਬੱਤੀਆਂ ਦੀ ਖੁਸ਼ਬੂ ਵੀ ਫੇਲ ਹੈ। ਐਕਚੁਅਲੀ ਛੋਟੇ ਹੁੰਦੇ ਤੋਂ ਸਰ ਨੂੰ ਬੂਟਿਆਂ ਨਾਲ ਬਹੁਤ ਪਿਆਰ ਸੀ। ਤੁਸੀਂ ਯਕੀਨ ਮੰਨਿਓ, ਸ਼ਹੀਦੇ ਮਾਬਤ ਬੂਟਾ ਸਿੰਘ ਫਿਲਮ ਮੈਂ ਇਸ ਕਰਕੇ ਦੇਖੀ ਸੀ ਵੀ ਸ਼ਾਇਦ ਬੂਟਿਆਂ 'ਤੇ ਬਣੀ ਹੋਈ ਹੈ, ਪਰ ਅਫਸੋਸ ਉਹ ਬੰਦਿਆਂ 'ਤੇ ਬਣੀ ਹੋਈ ਸੀ। ਪਲੀਜ਼ ਸਰ, ਤੁਸੀਂ ਬੂਟਾ ਲਾਓ ਸਰ। ਆਓ ਆਓ, ਲੇਟ ਹੋ ਰਿਹਾ ਨਾ। ਲਾ ਦੋ ਸਰ। ਪਾਣੀ ਫੜਾਓ। ਸਰ ਵੈਸੇ ਤਾਂ ਇਸ ਬੂਟੇ ਨੂੰ ਪਾਣੀ ਦੀ ਲੋੜ ਨਹੀਂ, ਵਾਟਰ ਪਰੂਫ ਆ, ਪਰ ਫਿਰ ਵੀ ਜੇ ਤੁਸੀਂ ਕਹਿੰਦੇ ਹੋ ਪਾ ਦਿਓ। ਮੇਰੇ ਪਿਆਰੇ ਕੈਦੀਓ, ਮੈਂ ਅੱਜ ਇੱਕ ਤੁਹਾਡੇ ਨਾਲ ਵਾਅਦਾ ਕਰਦਾ ਵੀ ਜਿਹੜਾ ਅੱਜ ਮੈਂ ਬੂਟਾ ਲਾਇਆ ਇਹਦੇ ਵੱਡੇ ਹੋਣ ਤੋਂ ਪਹਿਲਾਂ ਮੈਂ ਤੁਹਾਡੇ ਵਿੱਚੋਂ ਅੱਧੇ ਕੈਦੀਆਂ ਨੂੰ ਰਿਹਾਈ ਦਵਾਵਾਂਗਾ। ਫਿਰ ਤਾਂ ਸਾਰੇ ਇੱਥੇ ਹੀ ਮਰਨਗੇ। ਚਲੀਏ ਆਪਾਂ ਫੰਕਸ਼ਨ ਸ਼ੁਰੂ ਕਰੀਏ। ਚਲੋ ਸਰ, ਤੁਹਾਡੇ ਨਾਲ ਇੱਕ ਪਰਸਨਲ ਗੱਲ ਕਰਨੀ ਸੀ। ਹੁਣ ਕੀ ਹੋ ਗਿਆ? ਸਰ ਜਿਹੜੇ ਕੈਦੀਆਂ ਨੂੰ ਆਪਾਂ ਰਿਹਾਅ ਕਰ ਰਹੇ ਹਾਂ ਉਹਨਾਂ ਵੱਲੋਂ ਇੱਕ ਛੋਟੀ ਜਿਹੀ ਗੁਜ਼ਾਰਿਸ਼ ਆ ਕੇ ਸਾਡੇ ਨਾਲ ਗੱਲ ਕਰਕੇ ਦੇਖਿਓ, ਜੇ ਸਾਨੂੰ ਅੱਜ ਵਿਸਾਖੀ ਦੀ ਥਾਂ 'ਤੇ ਉਹ 1 ਮਈ ਲੇਬਰ ਡੇ ਵਾਲੇ ਦਿਨ ਛੱਡ ਦੇਣ ਤਾਂ ਕਿੰਨਾ ਚੰਗਾ ਹੋਏਗਾ। ਉਹ ਕਿਉਂ? ਦੋਨੇ ਦਿਹਾੜੀਦਾਰ ਨੇ ਨਾ, ਉਹਨਾਂ ਦਾ ਲੈਣ ਦੇਣ ਫਸਲਾਂ ਨਾਲ ਘੱਟ ਅਤੇ ਲੇਬਰ ਡੇ ਨਾਲ ਵੱਧ। ਜਲੌਰ ਸਿੰਘ ਜੀ, ਸਰਕਾਰੀ ਕੰਮ ਐਂ ਨਹੀਂ ਚੱਲਦੇ ਹੁੰਦੇ। ਸਰ ਇੱਕ ਵਾਰੀ ਚਲਾ ਕੇ ਤਾਂ ਦੇਖੋ ਕਿੰਨਾ ਚੰਗਾ ਹੋਊਗਾ, ਜੇ ਆਪਾਂ ਨਰਾਤਿਆਂ 'ਤੇ ਮਾਤਾ ਦੇ ਭਗਤ ਛੱਡ ਦਿਆ ਕਰੀਏ, ਦੀਵਾਲੀ ਨੂੰ ਹਲਵਾਈ ਛੱਡ ਦਿਆ ਕਰੀਏ, ਅਤੇ ਤੀਆਂ 'ਤੇ ਚੁੰਨੀਆਂ ਰੰਗ ਨਾਲੇ ਲਲਾਰੀ। ਸ਼ਾਬਾਸ਼, ਕੱਲ ਨੂੰ ਕਹੋਗੇ ਕਰਵਾ ਚੌਥ 'ਤੇ ਸਾਰੇ ਪਤੀ ਛੱਡ ਦਿਓ, ਚੰਨ ਦੇਖ ਕੇ ਮੁੜੇ ਆਉਣਗੇ। ਫੰਕਸ਼ਨ ਸ਼ੁਰੂ ਕਰਨਾ ਜਾਂ ਅਸੀਂ ਜਾਈਏ? ਸੋਰੀ ਸਰ, ਐਕਚੁਅਲੀ ਮੈਂ ਕੈਦੀਆਂ ਬਾਰੇ ਥੋੜ੍ਹਾ ਵੱਧ ਹੀ ਸੋਚ ਜਾਂਦਾ, ਬਸ ਉਹੀ ਨਹੀਂ ਕਦੇ ਮੇਰੇ ਬਾਰੇ ਸੋਚ। ਜਰਨੈਲ ਬਲਜੀਤ, ਜਰਨੈਲ ਸੌ ਤਾਂ ਨਹੀਂ ਗਿਆ ਬਲਜੀਤ? ਆਪਾਂ ਕਿਹੜਾ ਕੋਈ ਚੋਰੀ ਕੀਤੀ ਹੈ? ਮੈਂ ਗੱਲ ਕਰਦਾ ਇਹਦੇ ਨਾਲ। ਵੀਰੇ ਮੰਨ ਲਈ ਦੀ ਹੁੰਦੀ ਹੈ, ਮੇਰੇ ਮੁੰਡੇ ਦੀ ਮਾਂ ਤਾਂ ਰੱਬ ਨੇ ਪਹਿਲਾਂ ਹੀ ਚੱਕ ਲਈ ਸੀ ਕਿਤੇ, ਅੱਜ ਪਿਓ ਨਾ ਜਗਾ ਦੀ। ਓਏ ਓਏ ਵੀਰੇ, ਗੱਲ ਸੁਣ। ਬਲਜੀਤ ਸ਼ਰਮ ਆਉਣੀ ਚਾਹੀਦੀ ਹੈ ਤੈਨੂੰ ਯਾਰ। ਮੈਂ ਵੀ ਉਹੀ ਗੱਲ ਕਰਨਾ। ਮੈਂ ਕੁਛ ਨਹੀਂ ਸੁਣਨਾ ਚਾਹੁੰਦਾ, ਸਾਡੀ ਇੱਜ਼ਤ ਨਾਲ ਖੇਡ ਰਿਹਾ, ਉਹ ਲਾਨਤ ਹੈ ਤੇਰੀ ਯਾਰੀ ਤੇ। ਬਲਜੀਤ ਮੈਨੂੰ ਨਹੀਂ ਪਤਾ ਸੀ ਕਿ ਅਮਨ ਦਾ ਵਿਆਹ ਤੇਰੇ ਨਾਲ ਹੋ ਰਿਹਾ। ਹੁਣ ਪਤਾ ਚੱਲ ਗਿਆ ਨਾ? ਹਾਂ, ਪਰ ਇਹ ਉਹੀ ਕੁੜੀ ਹੈ ਜਿਹਦੇ ਨਾਲ ਮੇਰਾ ਸਾਖ ਹੋਇਆ ਸੀ। ਜੇ ਮੈਂ ਜੇਲ੍ਹ ਨਾ ਗਿਆ ਹੁੰਦਾ, ਅੱਜ ਵਿਆਹ ਹੋਇਆ ਹੋਣਾ ਸੀ ਮੇਰਾ ਇਹਦੇ ਨਾਲ। ਵਿਆਹ ਹੋਇਆ ਤਾਂ ਨਹੀਂ ਨਾ? ਉਹੀ ਤਾਂ ਮੈਂ ਕਹਿ ਰਿਹਾ, ਤੇਰਾ ਵਿਆਹ ਹੋਇਆ ਤਾਂ ਨਹੀਂ ਨਾ। ਅਮਨ ਨੂੰ ਉੱਥੇ ਜਾਣ ਦੇ ਜਿੱਥੇ ਉਹ ਖੁਸ਼ ਰਹੇ।
ते मेरा की सारा पिंड जानदा क्या साडा व्याह है। लोकी दो दिन बोल के चुप कर जानगे। अमन प्यार मेरे नाल करती है। तू ये सोच के तेरे व्याह कराने तो बाद भी जो तेरी ना हुई फिर मैं टाइम सिर जेल पहुंचना है। मैनू जान दे भीरे। ठीक है जा, पर अमन तेरे नाल नहीं जाऊगी। अमन तो मेरे नाल ही जाऊगी। जे अमन तेरे नाल ही भेजना होंदा ना तो डेढ़ साल पहले ना भेज देंदा। मतलब मैं अमन तेरे नालों ज्यादा प्यार करता। उसना भाई कुड़ी वेखण गया सी, छुहारा लवा के आया कि नहीं है? नहीं यार, गल सिर नहीं चढ़ी। इनू तो ना हो गई, कुड़ी तुहानू पसंद है, तुसी रिश्ता भेज दिओ। अमन जरनैल नाल खुश है। पर उत्थे तो ना हो गई सी जी। पहले जरनैल ने ना कीती सी, फिर दोहां ने ब्याह करन दा मन बना लिया। इहदे करके तेरे ढोल च फीम रखवाई सी। मिल गए जनाब। देखो जी, जरनैल वाला होया तो माड़ा, जे तुसी चाहो तो मैं इस रिश्ते लई हले भी तैयार। पैसा बहुत देना सी इन्हें, रात अटैक आ गया। चलो कर्जदारा तो खड़ा तो छुट्टिया। बापू जी कर्जदार कितने जान देंगे? ले गए ना अगले लाश नू, किडनियां बेच के पैसे पूरे करेंगे। उतर
ਤੇ ਭਾਈ ਮੇਰੇ ਪਿੱਛੇ ਬਦਮਾਸ਼ ਪਏ ਆ ਤੈਨੂੰ ਵੀ ਢਾ ਲੈਣਗੇ ਹੱਲੇ ਹੱਲੇ ਪਾ ਦੇ ਉੱਪਰ ਆ ਗਿਆ ਹੋਰ ਭਰਾ ਮਾਫ ਕਰੀ ਯਾਰ ਮੇਰੇ ਕਰਕੇ ਤੈਨੂੰ ਇੰਨਾ ਕੁਛ ਸਹਿਣਾ ਪੈ ਰਿਹਾ ਕੀ ਗੱਲ ਕਰਦੀ ਭਰਾ ਤੂੰ ਜਿੱਥੇ ਕਹੇਗਾ ਤੇਰੇ ਲਈ ਖੜੇ ਆ ਬਸ ਬੈਠਣ ਨੂੰ ਨਾ ਕਹੇ ਹੈ ਕਿਉਂ ਚਲੋ ਚਲੋ ਠੀਕ ਸ਼ੇਰ ਗੱਜਦਾ ਸੁਰੰਗ ਪੱਟੀ ਹੈ ਜਿਹੜੀ ਇੱਕ ਦਿਨ ਨਾਲ ਚੱਲੀ ਨਾ ਮੈਂ ਹੁਣ ਗਰੰਟੀ ਲੈ ਕੇ ਸੁਰੰਗਾ ਪੜਦਾ ਨਾਲੇ ਇਹ ਆਪ ਨਹੀਂ ਬੰਦ ਹੋਈ ਕਿਸੇ ਨੇ ਮੇਰੇ ਕਿੱਤੇ ਕਿਰਾਏ ਤੇ ਮਿੱਟੀ ਪਾਈ ਆ ਹੁਣ ਮੇਰੇ ਕੈਦੀ ਵੀਰੋ ਮੇਰੇ ਸਮਝ ਨਹੀਂ ਆ ਰਿਹਾ
मैं की बोला मेरे समझ नहीं आ रहा मैं की बोला। ओ सर तेरे सच्चे समझ नहीं आ रहा मैं की बोला। हुण स्पीच हाथ विच मेरा मेरा मतलब है हुण गल हाथ विच है हुण तुसी सारे जाने खुल के गल्ला कर सकते हो। मैनू पता है जेल दे विच जिंदगी कटनी बहुत औखी है साड़ी सरकार दी एक कोशिश रहूगी जेल दे विचों चंगे परतारे वाले कैदियों नू एक एक करके जल्द तो जल्द रिहा किया जाए। दुख है सानू इस गल का कि तुहाडे आदमी तुहानू छड़ के चले गए सानू खाण नू पैंदे है तुहाडे नंगे सिर ते सफेद कपड़े पर तुसी फिक्र ना करो साड़ी सरकार तुहाडे नाल खड़ी है तुहाडे पिछों किसी का भी दुबारे ब्याह कराउण दा विचार होवे तां सरकार तुहाडे लई मुंडे लभ के देवेगी। मुंडे लभ के आखिर आदमी ही आदमी दे कम आउंदा है। मैनू पता है तुसी बहुत लेट हो अज तुहाडे पिछों मैनू झांसी की राणी नजर आ रही है मदर ट्रेसा नजर आ रही है पीटी उषा नजर आ रही है परमात्मा ने ये सिर्फ तुहानू ही बख्शिश की है कि तुसी अपने पेट में 9 महीने बच्चे नू रख सकती हो। परमात्मा ने बख्शिश तुहानू की है मैनू पता सच हासो हीणा हुंदा पर वीरो मेरी गल सुनो मैनू लाइटली ना लो तुसी जदों भी रिहा होके इत्थों अपने घरे जाना अपनियां धीआं भैणां मतावां नू यही गल कहणी है सरकार वल्लों भरावो यह जे बेवकूफ मंत्री दे मरे ते कोई बैन पाण ना जाए लोकी वोटां पाण पता नहीं किवें चले जांदे कंपैशनेट ग्राउंड ते मंत्री जो बणिया सिंपथी कोटे चो जिवें तेरे प्यो मरन तो बाद तैनूं नौकरी मिली आ ना। मेरे कैदी वीरो अज मैं तुहाडा ज्यादा समा नहीं लैणा भावें मैनूं इस गल दा पता है कि तुसीं वेहले हो हुण मैं जेलर साहब नूं दरखास्त करांगा कि जिहड़े अज दो कैदी जेल दे विचों रिहा किते जाणे हैं उहनां नूं मंच दे उत्ते बुलाया जावे जरनैल सिंह तरसेम लाल। ਤੁਸੀਂ ਫਿਰ ਐ ਕਰੋ ਜਦੋਂ ਇਹ ਆ ਗਿਆ ਸਾਨੂੰ ਬੁਲਾ ਲਿਓ ਮਾਨਯੋਗ ਜੇਲ੍ਹ ਮੰਤਰੀ ਸਾਹਿਬ ਤੇ ਮੇਰੇ ਕੈਦੀ ਵੀਰੋ ਇਸ ਤੋਂ ਪਹਿਲਾਂ ਕਿ ਸੱਚਾਈ ਸਭ ਦੇ ਸਾਹਮਣੇ ਆਵੇ ਮੈਂ ਆਪਣਾ ਹੁਣ ਤੱਕ ਦਾ ਕਲੀਨ ਰਿਕਾਰਡ ਆਪ ਸਭ ਦੇ ਸਨਮੁੱਖ ਪੇਸ਼ ਕਰਨਾ ਚਾਹਾਂਗਾ। ਕੁਝ ਵਰੇ ਪਹਿਲਾਂ ਸਾਡੀ ਜੇਲ੍ਹ ਦੇ ਵਿੱਚ ਰਾਮਲੀਲਾ ਹੋਇਆ ਕਰਦੀ ਸੀ ਲਕਸ਼ਮਣ ਮੂਰਛਾ ਵਾਲੇ ਦਿਨ ਹਨੂੰਮਾਨ ਬਣੇ ਕੈਦੀ ਨੇ ਸੰਜੀਵਨੀ ਬੂਟੀ ਲੈਣ ਦੇ ਬਹਾਨੇ ਐਸੀ ਉਡਾਰੀ ਮਾਰੀ ਕਿ ਦੁਸਹਿਰਾ ਵੀ ਟੱਪ ਗਿਆ ਪਰ ਪਿਓ ਦਾ ਪੁੱਤ ਉਹ ਵਾਪਸ ਨਾ ਪਰਤਿਆ। ਫਿਰ ਅਸੀਂ ਆਪਣੀ ਜੇਲ੍ਹ ਦਾ ਟਰੈਕ ਰਿਕਾਰਡ ਠੀਕ ਕਰਨ ਲਈ ਫੈਸਲਾ ਕੀਤਾ ਕਿ ਅੱਗੇ ਤੋਂ ਸਾਡੀ ਜੇਲ੍ਹ ਦੇ ਵਿੱਚ ਲਕਸ਼ਮਣ ਜੀ ਨੂੰ ਜੋ ਹੁੰਦਾ ਹੋ ਜਾਵੇ
ਪਰ ਹਨੂਮਾਨ ਜੀ ਸੰਜੀਵਨੀ ਬੂਟੀ ਲੈਣ ਜੇਲ੍ਹ ਤੋਂ ਬਾਹਰ ਨਹੀਂ ਜਾਣਗੇ। ਜਿਵੇਂ ਮੰਤਰੀ ਜੀ ਕਹਿ ਰਹੇ ਸੀ ਕਿ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਬੋਲਾਂ, ਮੈਨੂੰ ਸਮਝ ਤੇ ਆ ਰਹੀ ਹੈ ਮੈਂ ਕੀ ਬੋਲਾਂ, ਪਰ ਇਹ ਸਮਝ ਨਹੀਂ ਆ ਰਹੀ ਕਿ ਮੈਂ ਕਿਵੇਂ ਬੋਲਾਂ। ਇਹਨਾਂ 20 ਸਾਲਾਂ ਦੀ ਨੌਕਰੀ ਵਿੱਚ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਇਸ ਵਰਦੀ ਤੇ ਕੋਈ ਦਾਗ ਨਾ ਲੱਗ ਜਾਵੇ। ਬਸ ਨਾਤੀ ਧੋਤੀ ਰਹਿ ਗਈ ਤੇ ਉੱਤੇ ਮੱਖੀ ਬਹਿ ਗਈ। ਕਿਵੇਂ ਫਰੋਲਾਂ ਮੈਂ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਤੇ ਦਰਦਾਂ ਨੂੰ। ਮੁੱਕਦੀ ਗੱਲ ਕੀ 100 ਗੱਲਾਂ ਦੀਆਂ 2-3 ਗੱਲਾਂ। ਇਹਨਾਂ ਰਿਹਾ ਹੋਣ ਵਾਲੇ ਦੋਹਾਂ ਕੈਦੀਆਂ ਨੂੰ ਮੈਂ ਆਪਣੇ ਬੱਚਿਆਂ ਵਾਂਗੂ ਪਿਆਰ ਕੀਤਾ, ਪਰ ਇਹਨਾਂ ਨਾ ਸ਼ੁਕਰਿਆ ਨੇ ਮੇਰੇ ਨਾਲ ਮਤਰਾਏ ਪਿਓ ਵਾਲੀ ਕੀਤੀ, ਮੇਰੀ ਵਰਦੀ ਅਲਾਓ ਨਹੀਂ ਕਰਦੀ। ਨਹੀਂ ਅੱਜ ਇਸ ਮੁਬਾਰਕ ਮੌਕੇ ਤੇ ਮੈਂ ਐਸੀ ਗੱਲ ਬੋਲੀ ਸੀ ਕਿ ਨਾ ਦੋਹਾਂ ਕੈਦੀਆਂ ਦੇ ਘਰਦਿਆਂ ਨੇ ਆ ਕੇ ਮਿੰਨਤਾਂ ਕਰਨੀਆਂ ਸੀ। ਅਸੰਭਵ ਆਪਣੇ ਕੈਦੀ ਵਿੱਚ ਮਾਵਾਂ ਭੈਣਾਂ ਖੜੀਸਣ ਦੀ ਲੋੜ। ਡਾਂਗ ਨਾਲ ਕੁਛ ਨਹੀਂ ਹੋਣਾ, ਮੈਂ ਕਰਕੇ ਵੇਖ ਚੁੱਕਿਆ। ਇਹਦੇ ਨਾਲ ਕੰਨ ਨਹੀਂ ਟੱਪੀ ਜਾਣੀ, ਸਭ ਖਤਮ ਹੋ ਗਿਆ ਯਾਰ। ਕੁਛ ਖਤਮ ਨਹੀਂ ਹੋਇਆ, ਛਾਲ ਤਾਂ ਮਾਰਨੀ ਪੈਣੀ ਹੈ। ਜਨਰਲ ਕੋਈ ਹੋਰ ਰਲ ਲੱਭਣਾ ਪੈਣਾ ਹੈ। ਤੂੰ ਸੁਣਿਆ ਕਦੇ ਕਿਸੇ ਨੂੰ ਇੰਨੀ ਕੀ ਡਾਂਗ ਨਾਲ ਇੰਨੀ ਉੱਚੀ ਛਾਲ ਮਾਰਦੇ ਹੋਏ? ਨਹੀਂ ਸੁਣਿਆ, ਪਰ ਸੁਣਿਆ ਤਾਂ ਇਹ ਵੀ ਨਹੀਂ ਕਿ ਜਿਹੜੀ ਕੁੜੀ ਨੇ ਜਿਸ ਮੁੰਡੇ ਨੂੰ ਵਿਆਹ ਲਈ ਨਾ ਕਰਦੀ ਹੋਏ ਬਾਅਦ 'ਚ ਉਸੇ ਨਾਲ ਘਰੋਂ ਭੱਜ ਗਈ। ਸੁਣਿਆ ਤਾਂ ਇਹ ਵੀ ਨਹੀਂ ਹੈ ਕਿ ਇੱਕ ਪਿਓ ਆਪਣੇ ਪੁੱਤ ਨੂੰ ਮਿਲਣ ਲਈ ਵਾਰੀ ਵਾਰੀ ਜੇਲ੍ਹ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਰਹੇ ਅਤੇ ਹਰ ਨਾਕਾਮਯਾਬ ਕੋਸ਼ਿਸ਼ ਤੋਂ ਬਾਅਦ ਵੀ ਹਾਰ ਨਾ ਮੰਨੇ। ਤੂੰ ਹਾਰ ਮੰਨੀ? ਨਹੀਂ ਨਾ ਤਰਸੇਮ ਲਾਲ, ਹਰ ਕੰਮ ਪਹਿਲੀ ਵਾਰੀ ਆਪਾਂ ਹੀ ਕੀਤਾ ਹੈ। ਇਹ ਕੰਧ ਜਿਹੜੀ ਪਹਿਲਾਂ ਕਿਸੇ ਨੇ ਨਹੀਂ ਟੱਪੀ, ਇਹਨੂੰ ਵੀ ਪਹਿਲੀ ਵਾਰੀ ਅਸੀਂ ਉਹ ਟੱਪਾਂਗੇ। ਤੇਰੇ ਮੁੰਡੇ ਨੇ ਹਜੇ ਸਿਰਫ ਪੜ੍ਹਨਾ ਸਿੱਖਿਆ ਨਾ, ਹੱਸਣਾ ਖੇਡਣਾ ਜਿਉਣਾ ਸਭ ਕੁਝ ਸਿੱਖ ਜੂ ਤੇਰੇ ਬਗੈਰ। ਤੇ ਤੂੰ ਵੀ ਕਿਸੇ ਹੋਰ ਨਾਲ ਵਿਆਹ ਕਰਾ ਕੇ ਰੋਂਦੀ ਰਹੀ ਮੈਥੋਂ ਬਗੈਰ। ਜੇ ਰਿਹਾ ਹੋ ਕੇ ਬਾਹਰ ਨਿਕਲਣਾ, ਅੰਦਰ ਜਾਣਾ ਹੀ ਪੈਣਾ। ਵੇਖ ਲੈ ਕਿਤੇ ਤੇਰਾ ਡਰ ਤੇਰੇ ਪੁੱਤ ਦੀਆਂ ਖੁਸ਼ੀਆਂ ਨੂੰ ਮਾਰ ਨਾ ਦੇਵੇ। ਜਿੱਦਣ ਕਾਨੂੰਨ ਤੈਨੂੰ ਬੇਕਸੂਰ ਕਹੂਗਾ ਨਾ, ਉਦਣ ਅਸੀਂ ਮੰਨਾਂਗੇ ਕਿ ਤੂੰ ਬੇਕਸੂਰ ਹੈ। ਮੈਂ ਹੁਣ ਤੇਰੇ ਨਾਲ ਉਦੋਂ ਹੀ ਜਾਊਂਗਾ ਜਦੋਂ ਤੂੰ ਜੇਲ੍ਹ ਚੋਂ ਰਿਹਾ ਹੋ ਕੇ ਆਏਗਾ। ਨੌਕਰੀ ਤਾਂ ਤੇ ਲਾ ਕੇ ਇਹਨਾਂ ਦੋਹਾਂ ਨੂੰ ਰਿਹਾ ਕਰਾਉਣ ਲਈ ਮੈਂ ਕੀ ਕੁਝ ਨਹੀਂ ਕੀਤਾ, ਪਰ ਇਹਨਾਂ ਨੇ ਮੇਰੀ ਇੱਜ਼ਤ ਮਿੱਟੀ ਦੇ ਦਿੱਤੀ। ਸਤਿ ਸ੍ਰੀ ਅਕਾਲ। ਸ਼ਾਬਾਸ਼ ਮੇਰੇ ਸ਼ੇਰੋ, ਜੀ ਆਇਆਂ ਨੂੰ। ਅੱਜ ਤੁਸੀਂ ਜੇਲਰ ਜਲੌਰ ਸਿੰਘ ਜੌਲ ਦੀ ਇੱਜ਼ਤ ਮਿੱਟੀ ਚ ਰੋਣ ਤੋਂ ਬਚਾ ਲਈ। ਦੇਰ ਆਏ ਦਰੁਸਤ ਆਏ। ਓਏ ਪਤੰਦਰੋ, ਇਹਨਾਂ ਤੇ 21 ਸਾਲ ਮੇਰੀ ਮਾਂ ਔਲਾਦ ਨੂੰ ਨਹੀਂ ਤਰਸੀ ਜਿੰਨਾ 24 ਘੰਟੇ ਤੁਸੀਂ ਮੈਨੂੰ ਤਰਸਾ ਕੇ ਰੱਖ। ਮੰਤਰੀ ਜੀ, ਇਹ ਦੋਵੇਂ ਇੰਨੇ ਜਿੱਦੀ ਨੇ ਅੱਜ ਸਵੇਰ ਦੀ ਰੱਟ ਲਾਈ ਹੋਈ ਸੀ। ਅਖੇ ਅਸੀਂ ਤਾਂ ਜੀ ਮੰਤਰੀ ਜੀ ਦੇ ਸਾਹਮਣੇ ਜਿਮਨਾਸਟਿਕ ਕਰਕੇ ਦਿਖਾਉਣੀ, ਕਲਾਬਾਜੀ ਪਾ ਕੇ ਦਿਖਾਉਣੀ। ਬਥੇਰਾ ਸਮਝਾਇਆ ਬਈ ਭਰਾਵੋ, ਮੰਤਰੀ ਜੀ ਜੇਲ੍ਹ ਮੰਤਰੀ ਨੇ, ਕੋਈ ਖੇਲ ਮੰਤਰੀ ਨਹੀਂ, ਪਰ ਕਿੱਥੇ ਹਾਰਦੇ ਆ, ਪਾ ਕੇ ਦਿਖਾਈ। ਓਏ ਮੂਰਖੋ, ਹੁਣ ਤਾਂ ਕਲਾਬਾਜੀ ਪਾਉਂਦੇ ਇਹਨਾਂ ਦੇ ਪੈਰਾਂ 'ਚ ਗਿਰੇ ਹੋ। ਜੇ ਕਿਤੇ ਲੈਂਡਿੰਗ ਇੱਧਰ ਉੱਧਰ ਹੋ ਜਾਂਦੀ, ਮੰਤਰੀ ਜੀ ਤਾਂ ਸਦਾ ਲਈ ਉੱਧਰ ਹੋ ਜਾਂਦੇ। ਹੈ
ਹੁਣ ਮੈਂ ਬੇਨਤੀ ਕਰੂੰਗਾ ਸਾਡੇ ਸਤਿਕਾਰਯੋਗ ਮੰਤਰੀ ਸਰਦਾਰ ਬਹਾਦਰ ਸਰਦਾਰ ਸਤਪਾਲ ਜੀ ਮੰਡੇਰ ਨੂੰ ਕਿ ਅੱਜ ਵਿਸਾਖੀ ਦੇ ਵਿਸ਼ੇਸ਼ ਅਵਸਰ ਤੇ ਇਹਨਾਂ ਦੋਹਾਂ ਕੈਦੀਆਂ ਨੂੰ ਰਿਹਾ ਕਰਨ। ਜ਼ੋਰਦਾਰ ਤਾੜੀਆਂ। ਮੇਰੇ ਸਮਝ ਨਹੀਂ ਆ ਰਿਹਾ ਮੈਂ ਹੁਣ ਕੀ ਬੋਲਾਂ। ਮਿਹਰਬਾਨੀ ਜੀ, ਮੇਰੇ ਸੱਚਿਓ ਸਮਝ ਨਹੀਂ ਆ ਰਿਹਾ ਮੈਂ ਹੁਣ ਕੀ ਬੋਲਾਂ। ਕਿੰਨਾ ਟੈਲੈਂਟ ਭਰਿਆ ਪਿਆ ਸਾਡੀਆਂ ਜੇਲ੍ਹਾਂ 'ਚ ਬਈ, ਕਮਾਲ ਦਾ ਜੰਪ ਮਾਰਿਆ ਕੈਦੀਆਂ ਨੇ। ਟੈਲੈਂਟ ਕਾਹਦਾ, ਕੈਦੀ ਬਾਹਰੋਂ ਅੰਦਰ ਆਏ ਸੀ। ਜੰਪ ਲਾਉਣ ਲਈ ਕੈਦੀਆਂ ਨੂੰ ਭੱਜਣਾ ਪੈਂਦਾ, ਭੱਜਣ ਲਈ ਜੇਲ੍ਹ 'ਚ ਜਗ੍ਹਾ ਕਿੱਥੇ ਹੈ? ਇਸ ਕਰਕੇ ਕੈਦੀ ਜੇਲ੍ਹ ਦੇ ਬਾਹਰੋਂ ਭੱਜ ਕੇ ਜੰਪ ਮਾਰ ਕੇ ਅੰਦਰ ਆਏ ਨੇ। ਵੈਰੀ ਸਿੰਪਲ। ਉਹ ਕੈਦੀ ਜੇਲ੍ਹ ਦੇ ਵਿੱਚ ਹੈ ਹੀ ਨਹੀਂ ਸੀ, ਐਨ ਮੌਕੇ ਤੇ ਆਏ ਨੇ। ਜੇਲਰ ਦਾ ਰੰਗ ਨਹੀਂ ਸੀ ਦੇਖਿਆ, ਕਿਵੇਂ ਉੜਿਆ ਵਿਆ? ਕੀ ਸਬੂਤ ਹੈ ਤੁਹਾਡੇ ਕੋਲ? ਸਬੂਤ ਜਿੰਨੇ ਕਹੋਗੇ ਇਕੱਠੇ ਕਰ ਦਾਂਗਾ, ਪਰ ਗੱਲ ਆਪਣੇ ਤੇ ਆਉਣੀ ਹੈ। ਹੁਣ ਚਾਹੇ ਸਿਫਾਰਿਸ਼ ਜੇਲਰ ਨੇ ਕੀਤੀ ਸੀ, ਪਰ ਰਿਹਾਈ ਦਾ ਕੇਸ ਤਾਂ ਆਪਾਂ ਪਾਸ ਕੀਤਾ, ਸਮਝਿਆ ਕਰੋ। ਕਿਉਂ ਸਮਝਾਂ ਮੈਂ? ਸਮਝਣ ਨੂੰ ਸਮਝਾਉਣ ਨੂੰ ਤੁਹਾਡੇ ਵਰਗੇ ਸੂਝਵਾਨ ਬੰਦਿਆਂ ਨੂੰ ਆਪਣੇ ਨਾਲ ਤਾਂ ਰੱਖਿਆ ਹੈ ਜੀਤਾ ਜੀ, ਆਪਣਾ ਕੰਮ ਕੀਤਾ, ਬਾਕੀ ਆਪ ਹੀ ਸਮਝੂਗਾ ਜੀਤਾ। ਚਲੋ, ਤਾਂ ਰਿਹਾ ਹੋ ਗਿਆ ਤੇਰੇ ਡੈਡੀ, ਚੱਲੇਗਾ ਨਾ ਮੇਰੇ ਨਾਲ? ਮਾਫ ਕਰੀ ਪੁੱਤ, ਅਸੀਂ ਐਵੇਂ ਤੈਨੂੰ ਗਲਤ ਸਮਝਦੇ ਰਹੇ। ਮਾਫ਼ੀ ਤਾਂ ਮੈਨੂੰ ਮੰਗਣੀ ਚਾਹੀਦੀ ਹੈ ਜੀ, ਮੈਂ ਐਵੇਂ ਤੁਹਾਡੇ ਮੁੰਡੇ 'ਤੇ ਸ਼ੱਕ ਕਰੀ ਗਿਆ। ਹਾਲਾਂਕਿ ਕਈ ਵਾਰੀ ਮੇਰੇ ਮਨ 'ਚ ਆਇਆ ਕਿ ਜੇ ਇਹਦੇ ਕੋਲ 2 ਕਿਲੋ ਅਫੀਮ ਹੁੰਦੀ, ਇਹਨੇ ਕਿੰਨੀ 'ਚ ਥੋੜ੍ਹਾ ਪਾਉਣੀ ਸੀ, ਇਹਨੇ ਆਪ ਛੱਕ ਜਾਣੀ ਸੀ। ਚੱਲ ਛੱਡ ਪੁੱਤ, ਅੰਤ ਭਲੇ ਦਾ ਭਲਾ। ਉਹ ਤਾਂ ਠੀਕ ਹੈ ਜੀ, ਪਰ ਜੇ ਤੁਹਾਡੀ ਕੁੜੀ ਨੇ ਪਹਿਲੀ ਵਾਰੀ 'ਚ ਵਿਆਹ ਲਈ ਹਾਂ ਕਰਤੀ ਹੁੰਦੀ ਤਾਂ ਹੀ ਭਲਾ 1.5 ਸਾਲ ਪਹਿਲਾਂ ਹੋ ਜਾਣਾ ਸੀ। ਚਲੋ ਹੁਣ ਚੱਲੀਏ ਕਿ ਸਾਡੇ ਲਾਵਾਂ ਫਿਰ ਇੱਥੇ ਜੇਲ੍ਹ 'ਚ ਹੀ ਕਰਨੇ ਨੇ? ਹਾਂਜੀ ਬੋਲੋ। ਜੇਲਰ ਸਾਹਿਬ, ਤੁਸੀਂ ਝੂਠ ਬੋਲ ਕੇ ਸਾਨੂੰ ਗਲਤ ਕਹਿੰਦੇ ਕਿਉਂ ਮਿਲਾਏ? All's well that ends well. ਮਤਲਬ? ਮਤਲਬ ਖੂਚ ਪਾਓ ਇਸ ਗੱਲ ਨੂੰ। ਨਾਲੇ ਜੇ ਇੱਕ ਝੂਠ ਬੋਲਣ ਨਾਲ ਕਿਸੇ ਦਾ ਘਰ ਵਸਦਾ ਹੋਵੇ, ਉਹ ਝੂਠ ਸੱਚ ਤੋਂ ਵੀ ਵੱਡਾ ਹੁੰਦਾ। ਪਰ ਤੁਸੀਂ ਕਿਹਦਾ ਘਰ ਵਸਾਉਣ ਲੱਗੇ ਸੀ? ਪੂਰੇ 21 ਸਾਲ ਮੇਰੀ ਮਾਂ ਔਲਾਦ ਨੂੰ ਤਰਸਦੀ ਰਹੀ ਤੇ ਮੈਂ ਤੁਹਾਨੂੰ ਜੀ। ਮੇਰੇ ਕਹਿਣ ਦਾ ਮਤਲਬ ਮੈਂ ਤੁਹਾਨੂੰ ਕਿਵੇਂ ਸਮਝਾਵਾਂ? ਬਹੁਤ ਪਿਆਰ ਕਰ ਲਿਆ ਮੈਂ ਇਹਨਾਂ ਕੈਦੀਆਂ ਨੂੰ, ਪਰ ਇਹਨਾਂ ਨੇ ਮੇਰੇ ਪਿਆਰ ਦਾ ਨਜਾਇਜ਼ ਫਾਇਦਾ ਉਠਾਇਆ। ਇਸ ਕਰਕੇ ਅੱਜ ਮੈਂ ਫੈਸਲਾ ਲੈ ਲਿਆ ਕਿ ਆਪਣੇ ਵਾਈਫ ਦੇ ਹਿੱਸੇ ਦਾ ਪਿਆਰ ਇਹਨਾਂ ਕੈਦੀਆਂ ਤੋਂ ਵਾਪਸ ਲੈ ਕੇ ਇੱਕ ਡਿਜ਼ਰਵਿੰਗ ਕੈਂਡੀਡੇਟ ਨੂੰ ਦੇ ਦਿਆਂ। ਮੈਂ ਸਮਝੀ ਨਹੀਂ। ਸਮਝਦਾਰ ਜਨਾਨੀਆਂ ਨਾਲ ਜ਼ਿੰਦਗੀ ਕੱਟਣੀ ਕਿਤੇ ਸੌਖੀ ਪਈ ਆ, ਤਾਂ ਹੀ ਤਾਂ ਤੁਸੀਂ ਮੈਨੂੰ ਚੰਗੇ ਲੱਗਦੇ ਹੋ। ਚਾਚਾ ਜੀ, ਇਦਾਂ ਦੇ ਫੈਸਲੇ ਚਾਚੇ ਨੂੰ ਆਪੇ ਕਰਦੇ ਆ ਜਾਂ ਮਾਪੇ ਕਰਦੇ ਆ? ਉਧਰ ਕੀ ਵੇਖਦੀ ਆ, ਉਹ ਤੇਰੀ ਮਾਂ ਲੱਗਦੀ ਆ? ਯੂ ਮਿਸਟਰ ਜੌਹਰ, ਯੂ ਮਿਸਟਰ ਜੌਹਰ।
ਵਿੱਚ ਜੱਟਾਂ ਨੇ ਮਨਾਈਆਂ ਹੋਲੀਆਂ।